ਸਾਹੀ ਗਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ ਜਿਵੇਂ ਕਿ ਤੁਸੀਂ ਥੰਬਨੇਲ ਚ ਦੇਖ ਹੀ ਲਿਆ ਕਿ ਮਾਸਟਰ ਕਲਾਸਿਸ ਪਟਿਆਲਾ ਤੇ ਅਸੀਂ ਆਫਲਾਈਨ ਬੈਚ ਸ਼ੁਰੂ ਕਰਨ ਜਾ ਰਹੇ ਹਾਂ ਸੋ ਇਹ ਨਵਾਂ ਆਫਲਾਈਨ ਬੈਚ ਸਭ ਤੋਂ ਪਹਿਲੀ ਗੱਲ ਕਿ ਕਿੰਨਾ ਵਾਸਤੇ ਹੋਊਗਾ ਠੀਕ ਹੈ ਤਾਂ ਪੰਜਾਬ ਪੁਲਿਸ ਤੇ ਸੀਨੀਅਰ ਅਸਿਸਟੈਂਟ ਤੇ ਹੋਰ ਪੀ ਡੀਪੀਐਸਬੀ ਦੇ ਜਿੰਨੇ ਗਰੁੱਪ ਬੀ ਦੇ ਵਧੀਆ ਇਗਜ਼ਾਮ ਆ ਰਹੇ ਆ ਉਹਨਾਂ ਨੂੰ ਟਾਰਗੇਟ ਕਰਕੇ ਅਸੀਂ ਆਫਲਾਈਨ ਬੈਚ ਪਟਿਆਲੇ ਵਿੱਚ ਸਟਾਰਟ ਕਰਨ ਜਾ ਰਹੇ ਹਾਂ ਠੀਕ ਆ ਹੁਣ ਇਸ ਬੈਚ ਚ ਕੀ ਕੁਝ ਹੋ ਸਕਦਾ ਹੈ ਜਾਂ ਸਾਡੇ ਵਾਸਤੇ ਇਹ ਬੈਚ ਜਿਹੜਾ ਹੈ ਕਿਵੇਂ ਬੈਨੀਫੀਸ਼ੀਅਲ ਹੋ ਸਕਦਾ ਹੈ ਆਨਲਾਈਨ ਦੇ ਮੁਕਾਬਲੇ ਚ ਦੇਖੋ ਵੈਸੇ ਤਾਂ ਬੜਾ ਅੰਡਰਸਟੂਡ ਜਿਹਾ ਕਨਸੈਪਟ ਆ ਕਿ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਕਿ ਜੇ ਤੁਸੀਂ ਸਾਡੀਆਂ ਆਨਲਾਈਨ ਕਲਾਸਿਸ ਲਾ ਕੇ ਦੇਖੀਆਂ ਤਾਂ ਤੁਹਾਨੂੰ ਸਾਡੀਆਂ ਆਨਲਾਈਨ ਕਲਾਸਿਸ ਦੇ ਵਿੱਚ ਵੀ ਕਨੈਕਟੀਵਿਟੀ ਬ੍ਰੇਕ ਹੁੰਦੀ ਨਹੀਂ ਮਿਲੂਗੀ ਪਰ ਫਿਰ ਵੀ ਬਹੁਤ ਸਾਰੇ ਐਸਪੀਰੀਐਂਟਸ ਦੀ ਇਹ ਡਿਮਾਂਡ ਹੁੰਦੀ ਆ ਕਿ ਸਰ ਕਲਾਸ 'ਚ ਬੈ ਕੇ ਟੈਸਟ ਦੇਣੇ ਆ ਡਿਸਪਲੀਨ 'ਚ ਰਹਿ ਕੇ ਤਿਆਰੀ ਕਰਨੀ ਆ ਇੱਕ ਲਗਾਤਾਰ ਕਨੈਕਟੀਵਿਟੀ ਜੀ ਬਣੀ ਰਹਿੰਦੀ ਆ ਹੌਸਲਾ ਜਾਂ ਰਹਿੰਦਾ ਹੈ ਸੋ ਜਿਹੜੇ ਆਲਰੇਡੀ ਸਾਡੇ ਕੋਲ ਸਟੂਡੈਂਟਸ ਪੁਰਾਣੇ ਬੈਚਸ 'ਚ ਚੱਲ ਰਹੇ ਆ ਉਹਨਾਂ ਤੋਂ ਤੁਸੀਂ ਰਿਵਿਊ ਲੈ ਸਕਦੇ ਹੋ ਆਫਲਾਈਨ ਵਾਲਿਆਂ ਤੋਂ ਵੀ ਆਨਲਾਈਨ ਵਾਲਿਆਂ ਤੋਂ ਵੀ ਤਾਂ ਸਾਡਾ ਸਾਰੇ ਦਾ ਸਾਰਾ ਸਟੱਡੀ ਮਟੀਰੀਅਲ ਬਾਈ ਲਿੰਗੁਅਲ ਹੋਊਗਾ ਡੈਮੋ ਕਲਾਸ ਜਿਹੜੀ ਆ ਤੁਸੀਂ ਇਸ ਵੀਡੀਓ ਤੋਂ ਅੱਗੇ ਵੀ ਦੇਖੋਗੇ ਤੇ ਇਸ ਵੀਡੀਓ ਨੂੰ ਸੈਪਰੇਟ ਵੀ ਦੇਖ ਸਕਦੇ ਹੋ ਤਾਂ ਜਿੰਨੀਆਂ ਡੈਮੋ ਕਲਾਸਿਸ ਨੇ ਉਹ ਸਾਡੀਆਂ ਹੁਣ ਸ਼ੁਰੂ ਹੋ ਚੁੱਕੀਆਂ ਨੇ ਅਸੀਂ ਰੀਜ਼ਨਿੰਗ ਚ ਡਾਟਾ ਇੰਟਰਪ੍ਰੀਟੇਸ਼ਨ ਤੋਂ ਤੇ ਜੀਐਸ ਜਿਹੜੀ ਆ ਉਹ ਅਸੀਂ ਜੀਓਗ੍ਰਾਫੀ ਤੋਂ ਸ਼ੁਰੂ ਕਰਵਾ ਚੁੱਕੇ ਹਾਂ ਸੋ ਕਿਸੇ ਨੇ ਵੀ ਸਾਡੇ ਨਾਲ ਸੰਪਰਕ ਕਰਨਾ ਹੈ ਤਾਂ 8054400797 ਸਾਡਾ ਆਫਲਾਈਨ ਜਾਂ ਆਨਲਾਈਨ ਵਾਸਤੇ ਵੀ ਤੁਸੀਂ ਐਡਮਿਸ਼ਨ ਲੈਣੀ ਆ ਤਾਂ ਇਹ ਤੁਹਾਨੂੰ ਅਵੇਲੇਬਲ ਮਿਲੂਗਾ ਅਸੀਂ ਅਕਸਰ ਕਹਿੰਦੇ ਹੁੰਨੇ ਆ ਕਿ ਜਿਹੜੇ ਬੱਚੇ ਸਾਡੇ ਤੱਕ ਨਹੀਂ ਪਹੁੰਚ ਸਕਦੇ ਉਹ ਸਾਡੇ ਜਿਹੜੇ ਆਲਰੇਡੀ ਚੱਲ ਰਹੇ ਆਨਲਾਈਨ ਬੈਚ ਨੇ ਉਹਨਾਂ 'ਚ ਵੀ ਟੈਸਟ ਸੀਰੀਜ਼ ਨੂੰ ਟਾਰਗੇਟ ਮੰਨ ਕੇ ਆਪਣੇ ਆਉਣ ਵਾਲੇ ਪੇਪਰਾਂ ਦੀ 15 ਮਹੀਨੇ ਦੀ ਤਿਆਰੀ ਕਰ ਸਕਦੇ ਆ ਆਫਲਾਈਨ ਬੈਚ ਜਿਹੜੇ ਸਟੂਡੈਂਟ ਇਨਰੋਲਡ ਹੁੰਦੇ ਆ ਉਹਨਾਂ ਵਾਸਤੇ ਆ ਸਾਰੀਆਂ ਬੁੱਕਸ ਉਹਨਾਂ ਦੇ ਕੋਰਸ ਦਾ ਪਾਰਟ ਤੇ ਸਾਰੀਆਂ ਕਿਤਾਬਾਂ ਬਾਈਲਿੰਗੁਅਲ ਆ ਮਾਸਟਰ ਕਲਾਸਿਸ ਪਟਿਆਲਾ ਦਾ ਟੈਲੀਗ੍ਰam ਦਾ ਚੈਨਲ ਆ ਉੱਥੇ ਤੁਸੀਂ ਇਹਨਾਂ ਸਾਰੀਆਂ ਬੁੱਕਸ ਦੇ 40 40 50 50 ਪੇਜਾਂ ਦੀਆਂ ਡੈਮੋਸ ਪਈਆਂ ਨੇ ਤਸੱਲੀ ਬਖਸ਼ ਚੈੱਕ ਕਰ ਲਓ ਠੀਕ ਆ YouTube ਦੇ ਚੈਨਲ ਤੇ ਜਾ ਕੇ ਪਲੇਲਿਸਟ ਵਾਲੇ ਫੋਲਡਰ ਚ ਸਾਡੇ ਟੈਸਟ ਸੀਰੀਜ਼ ਪ੍ਰੀਵਿਅਸ ਈਅਰ ਕੁਐਸਚਨਸ ਸੀਨੀਅਰ ਅਸਿਸਟੈਂਟ ਦਾ ਡੈਮੋ ਪੂਰੀ ਦੀਆਂ ਪੂਰੀਆਂ ਪਲੇਲਿਸਟ ਬਣੀਆਂ ਨੇ ਕੁਆਲਿਟੀ ਤੋ ਸੈਟੀਸਫਾਈਡ ਹੋਵੋਗੇ ਤੇ ਤੁਹਾਨੂੰ ਲੱਗਦਾ ਹੈ ਕਿ ਇੱਕ ਕਨੈਕਟੀਵਿਟੀ ਵਾਸਤੇ ਆਫਲਾਈਨ ਬੈਚ ਦੀ ਜ਼ਰੂਰਤ ਆ ਤਾਂ ਤੁਸੀਂ ਆ ਦਸੰਬਰ ਦੇ ਹੁਣ ਫਸਟ ਤੇ ਸੈਕਿੰਡ ਵੀਕ ਚ ਤੁਸੀਂ ਸਾਡੇ ਕੋਲ ਪਹੁੰਚ ਸਕਦੇ ਹੋ ਧੰਨਵਾਦ ਅੱਜ ਵਿੱਚੇ ਬਸ ਪਲੀਜ਼ ਅੱਜ ਆਪਾਂ ਸਟਾਰਟ ਕਰ ਰਹੇ ਆ ਆਪਣਾ ਟੌਪਿਕ ਦਾ ਨਾਮ ਆ ਸਬਜੈਕਟ ਦਾ ਨਾਮ ਆਪਣਾ ਬਿਲਕੁਲ ਨਵਾਂ ਸਬਜੈਕਟ ਆ ਦੈਟ ਇਜ਼ ਜੀਓਗ੍ਰਾਫੀ ਠੀਕ ਹੈ ਤੇ ਕਾਫੀ ਇੰਪੋਰਟੈਂਟ ਆ ਤੇ ਇਹਦੇ ਚ ਅਸੀਂ ਸਭ ਤੋਂ ਪਹਿਲਾ ਚੈਪਟਰ ਜਿਹੜਾ ਹੈ ਉਹ ਇੰਡੀਆ ਦੀ ਫਿਜ਼ੀਓਗ੍ਰਾਫੀ ਪੜਨ ਦੀ ਕੋਸ਼ਿਸ਼ ਕਰਾਂਗੇ ਠੀਕ ਆ ਭਾਰਤ ਚ ਇਹ ਬਿਲਕੁਲ ਜੇ ਅਸੀਂ ਇੰਡੀਆ ਦੇ ਭੂਗਵ ਨੂੰ ਸਮਝੀਏ ਜਾਂ ਜੀਓਗ੍ਰਾਫੀ ਨੂੰ ਸਮਝੀਏ ਤਾਂ ਨਾ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਪਊਗਾ ਕਿ ਭਾਰਤ ਦਾ ਜਿਹੜਾ ਚਟਾਨ ਤੰਤਰ ਸੀਗਾ ਜਿੰਨੂੰ ਕਿ ਆਪਾਂ ਇੰਡੀਆ ਦਾ ਰੌਕ ਸਿਸਟਮ ਕਹਿ ਦਿੰਨੇ ਆ ਕਿ ਭਾਰਤ ਚ ਪੁਰਾਣੇ ਸਮੇਂ ਤੋਂ ਕਿਹੜੀਆਂ ਰੌਕਸ ਜੜੀਆਂ ਸੀਗੀਆਂ ਉਹ ਐਗਜ਼ਿਸਟ ਕਰਦੀਆਂ ਰਹੀਆਂ ਠੀਕ ਆ ਕਿਸ ਤਰੀਕੇ ਨਾਲ ਸਾਡਾ ਜਿਹੜਾ ਰੌਕ ਸਿਸਟਮ ਆ ਉਹ ਬਣਿਆ ਤੇ ਅਸੀਂ ਉਸ ਧਰਤੀ ਤੇ ਰਹਿਣ ਦੇ ਲਾਇਕ ਹੋਏ ਜਿਹੜੀ ਧਰਤੀ ਤੇ ਅਸੀਂ ਅੱਜ ਰਹਿ ਰਹੇ ਆ ਪਰ ਗੱਲ ਇਹ ਆ ਕਿ ਪੂਰੇ ਦੇ ਪੂਰੇ ਰੌਕ ਸਿਸਟਮ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਕਿ ਦੁਨੀਆ ਚ ਕਿੱਥੇ ਰਹਿ ਰਹੇ ਆ ਅਸੀਂ ਠੀਕ ਆ ਜੇ ਦੁਨੀਆ ਦੇ ਨਕਸ਼ੇ ਤੇ ਅਸੀਂ ਆਪਣੇ ਆਪ ਨੂੰ ਪਹਿਚਾਨਣੀ ਏ ਕਿ ਅਸੀਂ ਹੈ ਕਿੱਥੇ ਆ ਸਾਡਾ ਕੀ ਲੈਟੀਟਿਊਡ ਆ ਕੀ ਲੌਂਗੀਟਿਊਡ ਆ ਭਾਵ ਲੈਟੀਟਿਊਡ ਦਾ ਮਤਲਬ ਜੇ ਅਸੀਂ ਪੰਜਾਬੀ ਚ ਕਹੀਏ ਤਾਂ ਅਕਸ਼ਾਂਸ਼ ਤੇ ਲੌਂਗੀਟਿਊਡ ਦਾ ਮਤਲਬ ਦੇਸ਼ਾਂਤਰ ਕਿ ਸਾਡੇ ਅਕਸ਼ਾਂਸ਼ ਦੇਸ਼ਾਂਤਰ ਕੀ ਨੇ ਸਾਡੇ ਕੋਆਰਡੀਨੇਟ ਕੀ ਨੇ ਠੀਕ ਆ ਪਰ ਦੁਨੀਆ ਤੇ ਅਸੀਂ ਕਿੱਥੇ ਕਿ ਨਜ਼ਰ ਆਉਨੇ ਆ ਜੇ ਦੁਨੀਆ ਚ ਕੇਂਦਰ ਦੁਨੀਆ ਦਾ ਸੈਂਟਰ ਕਿੰਨੂ ਕਹੀਏ ਤੇ ਜੇ ਦੁਨੀਆ ਦਾ ਸੈਂਟਰ ਕੋਈ ਮੰਨ ਵੀ ਲਈਏ ਜਾਂ ਮੰਨिए ਕਿ ਦੁਨੀਆ 'ਚ ਕੋਈ ਸੈਂਟਰ ਐਗਜ਼ਿਸਟ ਕਰਦਾ ਹੈ ਕੋਈ ਕੇਂਦਰ ਹੈਗਾ ਦੁਨੀਆ ਦਾ ਤਾਂ ਉਸ ਕੇਂਦਰੀ ਰੇਖਾ ਤੋਂ ਅਸੀਂ ਕਿੰਨੀ ਕੁ ਦੂਰ ਆ ਉਸ ਲਾਈਨ ਨੂੰ ਕੀ ਕਹਿੰਦੇ ਆ ਇੰਡੀਆ ਦੇ ਵਿੱਚ ਟਾਈਮ ਕਿਵੇਂ ਤੈਅ ਹੋ ਰਿਹਾ ਹੈ ਠੀਕ ਆ ਅਸੀਂ ਸੂਰਜ ਤੋਂ ਸਾਡੇ ਤੇ ਤਿੱਖੀ ਧੁੱਪ ਤੋਂ ਅਸੀਂ ਕਿੰਨੇ ਕੁ ਬਚੇ ਹੋਏ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੇਸਿਕਲੀ ਇਹਨੂੰ ਕਵਾਂਗੇ ਸਾਡੀ ਲੋਕੇਸ਼ਨ ਸਾਡੀ ਸਥਿਤੀ ਕੀ ਆ ਸਭ ਤੋਂ ਪਹਿਲਾਂ ਅਸੀਂ ਇੰਡੀਆ ਦੇ ਲੈਕਚਰ ਦੇ ਵਿੱਚ ਜਾਂ ਜੀਓਗ੍ਰਾਫੀ ਆਫ ਇੰਡੀਆ ਦੇ ਲੈਕਚਰ 'ਚ ਅੱਜ ਦਾ ਲੈਕਚਰ ਸਾਡਾ ਇਹਦੇ ਆਲੇ-ਦੁਆਲੇ ਘੁੰਮ ਜੂਗਾ ਕੀ ਇੰਡੀਆ ਦੀ ਐਗਜ਼ੈਕਟ ਲੋਕੇਸ਼ਨ ਕੀ ਆ ਭਾਰਤ ਦੀ ਬਿਲਕੁਲ ਸਥਿਰ ਸਥਿਤੀ ਜਿਹੜੀ ਆ ਐਗਜ਼ੈਕਟ ਸਥਿਤੀ ਭਾਰਤ ਦੀ ਕੀ ਆ ਸੋ ਸਭ ਤੋਂ ਪਹਿਲੀ ਗੱਲ ਇਹ ਆ ਕਿ ਇਹਨੂੰ ਸਮਝਣ ਤੋਂ ਪਹਿਲਾਂ ਆਪਾਂ ਨੂੰ ਥੋੜਾ ਜਨਾ ਬੋਰਡ ਦਾ ਇਸਤੇਮਾਲ ਕਰਨਾ ਪਊਗਾ ਆਪਾਂ ਬੋਰਡ ਤੇ ਜਾਣੇ ਆ ਤਾਂ ਕਿ ਆਪਾਂ ਕੁਝ ਗੱਲਾਂ ਨੂੰ ਕਲੀਅਰ ਕਰ ਸਕੀਏ ਕਨਸੈਪਚੁਅਲ ਕਲੈਰਿਟੀ ਆਪਾਂ ਹਾਸਲ ਕਰ ਸਕੀਏ ਜੇ ਅਸੀਂ ਦੁਨੀਆ ਨੂੰ ਇੱਕ ਗਲੋਬ ਨੂੰ ਇਸ ਤਰੀਕੇ ਨਾਲ ਮੰਨ ਕੇ ਚੱਲਦੇ ਆਂ ਤੇ ਧਰਤੀ ਦੇ ਸੈਂਟਰ ਤੋਂ ਪਾਣ ਹੋਣ ਵਾਲੀ ਐਕਸਿਸ ਨੂੰ ਬਿਲਕੁਲ ਸਿੱਧਾ ਮੰਨ ਕੇ ਚੱਲਦੇ ਹਾਂ ਜੋ ਕਿ ਹੈ ਨਹੀਂ ਠੀਕ ਆ ਤਾਂ ਅਸੀਂ ਇਹ ਮੰਨ ਕੇ ਚੱਲਾਂਗੇ ਕਿ ਤੇ ਧਰਤੀ ਦੇ ਬਿਲਕੁਲ ਸੈਂਟਰ ਦੇ ਵਿੱਚ ਇੱਕ ਰੇਖਾ ਇਧਰ ਨੂੰ ਖਿੱਚ ਦਈਏ ਆਪਾਂ ਹਾਰੀਜ਼ੋਂਟਲ ਜਿਹਨੂੰ ਆਪਾਂ ਲਟਨੀ ਰੇਖਾ ਵੀ ਕਹਿ ਸਕਦੇ ਹਾਂ ਉੱਪਰਲੀ ਲੰਬਕਾਰੀ ਜਿਨ੍ਹਾਂ ਨੂੰ ਆਪਾਂ ਵਰਟੀਕਲ ਰੇਖਾਵਾਂ ਵੀ ਕਹਿ ਦਿੰਦੇ ਹਾਂ ਠੀਕ ਆ ਹੁਣ ਇੰਡੀਆ ਜਿਹੜੀਆਂ ਇਸ ਤਰੀਕੇ ਦੀਆਂ ਰੇਖਾਵਾਂ ਧਰਤੀ ਦੇ ਖਿੱਚੀਆਂ ਜਾਂਦੀਆਂ ਉਹਨਾਂ ਨੂੰ ਲੈਟੀਟਿਊਡਸ ਕਿਹਾ ਜਾਂਦਾ ਹੈ ਇੱਕ ਛਾਂਜ ਕਿਹਾ ਜਾਂਦਾ ਹੈ ਤੇ ਜਿਹੜੀਆਂ ਉੱਪਰੋਂ ਥੱਲੇ ਨੂੰ ਖਿੱਚੀਆਂ ਜਾਂਦੀਆਂ ਉਹਨਾਂ ਨੂੰ ਦੇਸ਼ਾਂਤਰ ਕਿਹਾ ਜਾਂਦਾ ਹੈ ਹੁਣ ତ੍ਰਤੀ ਇੱਕ ਸਿੱਧੀ ਕਿਸੇ ਬੋਰਡ ਤੇ ਬਣਿਆ ਹੋਇਆ ਸਰਕਲ ਤਾਂ ਹੈ ਨਹੀਂ ਮੀਨਸ ਇਟ ਇਜ਼ ਨਾਟ ਅ ਸਰਕਲ ਇਟ ਇਜ਼ ਅ ਸਫੇਅਰ ਆਪਣੇ ਆਪ ਦੇ ਵਿੱਚ ਇਹ ਗੋਲਾਕਾਰ ਆ ਤੇ 3D ਆ 2D 'ਚ ਤਾਂ ਹੈ ਨਹੀਂ ਸੋ ਇਹਦੀਆਂ ਜਿਹੜੀਆਂ ਉੱਪਰੋਂ ਥੱਲੇ ਨੂੰ ਰੇਖਾਵਾਂ ਖਿੱਚੀਆਂ ਜਾਣਗੀਆਂ ਉਹ ਇਸ ਤਰੀਕੇ ਦੀਆਂ ਹੁੰਦੀਆਂ ਠੀਕ ਆ ਉਹ ਇਸ ਤਰੀਕੇ ਨਾਲ ਡਰਾ ਹੁੰਦੀਆਂ ਰੇਖਾਵਾਂ ਸਾਰੀਆਂ ਸੋ ਆਹ ਸਭ ਤੋਂ ਇੰਪੋਰਟੈਂਟ ਚੀਜ਼ ਆ ਜਿਹੜੀ ਸਾਨੂੰ ਪਤਾ ਹੋਣੀ ਚਾਹੀਦੀ ਆ ਹਾਂ ਜਿਹੜੀਆਂ ਧਰਤੀ ਦੀਆਂ ਲਟਵੀਆਂ ਰੇਖਾਵਾਂ ਐ ਉਹ ਆਪਸ ਵਿੱਚ ਇੱਕ ਦੂਜੇ ਦੇ ਪੈਰਲਲ ਭਾਵ ਕੀ ਸਮਾਨਾਂਤਰ ਹੋ ਸਕਦੀਆਂ ਪਰ ਜਿਹੜੀਆਂ ਰੇਖਾਵਾਂ ਆਪਾਂ ਉੱਪਰੋਂ ਥੱਲੇ ਨੂੰ ਖਿੱਚਦੇ ਆ ਉਹ ਉੱਪਰੋਂ ਵੀ ਜੁੜਦੀਆਂ ਤੇ ਥੱਲਿਓਂ ਵੀ ਜੁੜਦੀਆਂ ਉਹ ਆਪਸ ਵਿੱਚ ਸਮਾਨਾਂਤਰ ਭਾਵ ਕੀ ਪੈਰਲਲ ਨਹੀਂ ਹੁੰਦੀਆਂ ਉੱਪਰੋਂ ਥੱਲੇ ਨੂੰ ਵਗੀਆਂ ਹੋਈਆਂ ਰੇਖਾਵਾਂ ਨੂੰ ਲੌਂਗੀਟਿਊਡਸ ਭਾਵ ਦੇਸ਼ਾਂਤਰ ਕਹਿੰਦੇ ਆ ਤੇ ਜਿਹੜੀਆਂ ਰੇਖਾਵਾਂ ਅਸੀਂ ਇਸ ਤਰੀਕੇ ਨਾਲ ਲਵਾਉਣੇ ਆ ਲਟਵੀਆਂ ਹਰੀਜ਼ੋਂਟਲ ਲਵਾਉਣੇ ਆ ਉਹਨਾਂ ਨੂੰ ਅਸੀਂ ਅਕਸ਼ਾਂਸ਼ ਭਾਵ ਕੀ ਲੈਟੀਟਿਊਡਸ ਕਹਿੰਦੇ ਆ ਸੋ ਸਭ ਤੋਂ ਪਹਿਲਾਂ ਤਾਂ ਸਾਡੇ ਬੇਸਿਕਸ ਇੱਥੇ ਕਲੀਅਰ ਹੋ ਜਾਣਗੇ ਕਿ ਭਈ ਸਾਨੂੰ ਸਾਡੀ ਧਰਤੀ ਅਸਲ 'ਚ ਹੈ ਕਿੱਥੇ ਆ ਜੇ ਅਸੀਂ ਇਸ ਮੈਪ ਨੂੰ ਸੱਚ ਮੰਨ ਕੇ ਚੱਲੀਏ ਤਾਂ ਇਸ ਮੈਪ ਦੇ ਵਿੱਚ ਇੰਡੀਆ ਕਿਤੇ ਇਸ ਇਲਾਕੇ 'ਚ ਫਿੱਟ ਹੁੰਦਾ ਹੈ ਤੇ ਦੁਨੀਆ ਦੇ ਨੂੰ ਦੁਨੀਆ ਦਾ ਕੇਂਦਰ ਹੈਕ ਤੇ ਪਹਿਲੀ ਗੱਲ ਤਾਂ ਕਿਸੇ ਨੂੰ ਨਹੀਂ ਪਤਾ ਦੇਖੋ ਇੱਕ ਗੱਲ ਆ ਜਿਹਦੇ ਹੱਥ 'ਚ ਡਾਂਗਾਂ ਮੱਝ ਵੀ ਉਹੀ ਐ ਇਹ ਪੁਰਾਣੀ ਕਹਾਵਤ ਆਪਣੇ ਚੱਲ ਰਹੀ ਐ ਦੁਨੀਆ ਨੇ ਆਪਣਾ ਦੁਨੀਆ 'ਚ ਸੈਂਟਰ ਉਹੀ ਬਣਿਆ ਇੱਕ ਇਤਿਹਾਸ ਖੋਲ ਕੇ ਦੇਖ ਲਓ ਦੁਨੀਆ 'ਚ ਕਦੀ ਮੰਨਿਆ ਜਾਂਦਾ ਸੀ ਕਿ ਭਾਰਤ ਦੀ ਇੰਨੀ ਸਰਤਾਰੀ ਸੀ ਕਿ ਉਜੈਨਵੀ ਸੈਂਟਰ ਸੀ ਦੁਨੀਆ ਦਾ ਵਕਤ ਬਦਲਿਆ ਇਸਲਾਮ ਇਸ ਦੁਨੀਆ ਤੇ ਕਾਬਜ ਹੋਇਆ ਤੇ ਬਗਦਾਦ ਦੁਨੀਆ ਦਾ ਸੈਂਟਰ ਬਣਿਆ 19 18ਵੀਂ ਸਦੀ 17ਵੀਂ ਸਦੀ ਇੰਡਸਟਰੀਅਲ ਰੈਵਿਊਸ਼ਨ ਹੋਈ ਉਦਯੋਗਿਕ ਕ੍ਰਾਂਤੀ ਹੋਈ ਤੇ ਇੰਗਲੈਂਡ ਦੁਨੀਆ ਦਾ ਰਾਜਾ ਬਣਿਆ ਤੇ ਇੰਗਲੈਂਡ ਦਾ ਗ੍ਰੀਨਵਿਚ ਪਿੰਡ ਸੀਗਾ ਉਥੋਂ ਦੁਨੀਆ ਦਾ ਸੈਂਟਰ ਕੱਢ ਦਿੱਤਾ ਗਿਆ ਕਿ ਦੁਨੀਆ ਦਾ ਇਹ ਸੈਂਟਰ ਆ ਮੰਨ ਲੈਂਦੇ ਆ ਵੀ ਅਸੀਂ ਹੋਰ ਕੀ ਕਰ ਸਕਦੇ ਆ ਜਿਹਦੀ ਜਿਹਦੇ ਹੱਥ ਚ ਪਾਵਰ ਆ ਉਹ ਦੁਨੀਆ ਦੇ ਸੈਂਟਰ ਚ ਆ ਬਾਕੀ ਉਹਦੇ ਖੱਬੇ ਆ ਤੇ ਉਹਦੇ ਸੱਜੇ ਆ ਠੀਕ ਆ ਭਾਵ ਕਿ ਇੰਗਲੈਂਡ ਆਪਣੇ ਆਪ ਚ ਇੱਕ ਰਾਜਾ ਹੈ ਇੱਕ ਬੋਡੀਗਾਰਡ ਅਮਰੀਕਾ ਹੈ ਤੇ ਇੱਕ ਈਸਟਾ ਮਤਲਬ ਇੱਕ ਨੂੰ ਪੱਛਮ ਕਹਿੰਦੇ ਆ ਇੱਕ ਨੂੰ ਪੂਰਬ ਕਹਿੰਦੇ ਆ ਇੱਕ ਨੂੰ ਵੈਸਟ ਕਹਿੰਦੇ ਆ ਇੱਕ ਨੂੰ ਈਸਟ ਕਹਿੰਦੇ ਆ ਤੇ ਆਪਣੇ ਆਪ ਨੂੰ ਕੇਂਦਰ ਭਾਵ ਕੀ ਸੈਂਟਰ ਕਹਿੰਦੇ ਆ ਖੈਰ ਦੁਨੀਆ ਦਾ ਸੈਂਟਰ ਐਵੇਂ ਤੈ ਹੋਇਆ ਤੇ ਜੇ ਦੁਨੀਆ ਦਾ ਸੈਂਟਰ ਐਵੇਂ ਤੈ ਹੋ ਹੀ ਗਿਆ ਫਿਰ ਇੰਡੀਆ ਕਿਸੇ ਪਾਸੇ ਤਾਂ ਆਉਂਦਾ ਹੀ ਹੋਊਗਾ ਇੰਡੀਆ ਆਉਂਦਾ ਹੈ ਪੂਰਬ ਵਾਲੇ ਪਾਸੇ ਭਾਵ ਈਸਟ ਵਾਲੇ ਪਾਸੇ ਜੇ ਅਸੀਂ ਦੁਨੀਆ ਨੂੰ ਉੱਪਰੋਂ ਲੈ ਕੇ ਥੱਲੇ ਤੱਕ ਧਰਤੀ ਦੇ ਸੈਂਟਰ ਚ ਇੱਕ ਲਟਵੀ ਰੇਖਾ ਵਾਹੀਏ ਜਿੰਨੂੰ ਅਸੀਂ ਇਕਵੇਟਰ ਭਾਵ ਭੂਮਧ ਰੇਖਾ ਕਹਿੰਨੇ ਆ ਸੈਂਟਰ ਕਹਿੰਨੇ ਆ ਧਰਤੀ ਦਾ ਹਾਰੀਜ਼ਨਟਲ ਲਟਵੀ ਰੇਖਾ ਦੇ ਰੂਪ ਦੇ ਵਿੱਚ ਫੇਰ ਇੰਡੀਆ ਨਾਰਥ ਵਾਲੇ ਪਾਸੇ ਆਉਂਦਾ ਉੱਤਰ ਵਾਲੇ ਪਾਸੇ ਆਉਂਦਾ ਦੋਵਾਂ ਚੀਜ਼ਾਂ ਨੂੰ ਜੋੜ ਕੇ ਸਮਝੋ ਇੰਡੀਆ ਨਾਰਥ ਈਸਟ ਚ ਆਉਂਦਾ ਹੈ ਉੱਤਰ ਪੂਰਬੀ ਦੇਸ਼ ਆ ਮਤਲਬ ਚਾਰ ਅਰਧ ਗੋਲੇ ਦੇ ਚਾਰ ਹਿੱਸੇ ਉੱਤਰ ਪੂਰਬ ਠੀਕ ਆ ਦੱਖਣ ਪੂਰਬ ਸਾਊਥ ਈਸਟ ਉੱਤਰ ਪੱਛਮ ਨਾਰਥ ਵੈਸਟ ਤੇ ਦੱਖਣ ਸਾਊਥ ਵੈਸਟ ਦੱਖਣ ਪੱਛਮ ਠੀਕ ਆ ਸੋ ਇਹ ਚਾਰ ਕੋਨਿਆਂ ਚੋਂ ਇੰਡੀਆ ਨਾਰਥ ਈਸਟ ਹੈਮਿਸਫੀਅਰ ਚ ਮਤਲਬ ਇਸ ਕੁਆਡਰੈਂਟ ਇਸ ਚੌਥਾਈ ਹਿੱਸੇ ਦੇ ਵਿੱਚ ਲਾਈ ਕਰਦਾ ਹੈ ਇਹ ਤਾਂ ਇੰਡੀਆ ਦੀ ਸਥਿਤੀ ਹੋ ਗਈ ਤੇ ਮੋٹے ਤੌਰ ਤੇ ਸਾਨੂੰ ਇਹ ਵੀ ਆਈਡੀਆ ਲੱਗ ਗਿਆ ਕਿ ਦੁਨੀਆ ਨੂੰ ਜਦੋਂ ਅਸੀਂ ਸਮਝਾਂਗੇ ਦੇਖੋ ਦੁਨੀਆ ਬਾਰੇ ਤਾਂ ਆਪਾਂ ਇਹਨਾਂ ਲੈਟੀਟਿਊਡਸ ਲੌਂਗੀਟਿਊਡਸ ਬਾਰੇ ਤੇ ਅਸੀਂ ਸਮਝਦੇ ਹਾਂ ਇੱਕ ਚੈਪਟਰ ਹੁੰਦਾ ਸਾਡਾ ਲੈਟੀਟਿਊਡਸ ਐਂਡ ਲੌਂਗੀਟਿਊਡਸ ਜਦੋਂ ਅਸੀਂ ਫਿਜ਼ੀਕਲ ਜੀਓਗ੍ਰਾਫੀ ਪੜ੍ਹਦੇ ਹਾਂ ਭੂਗੋਲਿਕ ਮਤਲਬ ਕਿ ਜੀਓਗ੍ਰਾਫੀ ਅਸੀਂ ਪੜ੍ਹਦੇ ਹਾਂ ਵਿਗਿਆਨ ਪੜ੍ਹਦੇ ਹਾਂ ਤਾਂ ਫਿਜ਼ੀਕਲ ਜੀਓਗ੍ਰਾਫੀ ਦੇ ਵਿੱਚ ਅਸੀਂ ਇੱਕ ਸਬਜੈਕਟ ਪੜਦੇ ਆ ਅੱਗੇ ਸਭ ਸਬਜੈਕਟ ਪੜਦੇ ਆ ਕਲਾਈਮੈਟੋਲੋਜੀ ਜਲਵਾਯੂ ਵਿਗਿਆਨ ਤਾਂ ਜਲਵਾਯੂ ਵਿਗਿਆਨ ਇੱਕ ਹੁੰਦੀ ਆ ਆਪਣੀ ਜੀਓਮੋਰਫੋਲੋਜੀ ਠੀਕ ਆ ਭੂ ਵਿਗਿਆਨ ਤੇ ਉਸ ਤੋਂ ਬਾਅਦ ਹੁੰਦਾ ਹੈ ਓਸ਼ੀਨੋਗ੍ਰਾਫੀ ਜਲ ਵਿਗਿਆਨ ਉਹਦੇ ਚ ਜਦੋਂ ਅਸੀਂ ਕਲਾਈਮੈਟੋਲੋਜੀ ਪੜਦੇ ਆ ਉੱਥੇ ਸਾਨੂੰ ਲੈਟੀਟਿਊਡਸ ਤੇ ਲੌਂਗੀਟਿਊਡਸ ਨੂੰ ਡਿਟੇਲ ਚ ਪੜਨ ਦਾ ਸੁਭਾਅ ਮਿਲਦਾ ਹੈ ਇੰਡੀਆ ਦੀ ਜੀਓਗ੍ਰਾਫੀ ਚ ਤਾਂ ਉਹਦਾ ਇੱਕ ਇੱਥੋਂ ਤੱਕ ਰੋਲ ਆ ਕਿ ਤੁਹਾਨੂੰ ਪਤਾ ਲੱਗੇ ਕਿ ਲੈਟੀਟਿਊਡ ਤੇ ਲੌਂਗੀਟਿਊਡ ਹੁੰਦੇ ਕੀ ਆ ਲੈਟ ਅਸ ਸਪੋਜ਼ ਆ ਗੋਲਾ ਇੰਡੀਆ ਹੈ ਠੀਕ ਹੈ ਇਹ ਬਿੰਦੂ ਇੰਡੀਆ ਹੈ ਤਾਂ ਮੰਨਿਆ ਜਾਂਦਾ ਹੈ ਕਿ ਦੁਨੀਆ ਦੇ ਸੈਂਟਰ ਚੋਂ ਜਿਹੜੀ ਸਿੱਧੀ ਰੇਖਾ ਖਿੱਚੀ ਗਈ ਹੈ ਇਹ ਸਭ ਤੋਂ ਮੇਨ ਲੈਟੀਟਿਊਡ ਹੈ ਸਭ ਤੋਂ ਖਾਸ ਲੈਟੀਟਿਊਡ ਹੈ ਇਸ ਲੈਟੀਟਿਊਡ ਨੂੰ ਕੀ ਕਿਹਾ ਗਿਆ ਇਕਵੇਟਰ ਪੰਜਾਬੀ ਚ ਭੂਮਤ ਰੇਖਾ ਠੀਕ ਹੈ ਹੁਣ ਇਕਵੇਟਰ ਤੁਸੀਂ ਲੈਟੀਟਿਊਡਸ ਕਿੰਨੀਆਂ ਖਿੱਚ ਸਕਦੇ ਹੋ ਅਣਗਿਣਤ ਭਾਵੇਂ ਤੁਸੀਂ ਅੱਧੇ ਅੱਧੇ ਡਿਗਰੀ ਤੇ ਉੱਪਰ ਜਾ ਕੇ ਲੈਟੀਟਿਊਡ ਖਿੱਚੋ ਹੁਣ ਤੁਸੀਂ ਕਹੋਗੇ ਸਰ ਅੱਧਾ ਡਿਗਰੀ ਉੱਪਰ ਕਿਵੇਂ ਜਾਵਾਂਗੇ ਉੱਪਰ ਨੂੰ ਜਦੋਂ ਬੰਦਾ ਜਾਂਦਾ ਏ ਤਾਂ ਬੰਦਾ ਤਾਂ ਕਿਲੋਮੀਟਰਾਂ 'ਚ ਜਾਂਦਾ ਡਿਗਰੀਆਂ 'ਚ ਥੋੜਾ ਜਾਂਦਾ ਡਿਗਰੀਆਂ 'ਚ ਤਾਂ ਬੰਦਾ ਘੁੰਮ ਕੇ ਜਾਂਦਾ ਜਦੋਂ ਆਪਾਂ ਐਂਗਲ ਘਮਾਉਨੇ ਆ ਡਿਗਰੀ ਤਾਂ ਉਦੋਂ ਬਣਦੀ ਆ ਬੇਸ਼ੱਕ ਜੇ ਕੋਈ ਮੈਨੂੰ ਕਵੇ ਮੈਂ 2 ਡਿਗਰੀ ਤੁਸੀਂ ਇੱਥੇ ਡੀ ਰੱਖੋ ਡੀ ਸਮਝ ਗਏ ਨਾ ਜਿਹੜੀ ਆਪਾਂ ਨੂੰ ਜਿਓਮੈਟਰੀ ਬਾਕਸ 'ਚ ਮਿਲਦੀ ਸੀ ਇੱਥੇ ਤੁਸੀਂ 4 ਡਿਗਰੀ ਦਾ ਐਂਗਲ ਬਣਾ ਲਓ ਬਣਾ ਲਿਆ ਤਾਂ ਉਹਦੇ ਸਮਾਨਾਂਤਰ ਰਾਈਨ ਖਿੱਚ ਦਿਓ ਇਹਨੂੰ ਕਵਾਂਗੇ 4 ਡਿਗਰੀ ਵਾਲੀ ਲੈਟੀਟਿਊਡ ਹੋਊਗੀ ਉਹ ਪੈਰਲਲੀ ਪਰ ਤੁਸੀਂ ਕਹੋਗੇ ਸਰ ਉਹ ਡਿਗਰੀ ਕਿੱਥੇ ਬਣਦੀ ਆ ਐਂਗਲ ਤਾਂ ਦਿਖ ਨਹੀਂ ਰਿਹਾ ਐਂਗਲ ਬਣਦਾ ਏਸ ਜਗ੍ਹਾ ਤੇ ਆ ਦੱਸੋ ਜੀ ਗੱਲ ਕਲੀਅਰ ਹੋ ਗਈ ਇਟ ਮੀਨਸ ਜੇ ਤੁਸੀਂ ਮੈਨੂੰ ਕਹੋਗੇ ਸਰ 1 ਡਿਗਰੀ ਲੈਟੀਟਿਊਡ 2 ਡਿਗਰੀ ਲੈਟੀਟਿਊਡ 3 ਡਿਗਰੀ ਲੈਟੀਟਿਊਡ ਇੱਥੋਂ ਤੱਕ ਕਿ ਭਾਵੇਂ 3.5 ਡਿਗਰੀ ਵੀ ਬਣਾ ਲਓ 4.5 ਬਣਾ ਲਓ ਪੌਣੇ 5 ਡਿਗਰੀ ਦਾ ਲੈਟੀਟਿਊਡ ਬਣਾ ਲਓ ਤਾਂ ਤੁਸੀਂ ਧਰਤੀ ਦੇ ਸੈਂਟਰ 'ਚ ਜਿੱਥੇ ਇਕਵੇਟਰ ਆਹ ਵਾਲੀ ਤੇ ਆਹ ਵਾਲੀ ਦੋਵੇਂ ਪਾਸੇ ਉਹ ਧਰਤੀ ਦਾ ਸੈਂਟਰ ਬੰਨਿਆ ਗਿਆ ਹੈ ਉੱਥੇ ਜੋੜੋ ਠੀਕ ਆ ਉਸ ਪੁਆਇੰਟ ਨੂੰ ਜੋੜੋ ਹਜੇ ਤਾਂ ਮੈਂ ਸਾਰੇ ਫੈਕਟਸ ਪੜਾਉਂਗਾ ਨਾ ਕਿ ਇਹ ਪੁਆਇੰਟ ਦੁਨੀਆ 'ਚ ਕਿੱਥੇ ਲਾਈ ਕਰਦਾ ਜਿੱਥੇ ਦੋਵੇਂ ਰੇਖਾਂ ਆ ਕੇ ਜੁੜ ਜਾਣਗੀਆਂ ਧਰਤੀ ਦੇ ਸੈਂਟਰ ਵਾਲੀਆਂ ਬਾਅਦ ਦੀਆਂ ਗੱਲਾਂ ਨੇ ਠੀਕ ਆ ਤਾਂ ਗਲਫ ਆਫ ਗਵੇਨਾ ਤੱਕ ਪਹੁੰਚਾਂਗੇ ਆਪਾਂ ਪਰ ਫਿਲਹਾਲ ਦੀ ਘੜੀ ਅਜੇ ਜਸਟ ਉੱਪਰੋਂ-ਉੱਪਰੋਂ ਕਿ ਧਰਤੀ ਦੇ ਸੈਂਟਰ ਰੱਖੋ ਤੇ ਅਸੀਂ ਇਸ ਤਰੀਕੇ ਨਾਲ ਆਪਣੀ ਲਾਈਨ ਡਰਾ ਕਰ ਸਕਦੇ ਹਾਂ ਲਓ ਜੀ ਇਹ ਵੀ ਗੱਲ ਕਲੀਅਰ ਹੋ ਗਈ ਇਹਦਾ ਮਤਲਬ ਜਦੋਂ ਅਸੀਂ ਧਰਤੀ ਤੋਂ ਉੱਪਰ ਨੂੰ ਜਾਵਾਂਗੇ ਜਿਹੜੀ ਸਭ ਤੋਂ ਸੈਂਟਰ ਵਾਲੀ ਜਿਹੜੀ ਲੈਟੀਟਿਊਡ ਇਹਨੂੰ ਕਹਿੰਦੇ ਆ 0 ਡਿਗਰੀ ਲੈਟੀਟਿਊਡ ਕਿੰਨੇ ਡਿਗਰੀ 0 ਡਿਗਰੀ ਮਤਲਬ ਕਿ ਇਹ 0 ਡਿਗਰੀ ਲੈਟੀਟਿਊਡ ਆ ਤੁਸੀਂ ਡੀ ਰੱਖ ਕੇ 1 ਡਿਗਰੀ ਤੇ ਲਾਈਨ ਮਾਰ ਕੇ ਇਧਰ ਨੂੰ ਲਾਈਨ ਮਾਰ ਲਿਓ ਇਹ 1 ਡਿਗਰੀ ਲੈਟੀਟਿਊਡ ਹੋ ਜਾਊਗੀ ਫਿਰ 2 ਡਿਗਰੀ ਮਾਰਤਾ ਭਾਵੇਂ 2.5 ਡਿਗਰੀ ਤੇ ਵੀ ਲਓ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਮੇਨ ਮੇਨ ਮਸ਼ਹੂਰ ਨੇ 1-1 ਡਿਗਰੀ ਦੇ ਡਿਫਰੈਂਸ ਵਾਲੀਆਂ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਹ ਸਾਰੀਆਂ ਲੈਟੀਟਿਊਡਸ ਇਹ ਸਾਰੀਆਂ ਅਕਸ਼ਾਂਸ਼ ਰੇਖਾਵਾਂ ਆਪਸ ਦੇ ਵਿੱਚ ਪੈਰਲਲ ਹੁੰਦੀਆਂ ਸਮਾਨਾਂਤਰ ਹੁੰਦੀਆਂ ਤੇ ਇਹਨਾਂ ਦੇ ਵਿਚਲੀ ਦੂਰੀ 111 ਤੋਂ 112 ਕਿਲੋਮੀਟਰ ਦੇ ਵਿੱਚ ਹੁੰਦੀ ਆ ਜੇ ਤੁਸੀਂ 1-1 ਡਿਗਰੀ ਦੇ ਗੈਪ ਤੇ ਜਾਓਗੇ 90 ਡਿਗਰੀ ਤੱਕ ਜਾਂਦੇ ਜਾਂਦੇ ਤੁਸੀਂ ਉੱਪਰਲੇ ਧੁਰੇ ਤੇ ਪਹੁੰਚ ਜਾਓਗੇ ਇਸ ਚੀਜ਼ ਨੂੰ ਕਹਿੰਦੇ ਆ ਨਾਰਥ ਪੋਲ ਉੱਤਰੀ ਧੁਰਾ ਤੇ ਐਵੇਂ ਜੇ ਤੁਸੀਂ ਥੱਲੇ ਨੂੰ ਆਈ ਜਾਓਗੇ ਤਾਂ ਤੁਸੀਂ ਇੱਥੇ ਪਹੁੰਚ ਜਾਓਗੇ ਇਹਨੂੰ ਕਹਿੰਦੇ ਆ ਸਾਊਥ ਪੋਲ ਭਾਵ ਕੀ ਦੱਖਣੀ ਧੁਰਾ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝ ਆ ਗਿਆ ਕਿ ਨਾਰਥ ਪੋਲ ਕੀ ਚੀਜ਼ ਹੈ ਤੇ ਇਹ ਵੀ ਸਮਝ ਆ ਗਿਆ ਕਿ ਸਾਊਥ ਪੋਲ ਕੀ ਚੀਜ਼ ਹੈ ਕਲੀਅਰ ਹੋ ਗਈ ਗੱਲ ਅਸੀਂ ਇਕਵੇਟਰ ਤੋਂ ਕਿਵੇਂ ਉੱਪਰ ਨੂੰ ਜਾਣਾ ਹੈ ਤੇ ਕਿਵੇਂ ਉਸ ਇਕਵੇਟਰ ਤੋਂ ਅਸੀਂ ਥੱਲੇ ਨੂੰ ਆਉਣਾ ਹੈ ਕਿਸੇ ਨੂੰ ਕੋਈ ਡਾਊਟ ਰਹਿਣੀ ਨਹੀਂ ਚਾਹੀਦੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਕਨਸੈਪਟ ਕਲੀਅਰ ਹੋ ਗਿਆ ਕਿ ਅਸੀਂ ਇਕਵੇਟਰ ਤੋਂ ਉੱਪਰ ਤੇ ਇਕਵੇਟਰ ਤੋਂ ਥੱਲੇ ਇਕਵੇਟਰ ਕੀ ਚੀਜ਼ ਆ ਭੂਮਧ ਰੇਖਾ ਕੀ ਆ 0 ਡਿਗਰੀ ਵਾਲੀ ਲੈਟੀਟਿਊਡ ਨੂੰ 0 ਫਿਰ ਡਿਗਰੀ ਵਾਲੀ ਜਿਹੜੀ ਸਾਡੀ ਅਕਸ਼ਾਂਸ਼ਾ ਉਹਨੂੰ ਅਸੀਂ ਇਕਵੇਟਰ ਕਹਿੰਨਾ ਹੈ ਇਸ ਤੋਂ 1 1 ਡਿਗਰੀ ਕਰਕੇ ਉੱਪਰ ਜਾਓ 2 ਡਿਗਰੀ 3 ਡਿਗਰੀ 5 ਡਿਗਰੀ 8 ਡਿਗਰੀ 22 ਡਿਗਰੀ 23 ਡਿਗਰੀ 24 ਡਿਗਰੀ 25 ਡਿਗਰੀ 26 ਡਿਗਰੀ ਜਦੋਂ ਤੁਸੀਂ 90 ਡਿਗਰੀ ਉੱਪਰ ਪਹੁੰਚ ਗਏ ਤਾਂ ਤੁਹਾਡੀ ਡੀ ਬਿਲਕੁਲ ਤੁਹਾਨੂੰ ਉੱਪਰ ਲੈ ਜਾਊਗੀ ਤੁਸੀਂ ਸਿਰਫ ਲਾਈਨਾਂ ਮਾਰਦੇ ਮਾਰਦੇ ਐਵੇਂ ਛੋਟੀਆਂ ਛੋਟ ਆਪਣੀਆਂ ਲਾਈਨਾਂ ਨੂੰ ਛੋਟੀਆਂ ਛੋਟੀਆਂ ਕਰਦੇ ਜਾਓਗੇ ਆਖਰ ਤੁਸੀਂ ਫਿਰ ਇੱਕ ਜਗ੍ਹਾ ਤੇ ਆ ਕੇ ਇੱਕ ਬਿੰਦੂ ਤੇ ਪਹੁੰਚ ਜਾਓਗੇ ਕਹਾਣੀ ਖਤਮ ਆ ਦਸੋ ਜੀ ਗੱਲ ਕਲੀਅਰ ਆ ਤਾਂ ਜਿੱਥੇ ਉਹ ਬਿੰਦੂ ਆ ਗਿਆ ਇਹਦਾ ਮਤਲਬ ਉਹ ਤੁਹਾਡਾ ਸਭ ਤੋਂ ਉੱਪਰ ਵਾਲਾ ਲੈਟੀਟਿਊਡ ਸਭ ਤੋਂ ਉੱਪਰ ਵਾਲਾ ਅਕਸ਼ਾਂਸ਼ ਆ ਤੇ ਜਿਹੜਾ 90 ਡਿਗਰੀ ਵਾਲਾ ਲੈਟੀਟਿਊਡ ਹੁੰਦਾ ਏ ਉਹ ਇੱਕ ਲਾਈਨ ਨਹੀਂ ਹੁੰਦੀ ਨੋਟਿਸ ਕਰੋ ਉੱਪਰ ਨੂੰ ਜਾਂਦੇ ਲਾਈਨ ਵੱਧ ਰਹੀ ਹੈ ਕਿ ਘਟ ਰਹੀ ਹੈ ਘਟ ਰਹੀ ਹੈ ਉੱਪਰ ਨੂੰ ਜਾਂਦੇ ਜਾਂਦੇ ਇਹ ਲਾਈਨ ਇੱਕ ਬਿੰਦੂ ਬਣ ਜਾਂਦੀ ਹੈ ਜਿੱਥੇ ਉੱਪਰ ਜਾ ਕੇ ਬਿੰਦੂ ਬਣ ਗਈ ਉਹਨੂੰ ਕਹਿੰਦਾ ਨਾਰਥ ਪੋਲ ਜਿੱਥੇ ਥੱਲੇ ਜਾ ਕੇ ਬਿੰਦੂ ਬਣ ਗਈ ਉਹਨੂੰ ਕੀ ਕਹਿੰਦਾ ਸਾਊਥ ਪੋਲ ਹੁਣ ਆਖਰ ਇਹ ਲੈਟੀਟਿਊਡਜ਼ ਬਾਰੇ ਸਮਝ ਆ ਗਈ ਬੇਸਿਕ ਜਾਣਕਾਰੀ ਕਿ ਸਭ ਤੋਂ ਮੇਨ ਲੈਟੀਟਿਊਡ ਜਿਹੜੀ ਆਪਾਂ ਨੋਟਿਸ ਕੀਤੀ ਆ ਉਹ ਹੈਗੀ ਏ ਧਰਤੀ ਦੇ ਸੈਂਟਰ ਵਾਲੀ ਬਾਕੀ ਸਾਰੀਆਂ ਲੈਟੀਟਿਊਡਜ਼ ਆਹੀ ਨੇ ਕਹਾਣੀਆਂ ਥੱਲੇ ਨੂੰ ਆਈ ਜਾਓ ਲੈਟੀਟਿਊਡਜ਼ ਇਸ ਤਰੀਕੇ ਨਾਲ ਘਟਦੀਆਂ ਜਾਣਗੀਆਂ ਠੀਕ ਅਸਲ ਦੇ ਵਿੱਚ ਸਾਰੀ ਕਹਾਣੀ ਰਚਦਾ ਕੌਣ ਆ ਇਹ ਸਾਰੀਆਂ ਗੱਲਾਂ ਨੂੰ ਤੈਅ ਕੌਣ ਕਰਦਾ ਹੈ ਇੱਕ ਆੜੇ ਦਿਵਾਲੇ ਸਾਡੇ ਹੈਗਾ ਏ ਖਾਸ ਤੰਤਰ ਜਿਹਨੂੰ ਅਸੀਂ ਸੂਰਜ ਕਹਿੰਦੇ ਆ ਸੂਰਜ ਦੇ ird gird ਸਾਰੀ ਖੇਡ ਘੁੰਮਦੀ ਏ ਇਹ ਵੀ ਪਤਾ ਸਾਰਿਆਂ ਨੂੰ ਦੇ ਸ਼ਾਇਦ ਤੁਹਾਨੂੰ ਇਹ ਵੀ ਪਤਾ ਹੋਵੇ ਕਿ ਕਹਿਣ ਵਾਲੇ ਜਿਹੜੇ ਕਹਿੰਦੇ ਆ ਕਿ ਧਰਤੀ ਦੀ ਜਿਹੜੀ ਆ ਧੁਰਾ ਐ ਐਕਸਿਸ ਇਹ ਸਿੱਧੀ ਆ ਇਹ ਵੀ ਸਿੱਧੀ ਨਹੀਂ ਹੈਗੀ ਇਹ ਵੀ ਸਿੱਧੇ ਹੋਣ ਤੋਂ 23.5 ਡਿਗਰੀ ਟੇਢੀ ਆ ਧਰਤੀ ਟੇਢੀ ਆ ਸੂਰਜ ਵੱਲੋਂ ਤੇ ਜੇ ਸੂਰਜ ਵੱਲੋਂ ਧਰਤੀ ਟੇਢੀ ਆ ਇਹਦੇ ਕਰਕੇ ਕੁਝ ਗੜਬੜਾਤ ਹੁੰਦੀਆਂ ਹੀ ਆ ਇਹਦਾ ਮਤਲਬ ਇਹ ਧਰਤੀ ਜਦੋਂ ਟੇਢੀ ਜਿਹੜੀ ਚੀਜ਼ ਸਿੱਧੀ ਹੋਊਗੀ ਆ ਸੂਰਜ ਇਹਨੇ ਸੂਰਜ ਦੇ ਦਿਵਾਲੇ ਸਿੱਧਾ ਘੁੰਮੀ ਜਾਣਾ ਤਾਂ ਆ ਪਾਸਾ ਤੇ ਆ ਪਾਸਾ ਹਮੇਸ਼ਾ ਸੂਰਜ ਵੱਲ ਇੱਕ ਬਰਾਬਰ ਦੂਰੀ ਤੇ ਰਹੂਗਾ ਮੰਨਦੇ ਹੋ ਪਰ ਜੇ ਧਰਤੀ ਟੇਢੀ ਆ ਉੱਪਰ ਵਾਲਾ ਪਾਸਾ ਸੂਰਜ ਵੱਲ ਝੁਕ ਗਿਆ ਥੱਲੇ ਵਾਲਾ ਪਾਸਾ ਸੂਰਜ ਤੋਂ ਪਿੱਛੇ ਚਲੇ ਗਿਆ ਖੇਡ ਪਲਟ ਗਈ ਨਾ ਹੁਣ ਜੇ ਆ ਐਵੇਂ ਹੁੰਦੀ ਤਾਂ ਕੁਛ ਨਾ ਹੁੰਦਾ ਪਰ ਐਵੇਂ ਹੋ ਗਿਆ ਤੇ ਗੜਬੜ ਹੋ ਗਈ ਆ ਉੱਪਰਲਾ ਹਿੱਸਾ ਨਾਰਥ ਹੈਮਿਸਫੀਅਰ ਉੱਤਰੀ ਅਰਧ ਗੋਲਾ ਆ ਇਕਵੇਟਰ ਤੋਂ ਉੱਪਰ ਵਾਲਾ ਤੇ ਆ ਥੱਲੜਾ ਹਿੱਸਾ ਸਾਊਥ ਹੈਮਿਸਫੀਅਰ ਦੱਖਣੀ ਅਰਧ ਗੋਲਾ ਹੁਣ ਇੱਕ ਗੱਲ ਦੱਸੋ ਕਿਹੜਾ ਇਲਾਕਾ ਸੂਰਜ ਵੱਲ ਨੂੰ ਝੁਕਿਆ ਹੋਇਆ ਹੈ ਨਾਰਥ ਵਾਲਾ ਤੇ ਨਾਰਥ ਵਾਲੇ ਪਾਸੇ ਗਰਮੀਆਂ ਹੋਣਗੀਆਂ ਘੁੰਮਦੇ 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 ਸੀਨ ਇੱਕ ਤਾਂ ਇਹਨੇ ਆਪਣੇ ਧੁਰੇ ਦੇ ਦੁਆਲੇ ਵੀ ਘੁੰਮਣਾ ਹੈ ਦੈਨਿਕ ਗਤੀ ਜਿਹਨੂੰ ਆਪਾਂ ਕੀ ਕਹਿੰਦੇ ਆ ਅ ਇੰਗਲਿਸ਼ 'ਚ ਆਪਾਂ ਕੀ ਕਹਿੰਦੇ ਆ ਰੋਟੇਸ਼ਨ ਠੀਕ ਆ ਹੁਣ ਇਹਨੇ ਆਪਣੇ ਆਲੇ ਦੁਆਲੇ ਵੀ ਘੁੰਮਣਾ ਹੈ ਉਹ ਆਪਣੇ ਆਲੇ ਦੁਆਲੇ ਘੁੰਮ ਕੇ ਤਾਂ ਉਹਨੇ ਐ ਕਰਨਾ ਬਸ ਕਿ ਜੇ ਸੂਰਜ ਫੇਸਿੰਗ ਆ ਤਾਂ ਦਿਨ ਪਿਛਲਾ ਪਾਸਾ ਰਾਤ ਆ 24 ਘੰਟੇ ਬਾਅਦ ਦਿਨ ਰਾਤ ਬਦਲ ਲਗੇ ਪਰ ਆ ਜਿਹੜਾ ਧਰਤੀ ਦਾ ਟੇਢਾਪਨ ਇਹ ਧਰਤੀ ਨੂੰ ਹੋਰ ਹੀ ਪਾਸੇ ਲੈ ਜਾਂਦਾ ਹੈ ਇਹ ਘੁੰਮਦੀ ਘੁੰਮਦੀ ਧਰਤੀ ਇੱਥੇ ਆ ਗਈ ਹੁਣ ਟੇਢੀ ਵੀ ਆ ਟੇਢੀ ਟੇਢਾਪਨ ਤਾਂ ਨਹੀਂ ਖਤਮ ਹੋਇਆ ਹੁਣ ਦੱਸੋ ਨਾਰਥ ਹੈਮਿਸਫੀਅਰ ਨੇੜੇ ਆ ਕਿ ਸਾਊਥ ਸੋਚ ਲਿਓ ਇੱਕ ਮਿੰਟ ਮੈਂ ਕੁਝ ਨਹੀਂ ਚੇਂਜ ਕਰ ਰਿਹਾ ਆ ਮੈਂ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਐਂਗਲ ਹੀ ਬਦਲਿਆ ਦੱਸੋ ਕਿਹੜਾ ਨੇੜੇ ਆ ਬਰਾਬਰ ਹੀ ਆ ਹੈ ਵੀ ਟੇਢੀ ਆ ਪਰ ਹੈ ਵੀ ਬਰਾਬਰ ਆ ਇਹਦਾ ਮਤਲਬ ਇਹ ਆ ਗਿਆ ਆਪਣਾ ਸਤੰਬਰ ਅਕਤੂਬਰ ਜਿਹੜਾ ਮੌਸਮ ਆ ਮਤਲਬ ਨਾ ਗਰਮੀ ਨਾ ਇਧਰ ਵੀ ਉਹੀ ਮੌਸਮ ਆ ਸਾਊਥ ਹੈਮਿਸਫੇਅਰ ਚ ਵੀ ਉਹੀ ਇਹੀ ਧਰਤੀ ਘੁੰਮਦੀ ਘੁੰਮਦੀ ਐਵੇਂ ਢੇੜਾ ਕੱਢਦੀ ਇਧਰ ਆ ਜਾਂਦੀ ਐ ਦੱਸੋ ਕਿਹੜਾ ਹੈਮਿਸਫੇਅਰ ਨੇੜੇ ਆ ਗਰਮੀ ਉਧਰ ਪਲਟ ਗਈਆਂ ਠੀਕ ਆ ਉਧਰ ਜਦੋਂ ਆਸਟ੍ਰੇਲੀਆ ਵਾਲੇ 크리스마ਸ ਮਨਾਉਂਦੇ ਆ ਤਾਂ ਗਰਮੀ ਹੁੰਦੀ ਐ ਤੇ ਨਾਰਥ ਹੈਮਿਸਫੇਅਰ ਚ ਸਰਦੀ ਹੁੰਦੀ ਐ ਇਹੀ ਘੁੰਮਦੀ ਘੁੰਮਦੀ ਇੱਥੇ ਆ ਗਈ ਧਰਤੀ ਹੁਣ ਤਾਂ ਹੁਣ ਦੱਸੋ ਕਿਹੜਾ ਨੇੜੇ ਆ ਹੁਣ ਬਰਾਬਰ ਹੈ ਧਰਤੀ ਹਜੇ ਵੀ ਟੇਢੀ ਆ ਇਹਦਾ ਮਤਲਬ ਇਹ ਬਣ ਗਏ ਚਾਰ ਸੀਜ਼ਨ ਜੇ ਆ ਟੇਢਾਪਨ ਨਾ ਹੁੰਦਾ ਕੀ ਸੀਜ਼ਨਾਂ ਦੀ ਕੋਈ ਕਹਾਣੀ ਹੁੰਦੀ ਦੇਖ ਲਓ ਤੁਹਾਡੇ ਸਾਹਮਣੇ ਆ ਆ ਵੀ ਇੱਥੇ ਆ ਆ ਹੀ ਇੱਥੇ ਆ ਇਹਨੂੰ ਘੁਮਾ ਕੇ ਇੱਥੇ ਲੈ ਜਾਓ ਇਹਨੂੰ ਘੁਮਾ ਕੇ ਇੱਥੇ ਲੈ ਜਾਓ ਇਹਦਾ ਮਤਲਬ ਸੀਜ਼ਨਾਂ ਦੀ ਖੇਡ ਦੇ ਵਿੱਚ ਟੇਢੇਪਨ ਦਾ ਰੋਲ ਤਾਂ ਹੈਗਾ ਏ ਟਿਲਟਿੰਗ ਆਫ ਐਕਸਿਸ ਆਫ ਅਰਥ ਪਲੇਜ਼ ਅ ਕੀ ਰੋਲ ਇਨ ਸੀਜ਼ਨ ਫਾਰਮੇਸ਼ਨ ਮਤਲਬ ਕੀ ਮੌਸਮਾਂ ਦੇ ਬਣਨ ਦੇ ਵਿੱਚ ਤਾਂ ਰੋਲ ਹੈਗਾ ਹੈ ਨਾ ਇਹਦਾ ਮਤਲਬ ਦੋ ਗੱਲਾਂ ਆਪਣੇ ਦਿਮਾਗ 'ਚ ਫਿੱਟ ਕਰ ਲਿਓ ਕਿ ਸਾਨੂੰ ਧਰਤੀ ਦੇ ਲੈਟੀਟਿਊਡਸ ਬਾਰੇ ਪੜਨਾ ਬੜਾ ਜ਼ਰੂਰੀ ਆ ਹੁਣ ਦੇਖੋ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਆ ਜਦੋਂ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਆ ਤਾਂ ਇੱਕ ਚੀਜ਼ ਨੋਟਿਸ ਕੀਤੀ ਕਿ ਭਈ ਜੇ ਸਪੋਜ਼ ਕਰੋ ਸੂਰਜ ਆ ਰਿਹਾ ਠੀਕ ਆ ਤੇ ਜੇ ਆ ਸਥਿਤੀ ਆ ਕਿਹੜਾ ਹੈਮਿਸਫੀਅਰ ਧਰਤੀ ਦੇ ਨੇੜੇ ਆ ਕਿਹੜਾ ਹੈਮਿਸਫੀਅਰ ਧਰਤੀ ਬਰਾਬਰ ਆ ਸੂਰਜ ਦੀ ਸਿੱਧੀ ਰੇਖਾ ਸੈਂਟਰ ਤੇ ਪੈ ਰਹੀ ਆ ਇਸ ਸਥਿਤੀ ਦੇ ਵਿੱਚ ਜਦੋਂ ਦੇਖੋ ਹੁਣ ਇੱਕ ਗੱਲ ਦੱਸੋ ਕੀ ਧਰਤੀ ਦੀ ਐਕਸਿਸ ਢੇਢੀ ਆ ਢੇਢੀ ਆ ਨਾ ਪਰ ਕੀ ਦੋਵੇਂ ਹੈਮਿਸਫੇਰ ਸੂਰਜ ਤੋਂ ਬਰਾਬਰ ਨੇ ਮਤਲਬ ਦੋਵੇਂ ਸੌਰੀ ਦੋ ਆਕ ਸੂਰਜ ਹੋ ਗਿਆ ਧਰਤੀ ਬੇਸ਼ੱਕ ਟੇਢੀ ਹੋਵੇ ਠੀਕ ਆ ਪਰ ਹੈ ਤਾਂ ਦੋਵੇਂ ਬਰਾਬਰ ਹੀ ਨੇ ਮਤਲਬ ਕਿ ਕੋਈ ਫਰਕ ਤਾਂ ਨਹੀਂ ਪਿਆ ਉਹਦੇ ਨਾਲ ਇਹਦਾ ਮਤਲਬ ਇਹ ਹੋ ਗਿਆ ਇਸ ਚੀਜ਼ ਨੂੰ ਮੈਂ ਥੋੜੇ ਜੇ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕਰਦਾ ਕਿ ਆ ਹੋਗੀ ਧਰਤੀ ਠੀਕ ਆ ਆ ਧਰਤੀ ਦੀ ਐਕਸਿਸ ਆ ਸੂਰਜ ਹੋ ਗਿਆ ਤੁਸੀਂ ਕਹੋਗੇ ਸਰ ਧਰਤੀ ਦੀ ਐਕਸਿਸ ਟੇਢੀ ਤਾਂ ਹੋਣੀ ਸੀ ਪਰ ਮੈਨੂੰ ਪਤਾ ਕਿ ਮੈਂ ਨਹੀਂ ਸ਼ੋ ਕਰ ਸਕਦਾ ਏ ਮੈਂ ਉਹ ਸਥਿਤੀ ਦਿਖਾਈ ਹੈ ਬੇਸ਼ੱਕ ਧਰਤੀ ਦੀ ਐਕਸਿਸ ਟੇਢੀ ਆ ਪਰ ਹਾਂ ਸੂਰਜ ਦੀ ਸਿੱਧੀ ਰੋਸ਼ਨੀ ਪੈ ਕਿੱਥੇ ਰਹੀ ਆ ਸੈਂਟਰ ਤੇ ਮਤਲਬ ਇਹ ਆ ਸੀਨ ਆ ਧਰਤੀ ਦੀ ਐਕਸਿਸ ਟੇਢੀ ਆ ਪਰ ਦੋਵੇਂ ਹੈਮਿਸਫੇਅਰ ਬਰਾਬਰ-ਬਰਾਬਰ ਦੂਰੀ ਤੇ ਆ ਇਸ ਕਰਕੇ ਜੇ ਦੋਵੇਂ ਅਰਧ ਗੋਲੇ ਉੱਪਰਲਾ ਤੇ ਥਲੜਾ ਬਰਾਬਰ-ਬਰਾਬਰ ਦੂਰੀ ਤੇ ਆ ਤੇ ਸੂਰਜ ਦੀ ਰੋਸ਼ਨੀ ਕਿੱਥੇ ਪੈ ਰਹੀ ਆ ਸੈਂਟਰ ਤੇ ਇਹਦਾ ਮਤਲਬ ਉਸ ਚੀਜ਼ ਨੂੰ ਦਿਖਾਉਣਾ ਦਾ ਕਿ ਸਿੰਬਲ ਭਰ ਆਏ ਜਿਵੇਂ ਆ ਕਹਾਣੀ ਵਾਪਰੀ ਸੀ ਉਵੇਂ ਹੀ ਆ ਕਹਾਣੀ ਆ ਉਸ ਸੀਨ ਨੂੰ ਮੈਂ ਇੱਥੇ ਦਿਖਾ ਰਿਆ ਕਿ ਧਰਤੀ ਦਾ ਐਕਸਿਸ ਨਹੀਂ ਟੇਢੀ ਪਰ ਮੈਨੂੰ ਮਜਬੂਰੀ 'ਚ ਦਿਖਾਉਣਾ ਪੈ ਰਿਹਾ ਕਿ ਸੂਰਜ ਦੀ ਸਿੱਧੀ ਰੋਸ਼ਨੀ ਕਿੱਥੇ ਪੈ ਰਹੀ ਹੈ ਇੱਥੇ ਹੁਣ ਦੱਸੋ ਇਸ ਸਥਿਤੀ 'ਚ ਸੂਰਜ ਦੀ ਸਿੱਧੀ ਰੋਸ਼ਨੀ ਕਿੱਥੇ ਪੈ ਰਹੀ ਹੈ ਨਾਰਥ ਵਾਲੇ ਪਾਸੇ ਕਿੰਨੇ ਡਿਗਰੀ ਵੈਸੇ ਤਾਂ ਇਕਵੇਟਰ ਤੇ ਪੈਣੀ ਸੀਗੀ ਸਿੱਧੀ ਕਿੰਨੇ ਡਿਗਰੀ ਉੱਪਰ ਸਾਢੇ 23 ਡਿਗਰੀ ਉੱਪਰ ਪਤਾ ਕਿਉਂ ਪੈ ਰਹੀ ਹੈ ਕਿਉਂਕਿ ਧਰਤੀ ਉੱਪਰੋਂ ਸਾਢੇ 23 ਡਿਗਰੀ ਟੇਢੀ ਹੈ ਇਹਦਾ ਮਤਲਬ ਅਚਾਨਕ ਇੱਕ ਗੱਲ ਹੋਈ ਕਿ ਸਰ ਸਾਨੂੰ ਨਾ ਇੱਕ ਨਵੀਂ ਚੀਜ਼ ਪਤਾ ਲੱਗੀ ਕਿ ਆ ਧਰਤੀ ਹੈ ਆਦਰ ਤੀਜੀ ਕੁਆਟਰ ਇੱਕ ਸਮਾਂ ਆਉਂਦਾ ਏ ਇਹੋ ਜਾਂ ਉਹ ਸ਼ਾਇਦ ਜੂਨ ਦੀ 21 22 ਤਰੀਕ ਦੇ ਨੇੜੇ ਆਉਂਦਾ ਉਹ ਕੁਝ ਨਹੀਂ ਪੜਨਾ ਆਪਾਂ ਇਹਦੇ ਚੋਂ ਕਿਉਂਕਿ ਆਪਣਾ ਸਿਲੇਬਸ ਇਹ ਨਹੀਂਗਾ ਫਿਜ਼ੀਕਲ ਜੀਓਗ੍ਰਾਫੀ ਆਪਣਾ ਸਿਲੇਬਸ ਕੀ ਹੈ ਇੰਡੀਆ ਦੀ ਜੀਓਗ੍ਰਾਫੀ ਪਰ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਿਓ ਕਿ ਆਪਾਂ ਉਸ ਪਾਸਿਓਂ ਨਿਕਲ ਕੇ ਇੰਡੀਆ ਦੀ ਜੀਓਗ੍ਰਾਫੀ ਨੂੰ ਸਮਝਣਾ ਬਸ ਇਹਦਾ ਮਤਲਬ ਇੱਕ ਲਾਈਨ ਬੜੀ ਇੰਪੋਰਟੈਂਟ ਹੋਗੀ ਕਿ ਸਰ ਇਕਵੇਟਰ ਤੋਂ ਉੱਪਰ ਕੋਈ ਇਹੋ ਜੀ ਰੇਖਾ ਵੀ ਹੁੰਦੀ ਹੈ ਜਿਹਨੂੰ ਮੈਂ 23.5 ਡਿਗਰੀ ਕਹਾਂ ਇਕਵੇਟਰ ਤੋਂ ਉੱਪਰ ਕੋਈ ਇਹੋ ਜੀ ਰੇਖਾ ਵੀ ਹੁੰਦੀ ਹੈ ਜਿਹਨੂੰ ਮੈਂ 23 ਤੁਸੀਂ ਕਹੋਗੇ ਸਰ ਨਾਏ ਗੁਣਿਆਂ ਚਾ ਨਾ 23 ਆ ਨਾ 24 ਆ 23 ਇੰਨੀ ਮਸ਼ਹੂਰ ਕਿਉਂ ਹੋ ਗਈ 23 ਦੇ ਮਸ਼ਹੂਰ ਹੋਣ ਦਾ ਆਹੀ ਇੱਕ ਕਾਰਨ ਸੀਗਾ ਕਿਉਂਕਿ ਧਰਤੀ ਦੀ ਟਿਲਟਿੰਗ ਕਰਕੇ ਗਰਮੀਆਂ ਦੇ ਮਹੀਨੇ ਚ ਨਾਰਥ ਹੈਮਿਸਫੀਅਰ ਚ ਉੱਪਰਲੇ ਅਰਧ ਗੋਲੇ ਚ ਆਪਣੇ ਤੇ ਸੂਰਜ ਦਾ ਸਿੱਧਾ ਪ੍ਰਕੋਪ ਉਹ ਰੇਖਾ ਚੱਲਦੀ ਆ ਉਹ ਨਾ 23 ਆ ਤੇ ਨਾ 24 ਆ ਉਹ ਕਿੰਨੀ ਆ ਭਲਾ 23 ਐਵੇਂ ਹੀ ਜਦੋਂ ਸਾਡੇ ਸਰਦੀਆਂ ਹੁੰਦੀਆਂ ਐ ਆਸਟ੍ਰੇਲੀਆ ਵਾਲੇ ਪਾਸੇ 23 ਡਿਗਰੀ ਥੱਲੇ ਇੱਕ ਰੇਖਾ ਇੰਡੀਆ ਤੋਂ ਇਕਵੇਟਰ ਤੋਂ ਉਹ ਆਪਣੇ ਤੇ ਸੂਰਜ ਦਾ ਸਿੱਧਾ ਪ੍ਰਕੋਪ ਚੱਲਦੀ ਆ ਉਹਨੂੰ ਕਹਿੰਦੇ ਆ ਟ੍ਰੋਪਿਕ ਆਫ ਕੈਪ੍ਰਿਕੌਰਨ ਉੱਪਰ ਵਾਲੀ ਨੂੰ ਕਹਿੰਦੇ ਆ ਟ੍ਰੋਪਿਕ ਆਫ ਕੈਂਸਰ ਪੰਜਾਬੀ ਪੜਨ ਵਾਲੇ ਕਹਿੰਦੇ ਆ ਕਰਕ ਰੇਖਾ ਤੇ ਮਕਰ ਰੇਖਾ ਬਸ ਆ ਕਹਾਣੀ ਆ ਇਹਦਾ ਮਤਲਬ ਲੈ ਦੇ ਕੇ ਤੇਾਨੂੰ ਇੱਕ ਗੱਲ ਸਮਝ ਆ ਗਈ ਕਿ ਸਰ ਕੱਲੀ ਜਦੋਂ ਅਸੀਂ ਧਰਤੀ ਪੜਨੀ ਆ ਨਾ ਸਿਰਫ ਧਰਤੀ ਦੇ ਸੈਂਟਰ ਦੇ ਵਿੱਚ ਲਟਵੀ ਰੇਖਾ ਹਰੀਜ਼ਨਟਲ ਲਾਈਨ ਇਕਵੇਟਰ ਨਹੀਂ ਪੜਣੀ ਹੋਰ ਵੀ ਕੁਝ ਲੈਟੀਟਿਊਡਸ ਨੇ ਜਿਹੜੀਆਂ ਬਹੁਤ ਮਸ਼ਹੂਰ ਨੇ ਇੱਕ ਨਾ 23.5 ਡਿਗਰੀ ਉੱਪਰ ਇੱਕ ਲੈਟੀਟਿਊਡ ਆ ਜਿਹਨੂੰ ਟ੍ਰੋਪਿਕ ਆਫ ਕੈਂਸਰ ਕਹਿੰਦੇ ਆ ਜਿਹਨੂੰ ਕਰਕ ਰੇਖਾ ਕਹਿੰਦੇ ਆ ਇੱਕ 23.5 ਡਿਗਰੀ ਥੱਲੇ ਵੀ ਬੜੀ ਮਸ਼ਹੂਰ ਰੇਖਾ ਹੈ ਜਿਹਨੂੰ ਮਕਰ ਰੇਖਾ ਕਹਿੰਦੇ ਆ ਟ੍ਰੋਪਿਕ ਆਫ ਕੈਪ੍ਰਿਕੌਰਨ ਕਹਿੰਦੇ ਆ ਤੇ ਸਾਨੂੰ ਇੱਕ ਗੱਲ ਹੋਰ ਸਮਝ ਆ ਗਈ ਕਿ ਸੂਰਜ ਜਿੰਨੀ ਮਰਜ਼ੀ ਜੁਗਲਬੰਦੀ ਕਰੇ ਸੂਰਜ ਕਦੀ ਤਾਂ ਇੱਥੇ ਹੁੰਦਾ ਹੈ ਕਦੀ ਇੱਥੇ ਹੁੰਦਾ ਹੈ ਤੇ ਸਾਲ 'ਚ ਦੋ ਵਾਰ ਇੱਥੇ ਪਾਇਆ ਜਾਂਦਾ ਹੈ ਅਸੀਂ ਸਿੱਟਾ ਕੱਢਤਾ ਇੱਕ ਮੰਨਿਆ ਕਿ ਸੂਰਜ ਨਹੀਂ ਘੁੰਮਦਾ ਮੰਨ ਲਓ ਕਿ ਜੇ ਸੂਰਜ ਘੁੰਮਦਾ ਹੁੰਦਾ ਤੇ ਧਰਤੀ ਰੁਕੀ ਹੁੰਦੀ ਤਾਂ ਅਸੀਂ ਇੱਕ ਰਿਜ਼ਲਟ ਕੱਢਿਆ ਕਿ ਸੂਰਜ ਦੇ ਗੇੜੇ ਇੱਥੇ ਹੀ ਲੱਗਦੇ ਆ ਇਸ ਤੇ ਆਲੇ ਬਿਲਕੁਲ ਸਹੀ ਗੱਲ ਆ ਸੂਰਜ ਕਦੀ ਕਰਕ ਰੇਖਾ ਤੇ ਕਦੀ ਮਕਰ ਰੇਖਾ ਤੇ ਕਦੀ ਭੂਮਧ ਰੇਖਾ ਤੇ ਮੀਨਸ ਸਨ ਜਾਂ ਤੱਕ ਇੱਕ ਅਨਸਰ ਤੇ ਆ ਕਦੀ ਕੈਪਰੀ ਕਾਰਨ ਤੇ ਆ ਵਿਚ ਇਕਵੇਟਰ ਇਹਦੇ ਤੇ ਆ ਇਕਵੇਟਰ ਤੇ ਆ ਇਹਦਾ ਮਤਲਬ ਸੂਰਜ ਇਹਨਾਂ ਦੋਵਾਂ ਲਾਈਨਾਂ ਤੋਂ ਬਾਹਰ ਕਦੇ ਨਹੀਂ ਜਾਂਦਾ ਇਹਨਾਂ ਲਾਈਨਾਂ ਦੇ ਵਿੱਚ ਰਹਿਣ ਵਾਲੇ ਲੋਕ ਅੱਧਾ ਇੰਡੀਆ ਇੰਡੀਆ ਇੱਥੇ ਆ ਅੱਧਾ ਇੰਡੀਆ ਉਹ ਆ ਥੱਲੇੜੇ ਪਾਸੇ ਵਾਲਾ ਜਿਹੜਾ ਕਿ ਆਪਣੇ ਸਿਰ ਤੇ ਸੂਰਜ ਦੇ ਅਹਿਸਾਸ ਨੂੰ ਦੋ ਵਾਰ ਸਿੱਧਾ ਮਾਣਦਾ ਹੈ ਸਾਊਥ ਇੰਡੀਆ ਵਾਲੇ ਪਾਸੇ ਕਿਉਂਕਿ ਉੱਥੇ ਸੂਰਜ ਘੁੰਮਦਾ ਹੋਇਆ ģੇੜੇ ਲਾ ਜਾਂਦਾ ਹੈ ਇਸ ਲਾਈਨ ਤੋਂ ਉੱਪਰ ਸਿਰਫ ਰੋਸ਼ਨੀ ਦਾ ਪ੍ਰਭਾਵ ਪੈਂਦਾ ਹੈ ਸੂਰਜ ਸਿੱਧਾ ਨਹੀਂ ਆਉਂਦਾ ਤੇ ਇੱਕ 66.5 ਡਿਗਰੀ ਪੇਪਰ ਰੇਖਾ ਉੱਪਰ ਜਾ ਕੇ ਆ ਹੁਣ ਤੁਸੀਂ ਕਹੋਗੇ ਉੱਪਰਲੀ 66.5 ਕਿਉਂ ਆ 90 ਚੋਂ 23.5 ਘਟਾ ਦਿਓ 66.5 ਇਹਦੇ ਤੋਂ ਉੱਪਰ ਤੇ ਇਸ ਲਾਈਨ ਤੋਂ ਥੱਲੇ ਤਾਂ ਸੂਰਜ ਦਾ ਪ੍ਰਭਾਵ ਜਾਂਦਾ ਹੀ ਨਹੀਂ ਇਹਦਾ ਮਤਲਬ ਜੇ ਮੈਂ ਲੈਟੀਟਿਊਡਸ ਵਾਈਜ਼ ਦੇ ਇੱਕ ਸ਼ਾਂਸ਼ ਦੇ ਪੱਖ ਤੋਂ ਦੇਖਾਂ ਤਾਂ ਧਰਤੀ ਤਿੰਨ ਹਿੱਸਿਆਂ ਚ ਵੰਡੀ ਹੋਈ ਆ ਇੱਕ ਹਿੱਸਾ ਧਰਤੀ ਦਾ ਆਹ ਵਾਲਾ ਜਿੰਨੂੰ ਮੈਂ ਕਹਿਣਾ ਓਸ਼ਨ ਖੇਤਰ ਟੋਰੀਡ ਜ਼ੋਨ ਜਿੱਥੇ ਸੂਰਜ ਦੀ ਐਨਾ ਪ੍ਰਕੋਪ ਆ ਕਿ ਸੂਰਜ ਆਉਂਦਾ ਜਾਂਦਾ ਰਹਿੰਦਾ ਇਹਨਾਂ ਦੇ ਨਾਲ ਸੂਰਜ ਦਾ ਇੰਨਾ ਪਿਆਰ ਆ ਕਿ ਇੱਥੇ ਦਾ ਸੂਰਜ ਗੇੜੇ ਕੱਢਦਾ ਹੈ ਟੋਰੀਡ ਜ਼ੋਨ ਸਿੱਧੀ ਗਰਮ ਜ਼ੋਨ ਆਏ ਦਰਮਿਆਨੀ ਗਰਮੀ ਵਾਲਾ ਇਲਾਕਾ ਇਹਨੂੰ ਕਹਿੰਦੇ ਟੈਂਪਰੇਟ ਜ਼ੋਨ ਠੀਕ ਆ ਮਤਲਬ ਸ਼ੀਤੂਸ਼ਣ ਸਰਦ ਗਰਮ ਸਰਦ ਵਾਲਾ ਇਲਾਕਾ ਇੱਥੇ ਸੂਰਜ ਦਾ ਪ੍ਰਭਾਵ ਆ ਇਹਨੂੰ ਕਹਿੰਦੇ ਆ ਫ੍ਰੀਜ਼ਡ ਜ਼ੋਨ ਬਰਫ਼ੀਲਾ ਇਲਾਕਾ ਸਾਢੇ 68 ਤੋਂ ਉੱਪਰ ਤੇ ਸਾਢੇ 68 ਤੋਂ ਥੱਲੇ ਬੇਸ਼ੱਕ ਦਸ਼ਮਲਵਾਂ 'ਚ ਹੋਣ ਦੇ ਬਾਵਜੂਦ ਵੀ 23.5 ਤੇ 66.5 ਇੰਨੀਆਂ ਵੱਧ ਨਿਊਸਟ ਕਿਉਂ ਨੇ ਤੁਸੀਂ 23 ਡਿਗਰੀ ਲੈਟੀਟਿਊਡ ਨਹੀਂ ਕਦੀ ਸੁਣੀ ਹੋਣੀ ਨਾ 24 ਸੁਣੀ ਆ ਸਾਢੇ 23 ਸਾਢੇ 23 ਵੀ ਉਹ ਪੂਰੀ ਨਹੀਂ ਸਾਢੇ 23 ਤੋਂ ਵੀ ਉੱਪਰ ਥੱਲੇ ਆ ਥੋੜੀ ਜੀ ਉਹ ਇੰਨੀ ਮਸ਼ਹੂਰ ਕਿਉਂ ਹੋ ਗਈ ਕਿਉਂਕਿ ਉਹਦੀ ਜੁਗਲਬੰਦੀ ਸੂਰਜ ਦੇ ਗੇੜੇ ਨਾਲ ਆ ਧਰਤੀ ਦੇ ਟੇਢੇਪਣ ਦੇ ਐਂਗਲ ਨਾਲ ਆ ਇਸ ਕਰਕੇ ਪੰਜ ਲੈਟੀਟਿਊਡਸ ਪੰਜ ਵੀ ਨਹੀਂ ਸੱਤ ਲੈਟੀਟਿਊਡਸ ਬਹੁਤ ਮਸ਼ਹੂਰ ਨੇ ਕਿਹੜੀਆਂ ਕਿਹੜੀਆਂ ਲੈਟੀਟਿਊਡ ਸਮਝ ਗਏ ਨਾ ਕਿਹੜੀਆਂ ਰੇਖਾਵਾਂ ਲਟਵੀਆਂ ਰੇਖਾਵਾਂ ਇਹ ਬੇहद ਮਸ਼ਹੂਰ ਨੇ ਸਭ ਤੋਂ ਪਹਿਲਾਂ ਮਸ਼ਹੂਰ ਲੈਟੀਟਿਊਡ ਕਿਹੜੀ ਆ ਇਕਵੇਟਰ ਪੰਜਾਬੀ ਚ ਕੀ ਕਹਾਂਗੇ ਪੂਮਧ ਰੇਖਾ ਇਸ ਤੋਂ ਉੱਪਰ ਲੈਟੀਟਿਊਡ ਕਿਹੜੀ ਮਸ਼ਹੂਰ ਆ ਜੀ ਟ੍ਰੋਪਿਕ ਆਫ ਕੈਂਸਰ ਕਰਕ ਰੇਖਾ ਇਸ ਤੋਂ ਉੱਪਰ ਜਿੱਥੋਂ ਉੱਪਰ ਇਹਦਾ ਪ੍ਰਭਾਵ ਸੂਰਜ ਦੀ ਗਰਮੀ ਦਾ ਪ੍ਰਭਾਵ ਤੱਕ ਵੀ ਨਹੀਂ ਜਾਂਦਾ ਥੈਟ ਇਜ਼ ਆਰਕਟਿਕ ਸਰਕਲ ਆਰਕਟਿਕ ਚੱਕਰ ਤੇ ਸਭ ਤੋਂ ਉੱਪਰ ਜਿੱਥੇ ਸਭ ਕੁਝ ਖਤਮ ਆ ਇਹ ਵੀ ਇੱਕ ਬੜੀ ਮਸ਼ਹੂਰ ਲੈਟੀਟਿਊਡ ਆ ਇਹ ਹੈ ਕੇਵਲ ਇੱਕ ਬਿੰਦੂ ਹੀ ਇਹਦਾ ਕੀ ਨਾਮ ਆ ਨਾਰਥ ਪੋਲ ਉੱਤਰੀ ਤੁਰਬ ਹਲੜੇ ਪਾਸੇ ਆ ਜਾਓ ट्रॉपिक ਆਫ ਕੈਪ੍ਰੀਕਾਰਨ ਭਾਵ ਮਕਰ ਰੇਖਾ ਉਸ ਤੋਂ ਥੱਲੇ ਆ ਜਾਓ ਅੰਟਾਰਕਟਿਕ ਭਾਵ ਅੰਟਾਰਕਟਿਕ ਸਰਕਲ ਭਾਵ ਅੰਟਾਰਕਟਿਕ ਚੱਕਰ ਉਸ ਤੋਂ ਥੱਲੇ ਆ ਜਾਓ ਸਾਊਥ ਪੋਲ ਭਾਵ ਕੀ ਦੱਖਣੀ ਧਰੁਵ ਇੱਥੋਂ ਤੱਕ ਦੱਸੋ ਗੱਲ ਸਮਝ ਆ ਗਈ ਇੰਨੀਆਂ ਜਿਆਦੀਆਂ ਲੈਟੀਟਿਊਡਸ ਹੁੰਦੀਆਂ ਐ ਪਰ ਮਸ਼ਹੂਰ ਆ ਪੰਜ-ਸੱਤ ਹੀ ਨੇ ਚੰਗੀ ਤਰ੍ਹਾਂ ਪੱਲੇ ਪੈ ਗਈ ਲਓ ਜੀ ਇਟ ਮੀਨਸ ਬੇਸਿਕਸ ਅਬਾਊਟ ਲੈਟੀਟਿਊਡਸ ਕਹਾਣੀ ਕਲੀਅਰ ਹੋ ਗਈ ਮਤਲਬ ਦੇਖੋ ਗੱਲ ਇਹ ਆ ਅਸੀਂ ਕੀ ਕਰਾਂਗੇ ਸਪੋਜ਼ ਕਰੋ ਅਸੀਂ ਪੜ੍ਹ ਰਹੇ ਹਾਂ ਇੱਕ ਚੈਪਟਰ ਸਾਨੂੰ ਕਿਤੇ ਕਿਸੇ ਸਬਜੈਕਟ ਨਾਲ ਜੀਓਗ੍ਰਾਫੀ ਦੇ ਕਿਸੇ ਵਿਸ਼ੇ ਨਾਲ ਸੰਬੰਧਤ ਫਿਜ਼ੀਕਲ ਜੀਓਗ੍ਰਾਫੀ ਚ ਕੋਈ ਵੀ ਟੌਪਿਕ ਕਲਾਈਮੈਟੋਲੋਜੀ ਜਲਵਾਯੂ ਨਾਲ ਸੰਬੰਧਤ ਜਾਂ ਸਾਨੂੰ ਕਿਸੇ ਵੀ ਹੋਰ ਸਬਜੈਕਟ ਨਾਲ ਸੰਬੰਧਤ ਕਿਸੇ ਕਨਸੈਪਟ ਦੀ ਲੋੜ ਪਈ ਤਾਂ ਜੋ ਅਸੀਂ ਭਾਰਤ ਦੀ ਜੀਓਗ੍ਰਾਫੀ ਦੇ ਸਮਝਣ ਚ ਉਸ ਕਨਸੈਪਟ ਨੂੰ ਸਮਝ ਸਕੀਏ ਅਸੀਂ ਉਹ ਕਨਸੈਪਟ ਥੋੜਾ ਜਿਹਾ ਉੱਥੋਂ ਲਿਆਵਾਂਗੇ ਇੱਥੇ ਯੂਜ਼ ਕਰਾਂਗੇ ਫਿਰ ਛੱਡ ਆਵਾਂਗੇ ਫਿਰ ਅਸੀਂ ਆਪਣੇ ਲੈਵਲ ਤੇ ਆ ਕੇ ਉਹਨੂੰ ਤਿਆਰ ਕਰ ਲਾਂਗੇ ਇਹਦਾ ਮਤਲਬ ਆ ਕਹਾਣੀ ਕਲੀਅਰ ਹੋ ਗਈ ਹੁਣ ਸਪੋਜ਼ ਕਰੋ ਜੇ ਕੋਈ ਮੈਨੂੰ ਕਹਦੇ ਕਿ ਸਰ ਇਹਨੂੰ ਥੋੜਾ ਜਿਆ ਹੋਰ ਐਲੈਬਰੇਟ ਕਰੀਏ ਤਾਂ ਦੇਖੋ ਧਰਤੀ ਹੋ ਗਈ ਠੀਕ ਆ ਆ ਇੰਡੀਆ ਹੋ ਗਿਆ ਆ ਇਕਵੇਟਰ ਹੋ ਗਈ ਠੀਕ ਆ ਜਦੋਂ ਆਪਾਂ ਇਕਵੇਟਰ ਤੋਂ ਉੱਪਰ ਜਾਈ ਜਾਵਾਂਗੇ ਤਾਂ ਸਾਨੂੰ ਪਤਾ ਲੈਟੀਟਿਊਡ ਵੱਧਦੀ ਜਾਂਦੀ ਹੈ ਮਤਲਬ ਆ ਇੰਡੀਆ ਦਾ ਸਭ ਤੋਂ ਥੱਲੜਾ ਪੁਆਇੰਟ ਆ ਇਹ ਕਿਸੇ ਲੈਟੀਟਿਊਡ ਤੇ ਹੋਊਗਾ ਹੋਊਗਾ ਨਾ ਮੀਨਸ ਕੀ ਧਰਤੀ ਦੇ 0 ਡਿਗਰੀ ਤੋਂ ਸ਼ਾਇਦ 8 ਡਿਗਰੀ ਉੱਪਰ ਹੋਵੇ ਤਾਂ ਮੈਂ ਇਸ ਲੈਟੀਟਿਊਡ ਨੂੰ ਨਾਮ ਦਵਾਂਗਾ ਇਸ ਲੈਟੀਟਿਊਡ ਨੂੰ ਨਾਮ ਦਊਗਾ 8 ਡਿਗਰੀ ਨਾਰਥ 8 ਡਿਗਰੀ ਉੱਤਰ ਕਿਉਂ ਕਿਹਾ ਕਿਉਂਕਿ ਇਹ ਧਰਤੀ ਇਕਵੇਟਰ ਤੋਂ 8 ਡਿਗਰੀ ਉੱਪਰ ਹੁਣ ਤੁਸੀਂ 8 ਡਿਗਰੀ ਵਾਲਾ ਐਂਗਲ ਲੱਭੋਗੇ ਨਾ ਇੱਥੇ ਡੀ ਬਣਾ ਕੇ ਇੱਥੋਂ ਐਵੇਂ ਸਭ ਪਤਾ ਤੁਹਾਨੂੰ ਮੰਨ ਲਓ ਆਹ ਲੈਟੀਟਿਊਡ ਕਿੰਨਾ ਹੈ 37 ਡਿਗਰੀ ਮੈਨੂੰ ਨਹੀਂ ਪਤਾ 37 ਹੈ ਕਿ 38 ਹੈ ਲੈਟੀਟਿਊਡ ਤੁਸੀਂ ਯਾਦ ਕਰਨੇ ਆ ਮੈਂ ਤੁਹਾਨੂੰ ਪੇਪਰ ਦੇਣੇ ਨਹੀਂ ਠੀਕ ਆ ਪਰ ਮੇਰਾ ਕਨਸੈਪਟ ਸਿਰਫ ਇੰਨਾ ਕਾ ਕਿ ਤੁਹਾਨੂੰ ਪਤਾ ਹੋਵੇ ਕਿ ਜੇ ਆਪਾਂ ਉੱਪਰ ਨੂੰ ਦੇਖ ਰਹੇ ਆ ਤੇ ਅਸੀਂ ਉਹਨਾਂ ਅਕਸ਼ਾਂਸ਼ਾਂ ਨੂੰ ਨਾਰਥ ਦੇ ਯੂਨਿਟ ਕਿਉਂ ਦੇਣੇ ਆ ਕਿਉਂਕਿ ਇਹ ਇਕਵੇਟਰ ਤੋਂ 8 ਡਿਗਰੀ ਉੱਪਰ ਆ ਇਹ ਇਕਵੇਟਰ ਤੋਂ ਕਿੰਨੇ ਡਿਗਰੀ ਉੱਪਰ 37 ਡਿਗਰੀ ਉੱਪਰ ਆ ਇਹ ਦੱਸੋ ਅਕਸ਼ਾਂਸ਼ ਭਾਵ ਲੈਟੀਟਿਊਡ ਦਾ ਕਨਸੈਪਟ ਕਲੀਅਰ ਹੋ ਗਿਆ ਹੁਣ ਆਪਾਂ ਚੱਲਦੇ ਆਂ ਦੂਸਰੇ ਕਨਸੈਪਟ ਤੇ ਤੇ ਦੂਸਰਾ ਕਨਸੈਪਟ ਆ ਸਾਡਾ ਲੌਂਗੀਟਿਊਡ ਦਾ ਦੇਖੋ ਜੇ ਅਸੀਂ ਇਹ ਲੈਟੀਟਿਊਡ ਤੇ ਲੌਂਗੀਟਿਊਡ ਦੇ ਕਨਸੈਪਟ ਹੀ ਨਾ ਕਲੀਅਰ ਕਰ ਸਕੇ ਫੇਰ ਅਸੀਂ ਇੰਡੀਆ ਬਾਰੇ ਕੀ ਪੜਾਂਗੇ ਫੇਰ ਤਾਂ ਉਹੀ ਹੋ ਗਿਆ ਕਿ ਮੈਂ ਕੀ ਆ ਕਿ ਬੋਲੂਗਾ ਤੁਸੀਂ ਮਗਰ-ਮਗਰ ਬੋਲਿਓ ਕਿ ਇੰਡੀਆ ਹੈਜ਼ ਅ ਲੈਟੀਟਿਊਡ ਆਫ ਦਿਸ ਲੌਂਗੀਟਿਊਡ ਆਫ ਇਸ ਦਿਸ ਲੈਟੀਟਿਊਡ ਵਾਈਜ਼ ਇੰਡੀਆ ਦੀ ਡਾਇਰੈਕਸ਼ਨ ਇੰਨੀ ਆ ਤੇ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਕੱਲ ਯਾਦ ਕਰਕੇ ਆਓ ਤੁਸੀਂ ਯਾਦ ਕਰਕੇ ਆਓਗੇ ਠੀਕ ਆ ਉਹ ਕੰਮ ਨਾ ਮੇਰੇ ਕੋਲ ਹੋਣਾ ਨਾ ਤੁਹਾਡੇ ਕੋਲ ਮਕਸਦਾ ਇੱਕੋ ਹੀ ਆ ਕਿ ਆਪਾਂ ਕਿਉਂ ਨਾ ਕਨਸੈਪਚੁਅਲ ਕਲੈਰਿਟੀ ਕਰ ਲਈਏ ਠੀਕ ਆ ਫਿਰ ਉਸ ਤੋਂ ਬਾਅਦ ਤੁਸੀਂ ਪੜੋਗੇ ਫਿਰ ਆਪਾਂ ਟੈਸਟ ਲਵਾਂਗੇ ਟੈਸਟ ਚੰਗੀ ਤਰ੍ਹਾਂ ਕਰਕੇ ਆਇਓ ਠੀਕ ਆ ਟੈਸਟਾਂ ਦੇ ਮਾਮਲੇ 'ਚ ਮੈਂ ਹਜੇ ਵੀ ਕਹਿ ਰਿਹਾ ਟੈਸਟ 2 ਦਿਨ ਲੇਟ ਖ ਚੀਜ਼ਾਂ ਨੂੰ ਰਟ ਕੇ ਕਨਸੈਪਚੂਅਲੀ ਸਾਊਂਡ ਹੋ ਕੇ ਟੈਸਟ ਦਿਓ ਠੀਕ ਆ ਟੈਸਟ ਤਿਆਰ ਕਰਨ ਦੇ ਹੁਣ ਅਗਲਾ ਟੈਸਟ ਆਪਣਾ ਮਾਡਰਨ ਹਿਸਟਰੀ ਦਾ ਹੈ ਮੈਂ ਵਾਰ-ਵਾਰ ਇੱਕੋ ਹੀ ਗੱਲ ਕਹਿਣਾ ਹੁੰਦਾ ਮੈਨੂੰ ਕੋਈ ਮਤਲਬ ਨਹੀਂ ਕਿ ਇੱਕ ਹਫਤੇ ਦਾ ਟੈਸਟ ਭਾਵੇਂ ਅਗਲੇ ਹਫਤੇ ਪਾ ਦਿਓ ਪਰ ਟੈਸਟ ਬਹੁਤ ਗੌਰ ਨਾਲ ਦਿਓ ਠੀਕ ਆ ਤਾਂ ਕਿ ਲੱਗੇ ਕਿ ਤੁਹਾਡੀ ਮਿਹਨਤ ਆ ਠੀਕ ਆ ਤੇ ਦੂਜੀ ਗੱਲ ਇਹ ਆ ਜਿਹੜੇ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਤੁਹਾਡੀ ਰਿਐਲਿਟੀ ਪਤਾ ਲੱਗੇ ਕਿ ਤੁਹਾਡੀ ਤਿਆਰੀ ਕਿੰਨੀ ਆ ਇਹਨਾਂ ਟੈਸਟਾਂ ਤੋਂ ਤੁਹਾਡੀ ਤਿਆਰੀ ਦਾ ਨਹੀਂ ਪਤਾ ਲੱਗੂਗਾ ਇਹਨਾਂ ਟੈਸਟਾਂ ਤੋਂ ਸਿਰਫ ਤੁਹਾਨੂੰ ਆਪਣੀਆਂ ਕਮੀਆਂ ਦਾ ਪਤਾ ਲੱਗੂਗਾ ਟੈਸਟਾਂ ਦੀ ਤਿਆਰੀ ਦਾ ਪਤਾ ਲੱਗੂਗਾ ਜਦੋਂ ਫੁੱਲ ਟੈਸਟ ਦੋਗੇ ਉਹਦੇ ਚੋਂ ਨਹੀਂ ਨੰਬਰ ਆਉਣਗੇ ਜਿੰਨੇ ਪੇਪਰ 'ਚ ਆਉਣੇ ਆ ਬੇਸ਼ੱਕ 120 'ਚੋਂ 108 ਆ ਜਾਣ ਭਾਵੇਂ 106 ਆ ਜਾਣ ਭਾਵੇਂ 100 ਆ ਜਾਣ ਭਾਵੇਂ 80 ਆ ਜਾਣ ਕਿਉਂਕਿ ਉਹਨਾਂ ਟੈਸਟਾਂ 'ਚ ਆਪਾਂ ਮੋਡੀਫਿਕੇਸ਼ਨ ਐਕਸਪੈਰੀਮੈਂਟ ਨਹੀਂ ਕਰ ਸਕਦੇ ਉਹਨਾਂ ਟੈਸਟਾਂ ਨੂੰ ਉਸੇ ਫਾਰਮੈਟ ਤੇ ਬਣਾਇਆ ਜਾਂਦਾ ਹੈ ਕਿ ਪੇਪਰ ਸੌਖਾ ਏ ਔਖਾ ਏ ਤੇ ਐਕਸਟ੍ਰੀਮ ਲੈਵਲ ਦੇ ਵਿੱਚੋਂ 4-5 2-4 ਬਾਉਂਸਰ ਇਹੋ ਜਿਹੇ ਸਵਾਲ ਜਿਹੜੇ ਇਸ ਕਰਕੇ ਪਾਏ ਜਾਂਦੇ ਕਿ ਛੱਡੇ ਜਾਣ। ਸੋ ਆਪਣੀ ਤਿਆਰੀ ਨੂੰ ਪੂਰਾ ਸਾਊਂਡ ਕਰਨ ਵਾਸਤੇ ਜਿਹੜੀਆਂ ਮੰਡੇ ਟੈਸਟ ਸੀਰੀਜ਼ ਆ ਇਹਦੇ ਤੋਂ ਬਸ ਇੱਕ ਸਬਕ ਲਿਓ ਕਿ ਜਿਹੜੀ ਚੀਜ਼ ਨਹੀਂ ਰਿਵਾਈਜ਼ ਹੋਈ ਮੌਕਾ ਮਿਲਿਆ ਤੁਹਾਨੂੰ ਟੈਸਟ ਨੇ ਦੱਸਿਆ ਕਿ ਆਹ ਚਾਹੇਡਾ ਰਿਵਾਈਜ਼ ਹੋਣ ਵਾਲਾ ਰਹਿ ਗਿਆ ਸੀ ਇਹਨੂੰ ਰਿਵਾਈਜ਼ ਕਰੋ। ਜਾਣ ਬੁੱਝ ਕੇ ਉਹ ਚੀਜ਼ਾਂ ਹੁਣ ਸਪੋਜ਼ ਕਰੋ ਮੈਨੂੰ ਲੱਗਿਆ ਕਿ ਮੈਨੂੰ ਮੇਰੇ ਤੋਂ ਪੜ੍ਹਾਉਂਦੇ ਹੋਏ ਫਲਾਣੀ ਚੀਜ਼ ਨਹੀਂ ਪੜ੍ਾਈ ਗਈ ਫਿਰ ਉਹ ਟੈਸਟ 'ਚ ਪਾ ਦਿਓ। ਇਸ ਕਰਕੇ ਨਹੀਂ ਕਿ ਇੱਟੋ ਇਹਨਾਂ ਨੂੰ ਫੇਲ ਕਰਨਾ ਹੈ ਇਸ ਕਰਕੇ ਯਾਰ ਜਿਹੜੀ ਚੀਜ਼ ਮੈਂ ਉੱਥੇ ਨਹੀਂ ਦੱਸ ਸਕਿਆ ਉਹਨੂੰ ਮੈਂ ਮੰਡੇ ਟੈਸਟ ਚ ਮੰਡੇ ਟੈਸਟ ਇਜ਼ ਅ ਪਾਰਟ ਆਫ ਸਿਲੇਬਸ ਫੁੱਲ ਫਲੇਜ ਟੈਸਟ ਸਿਲੇਬਸ ਦਾ ਪਾਰਟ ਨਹੀਂ ਹੁੰਦੇ ਮੰਡੇ ਟੈਸਟ ਤਾਂ ਕਈ ਵਾਰੀ ਇਸ ਕਰਕੇ ਵੀ ਚਾਰ ਸਵਾਲ ਤੇ ਇਹੋ ਜਿਹੇ ਵੀ ਹੁੰਦੇ ਆ ਉਹ ਯਾਰ ਆ ਟੌਪਿਕ ਰਹਿ ਗਿਆ ਪੜਾਉਣ ਵਾਲਾ ਇਹਦਾ ਕੀ ਕਰੀਏ ਚਲੋ ਟੈਸਟ ਚ ਪਾਓ ਇਸੇ ਬਹਾਨੇ ਕਰ ਜਾਂ ਇਹਨਾਂ ਦੀ ਡਿਸਕਸ਼ਨ ਹੋ ਜੂਗੀ ਸੋ ਉਹਨਾਂ ਚੀਜ਼ਾਂ ਨੂੰ ਇੱਕ ਟੋਟੈਲਿਟੀ ਦੇ ਵਿੱਚ ਦੇਖਿਆ ਕਰੋ ਹਾਂ ਨੰਬਰ ਵੀ ਹੋਣੇ ਚਾਹੀਦੇ ਆ ਬੇਸ਼ੱਕ ਹੁਣ ਜਿਵੇਂ ਸਪੋਜ਼ ਕਰੋ ਪੰਜਾਬ ਦਾ ਟੈਸਟ ਸੀ ਮੇਰੇ ਹਿਸਾਬ ਨਾਲ ਮੈਂ ਜਾਦਾ ਸਮਝਾਂ ਤਾਂ 50% ਨੰਬਰ ਉਹਦੇ ਚ ਉਹ ਉਹ ਉਸ ਟੈਸਟ ਚ ਬਹੁਤ ਸੀਗੇ ਕਿਸੇ ਟੈਸਟ ਚ ਹਾਂ ਕਈ ਟੈਸਟ ਇਹੋ ਜਿਹੇ ਸੌਖੇ ਆ ਜਿਵੇਂ ਹੁਣ ਅੱਗੇ ਮਾਡਰਨ ਹਿਸਟਰੀ ਦਾ ਟੈਸਟ ਆਊਗਾ ਮੇਰੇ ਹਿਸਾਬ ਨਾਲ ਉਹਦੇ ਚ 80% ਵੀ ਥੋੜੇ ਹੋਣਗੇ ਇਹ ਟੈਸਟ ਟੂ ਟੈਸਟ ਚੀਜ਼ਾਂ ਵੇਰੀ ਕਰਦੀਆਂ ਆ ਕਿ ਭਈ ਕਿਹੜੇ ਟੈਸਟ ਚ ਕਿੰਨਾ ਔਖਾਪਨ ਬਸ ਇਹ ਆ ਕਿ ਤੁਸੀਂ ਆਪਣੀ ਤਿਆਰੀ ਕੰਸਿਸਟੈਂਸੀ ਨਾ ਛੱਡਿਓ ਪੇਪਰ ਚ ਨਹੀਂ ਮਾਰ ਖਾਂਦੇ ਤੁਸੀਂ ਕਿਸੇ ਵੀ ਲੈਵਲ ਦੇ ਭਾਵੇਂ A ਹੋਵੇ B ਹੋਵੇ ਤੁਹਾਡਾ ਪੇਪਰ ਚ ਨੁਕਸਾਨ ਨਹੀਂ ਹੁੰਦਾ ਬਸ ਕੰਸਿਸਟੈਂਸੀ ਰੱਖਣੀ ਆ ਤੁਸੀਂ ਹੁਣ ਆਪਾਂ ਗੱਲ ਕਰਦੇ ਆਂ ਪੰਜਾਬੀ ਦੇ ਵਿੱਚ ਇੱਕ ਟੌਪਿਕ ਹੁੰਦਾ ਹੈ ਦੇਸ਼ਾਂਤਰ ਤੇ ਇੰਗਲਿਸ਼ ਚ ਉਹਨੂੰ ਕਹਿੰਦੇ ਆ ਲੌਂਗੀਟਿਊਡਸ ਲੌਂਗੀਟਿਊਡਸ ਬਾਰੇ ਸਮਝਣਾ ਹੋਵੇ ਤਾਂ ਬੜੀ ਸਿੰਪਲ ਜੀ ਕਹਾਣੀ ਆ ਧਰਤੀ ਦੇ ਸੈਂਟਰ ਚ ਇੱਕ ਲਾਈਨ ਖਿੱਚੋ ਪਰ ਉੱਪਰੋਂ ਥੱਲੇ ਨੂੰ ਹੁਣ ਧਰਤੀ ਦਾ ਉਪਰੋਂ ਥੱਲੇ ਵਾਲੀ ਲਾਈਨ ਵੈਸੇ ਇੱਕ ਗੱਲ ਹੋਰ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਧਰਤੀ ਦਾ ਇੱਧਰ ਨੂੰ ਸੈਂਟਰ ਇੱਧਰ ਨੂੰ ਧਰਤੀ ਦੇ ਸੈਂਟਰ ਦਾ ਫਿਰ ਵੀ ਪਤਾ ਲੱਗ ਜਾਂਦਾ ਹੈ ਕਿਉਂਕਿ ਧਰਤੀ ਚਿਪਟੀ ਹੈ ਜਿੱਥੋਂ ਸਭ ਤੋਂ ਵੱਧ ਚੌੜੀ ਹੈ ਉੱਥੇ ਲਾਈਨ ਖਿੱਚ ਲਓ ਇਕਵੇਟਰ ਤਾਂ ਦੁਨੀਆ ਦੇ ਸੈਂਟਰ ਚ ਉੱਥੀ ਹੈ ਜਿੱਥੇ ਹੋਣੀ ਚਾਹੀਦੀ ਹੈ ਕਿਉਂਕਿ ਧਰਤੀ ਇਸ ਪਾਸੇ ਨੂੰ ਚਿਪਟੀ ਹੈ ਪਰ ਇਸ ਪਾਸੇ ਨੂੰ ਤਾਂ ਕੋਈ ਪਤਾ ਨਹੀਂ ਧਰਤੀ ਐਵੇਂ ਘੁੰਮ ਰਹੀ ਹੈ ਕੋਈ ਕਹਦੇ ਅਸੀਂ ਸੈਂਟਰ 'ਚ ਆ ਇੱਥੇ ਮੈਂ ਤੁਹਾਨੂੰ ਸਟੋਰੀ ਦੱਸਦੀ ਕਿ 18 19ਵੀਂ ਸਦੀ ਚ ਆ ਕੇ ਇਹ ਇੰਗਲੈਂਡ ਦੁਨੀਆ ਦੇ ਸੈਂਟਰ ਚ ਆਪਣੇ ਆਪ ਨੂੰ ਸਾਬਤ ਕਰ ਗਿਆ ਕਹਿੰਦਾ ਜੀ ਇਧਰਲੇ ਪਾਸੇ ਵਾਲਾ ਪੂਰਬ ਤੇ ਇਧਰਲੇ ਪਾਸ ਸੌਰੀ ਇਧਰਲੇ ਪਾਸੇ ਵਾਲਾ ਵੈਸਟ ਜਿਹਦਾ ਸੂਰਜ ਢਲ ਗਿਆ ਇਹਨਾਂ ਦਾ ਪਤਾ ਨਹੀਂ ਸੂਰਜ ਚੜ੍ਹਨਾ ਕਿ ਨਹੀਂ ਚੜ੍ਹਨਾ ਪਰ ਫਿਲਹਾਲ ਅਸੀਂ ਇਸ ਟਾਈਮ ਸਿਖਰ ਤੇ ਆ ਕਿ ਅਸੀਂ ਪੀਕ ਤੇ ਆ ਸੋ ਉਹਨਾਂ ਨੇ ਆਪਣੇ ਆਪ ਨੂੰ ਸੈਂਟਰ ਚ ਮੰਨਿਆ ਤੇ ਇਸ ਤੋਂ ਇਸ ਪਾਸੇ ਨੂੰ ਲੌਂਗੀਟਿਊਡਸ ਬਣਾਉਣੇ ਸ਼ੁਰੂ ਕਰਤੇ ਭਾਵ ਕਿ ਇੱਕ ਦੂਜੇ ਪਾਸੇ ਨੂੰ ਉਹਨਾਂ ਨੇ ਲਾਈਨਾਂ ਡਰਾ ਕਰਨੀਆਂ ਸ਼ੁਰੂ ਕਰਤੀਆਂ ਇਸ ਤਰੀਕੇ ਨਾਲ ਠੀਕ ਧਰਤੀ ਸੂਰਜ ਦੇ ਦਿਵਾਲੇ West ਤੋਂ East ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ। ਸੋ ਮੰਨਿਆ ਇਹ ਗਿਆ ਕਿ ਜੇ ਸੂਰਜ ਆ ਤਾਂ ਸਭ ਤੋਂ ਪਹਿਲਾਂ ਉਹ ਪੂਰਬ ਵਾਲੇ ਪਾਸੇ ਨੂੰ ਆਊਗਾ। ਧਰਤੀ ਨੇ ਪੱਛਮ ਤੋਂ ਪੂਰਬ ਵੱਲ ਘੁਮਣਾ ਹੈ। ਪੂਰਬ ਵਾਲਿਆਂ ਨੇ ਪਹਿਲਾਂ ਸੂਰਜ ਦੇਖ ਲੈਣਾ। ਉਸ ਤੋਂ ਬਾਅਦ ਘੁੰਮਦੇ ਘਮਾਉਂਦੇ ਪੱਛਮ ਵਾਲੇ ਉੱਧਰ ਜਾਣਗੇ ਕਿਉਂਕਿ ਪੱਛਮ ਤੋਂ ਪੂਰਬ ਵੱਲ West ਤੋਂ East ਵੱਲ ਧਰਤੀ ਨੇ ਘੁਮਣਾ ਹੈ। ਜਦੋਂ ਪੱਛਮ ਤੋਂ ਪੂਰਬ ਵੱਲ ਵੈਸਟ ਤੋਂ ਈਸਟ ਵੱਲ ਧਰਤੀ ਘੁੰਮੂਗੀ ਤਾਂ ਵੈਸਟ ਵਾਲੇ ਫਿਰ ਈਸਟ ਵੱਲ ਜਾਣਗੇ ਫਿਰ ਉਹ ਸੂਰਜ ਦੇਖਣਗੇ ਸੂਰਜ ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਪੂਰਬ ਵਾਲੇ ਦੇਖਦੇ ਆ ਇਹ ਵੀ ਕੌਣ ਪਹਿਲਾਂ ਦੇਖਦਾ ਇਹਦਾ ਕਿਸੇ ਨੂੰ ਨਹੀਂ ਪਤਾ ਉਹ ਤਾਂ ਜਦੋਂ ਤਾਂ ਉਦੋਂ ਹੀ ਪਤਾ ਲੱਗਣਾ ਸੀ ਨਾ ਜਦੋਂ ਇੱਕ ਵਾਰੀ ਇਹ ਮੰਨ ਲਿਆ ਜਾਵੇ ਯਾਰ ਧਰਤੀ ਦਾ ਸੈਂਟਰ ਇਹਨੂੰ ਮੰਨ ਲਓ ਜਦੋਂ ਧਰਤੀ ਦਾ ਸੈਂਟਰ ਹੀ ਯੂਰਪ ਮੰਨ ਲਿਆ ਗਿਆ ਫਿਰ ਕਿਹਾ ਗਿਆ ਕਿ ਆ ਪੂਰਬ ਵਾਲਾ ਪਾਸਾ ਹੈ ਇਹ ਸੂਰਜ ਨੂੰ ਪਹਿਲਾਂ ਦੇਖੂਗਾ ਜੀ ਕਲੀਅਰ ਆ ਗੱਲ ਕਿ ਸੂਰਜ ਨੂੰ ਪਹਿਲਾਂ ਦੇਖਣ ਦਾ ਕਨਸੈਪਟ ਇਹਨਾਂ ਦੇ ਝੋੜੀ ਪੈ ਗਿਆ ਸੋ ਆ ਜਾਓ ਜੀ ਕਿਸੇ ਨੂੰ ਕੋਈ ਡਾਊਟ ਰਹਿਣੀ ਨਹੀਂ ਚਾਹੀਦੀ ਇਹਦੇ 'ਚ ਕਲੀਅਰ ਆ ਕਨਸੈਪਟ ਆ ਪੂਰਬ ਹੋ ਗਿਆ ਆ ਪੱਛਮ ਹੋ ਗਿਆ ਹੁਣ ਇੱਕ ਗੱਲ ਦੇਖੋ ਧਰਤੀ ਵੈਸਟ ਤੋਂ ਈਸਟ ਘੁੰਮਦੀ ਆ ਗੌਰ ਕਰਿਓ ਧਰਤੀ ਵੈਸਟ ਤੋਂ ਈਸਟ ਵੱਲ ਘੁੰਮੀ ਆ ਤਾਂ ਇੱਕ ਗੱਲ ਬੜੀ ਕਲੀਅਰ ਆ ਉਹਨਾਂ ਨੇ ਪਹਿਲਾਂ ਸੂਰਜ ਦੇਖਿਆ ਇਹਨਾਂ ਨੇ ਤਾਂ ਸੂਰਜ ਬਾਹਰ ਦੇਖਿਆ ਤੇ ਇਹ ਪ੍ਰੋਂਥਲੇ ਤੱਕ ਆਉਣ ਵਾਲੀਆਂ ਰੇਖਾਵਾਂ ਨੂੰ ਅਸੀਂ ਕੀ ਕਵਾਂਗੇ ਦਸ਼ਾਂਤਰ ਇੰਗਲਿਸ਼ 'ਚ ਕੀ ਕਵਾਂਗੇ ਲੌਂਗੀਟਿਊਡ ਮੈਂ ਕਿਸੇ ਨੂੰ ਪੁੱਛਿਆ ਕਿ ਤੁਸੀਂ ਕਿੰਨੇ ਡਿਗਰੀ ਇੱਧਰ ਹੋ ਉਹ ਕਹਿੰਦਾ ਜੀ ਸਾਡੀ ਲਾਈਨ ਜਿਹੜੀ ਆ ਉਹ ਇਸ ਟਾਈਮ 50 ਡਿਗਰੀ ਜਾਂ 40 ਡਿਗਰੀ ਅਸੀਂ ਸੈਂਟਰ ਵਾਲੀ ਜਿਹੜੀ ਲਾਈਨ ਆ ਮੁੱਖ ਦਸ਼ਾਂਤਰ ਹੈ ਜਿਹੜੀ ਇੰਗਲਿਸ਼ 'ਚ ਮੁੱਖ ਦਸ਼ਾਂਤਰ ਨੂੰ ਕਹਿੰਦੇ ਆ ਪ੍ਰਾਈਮ ਲੌਂਗੀਟਿਊਡ ਜਾਂ ਉਹਦਾ ਇੱਕ ਨਾਮ ਹੋਰ ਰੱਖਿਆ ਹੋਇਆ ਪ੍ਰਾਈਮ ਮੈਰੀਡੀਅਨ ਉਸ ਲਾਈਨ ਨੂੰ ਕੀ ਕਿਹਾ ਜਾਂਦਾ ਹੈ ਮੁੱਖ ਦੇਸ਼ਾਂਤਰ ਪ੍ਰਾਈਮ ਮੈਰੀਡੀਅਨ ਜਾਂ ਪ੍ਰਾਈਮ ਲੌਂਗੀਟਿਊਡ ਜਿਹਨੂੰ ਦੁਨੀਆ ਦਾ ਸੈਂਟਰ ਮੰਨਿਆ ਗਿਆ ਲੋਕਾਂ ਨੂੰ ਪੁੱਛਦੇ ਹੋ ਕਿ ਤੁਸੀਂ ਉਹਦੇ ਈਸਟ ਵੱਲੋਂ ਜਾਂ ਤੁਸੀਂ ਉਹਦੇ ਵੈਸਟ ਵੱਲੋਂ ਪੂਰਬ ਵੱਲੋਂ ਕਿ ਪੱਛਮ ਵੱਲੋਂ ਜੇ ਤੁਸੀਂ ਪ੍ਰਾਈਮ ਮੈਰੀਡੀਅਨ ਦੇ ਪੂਰਬ ਵੱਲੋਂ ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਸੂਰਜ ਪਹਿਲਾਂ ਦੇਖ ਲਿਆ ਤੇ ਜੇ ਤੁਸੀਂ ਉਹਦੇ ਪੱਛਮ ਵੱਲੋਂ ਫਿਰ ਵੇਟ ਕਰੋ ਹਜੇ ਤੁਹਾਡੇ ਸੂਰਜ ਚੜ੍ਹਨਾ ਹੈ ਠੀਕ ਆ ਨਵਾਂ ਸਾਲ ਤਾਂ ਹੀ ਤਾਂ ਪਹਿਲਾਂ ਈਸਟ ਵਾਲਿਆਂ ਦੇ ਪਾਸੇ ਆ ਜਾਂਦਾ ਹੈ ਤੇ ਈਸਟ ਵਾਲੇ ਪਾਸੇ ਇਥੇ ਨਿਊਜ਼ੀਲੈਂਡ ਆਸਟ੍ਰੇਲੀਆ ਵਰਗੇ ਦੇਸ਼ ਨੇ ਜਾਂ ਕੁਕ ਹੋਰ ਮੈਨੂੰ ਕੁਕਸ ਵੀ ਨਹੀਂ ਹੋਰ ਕਈ ਛੋਟੇ-ਛੋਟੇ ਪੈਸੀਫਿਕ ਆਈਲੈਂਡਸ ਨੇ ਮਾਈਕਰੋਨੀਸ਼ੀਆ ਪੋਲੀਨੀਸ਼ੀਆ ਦੇ ਉਹਨਾਂ ਨੇ ਸਭ ਤੋਂ ਪਹਿਲਾਂ ਫੀਜੀ ਫੂਜੀ ਵਾਲੇ ਚੜਦਾ ਸੂਰਜ ਦੇਖਦੇ ਆ ਨਵੇਂ ਸਾਲ ਦਾ ਸੂਰਜ ਫਿਰ ਉਹ ਘੁੰਮਦੇ ਘਮਾਉਂਦੇ ਇੰਡੀਆ ਲਾਉਂਦਾ ਹੈ ਫਿਰ ਉਹਨੂੰ ਇੰਗਲੈਂਡ ਦੇਖਦਾ ਹੈ ਫਿਰ ਉਹਨੂੰ ਅਮਰੀਕਾ ਦੇਖਦਾ ਹੈ ਕਿਉਂਕਿ ਉਹ ਬਿਲਕੁਲ ਵੈਸਟ ਵਾਲੇ ਪਾਸੇ ਚਲੇ ਜਾਂਦੇ ਆ ਇਹਦਾ ਮਤਲਬ ਤੁਹਾਡੇ ਦਿਮਾਗ 'ਚ ਇੱਕ ਗੱਲ ਆ ਗਈ ਕਿ ਸਰ ਵ ਈਸਟ ਵਾਲੇ ਲੌਂਗੀਟਿਊਡ 'ਚ ਜਿਹੜੇ ਈਸਟ ਦੇ ਲੌਂਗੀਟਿਊਡ ਦੇ ਨੇ ਠੀਕ ਆ ਨਾ ਉਹ ਪਹਿਲਾਂ ਸੂਰਜ ਨੂੰ ਦੇਖ ਲੈਂਦੇ ਆ ਇਟ ਮੀਨਸ ਇੱਕ ਗੱਲ ਅੰਡਰਸਟੂਡ ਆ ਕਿ ਲੌਂਗੀਟਿਊਡਸ ਦਾ ਟਾਈਮ ਨਾਲ ਸਬੰਧ ਆ ਜਿਵੇਂ ਲੈਟੀਟਿਊਡਸ ਦਾ ਸਬੰਧ ਤਾਂ ਕਿਹਦੇ ਨਾਲ ਨਿਕਲ ਕੇ ਆਇਆ ਸੀਗਾ ਕਿ ਜਿੰਨਾ ਤੁਹਾਡਾ ਲੈਟੀਟਿਊਡ ਵੱਧਦਾ ਜਾਊਗਾ ਤੁਸੀਂ ਧੁੱਪ ਤੋਂ ਦੂਰ ਜਾਂਦੇ ਜਾਓਗੇ ਹੁਣ ਤੁਹਾਡਾ ਸਬੰਧ ਲੌਂਗੀਟਿਊਡਸ ਦਾ ਕਿਹਦੇ ਨਾਲ ਆ ਗਿਆ ਭਲਾ ਸਮੇਂ ਨਾਲ ਕਿ ਤੁਹਾਡੇ ਦੇਣਾ ਕਿ ਰਾਤ ਆ ਇਹ ਤੈਅ ਕਰੂਗਾ ਤੁਹਾਡਾ ਲੌਂਗੀਟਿਊਡ ਨਾ ਕਿ ਤੁਹਾਡਾ ਲੈਟੀਟਿਊਡ ਥੋਡੇ ਕਿੰਨਾ ਸਮਾਂ ਹੋਊਗਾ ਇਹ ਤੈਅ ਕਰੂਗਾ ਤੁਹਾਡਾ ਦੇਸ਼ਾਂਤਰ ਨਾ ਕਿ ਅਕਸ਼ਾਂਸ਼ ਆਪ ਹੀ ਮੰਨੇ ਹੋ ਤੁਸੀਂ ਦੇਖੋ ਯਾਰ ਆਪਾਂ ਹੁਣ ਇਹ ਘੁਮਾ ਰਹੇ ਆਂ ਧਰਤੀ ਨੂੰ ਇੱਧਰ ਨੂੰ ਘੁਮਾ ਰਹੇ ਆਂ ਤੇ ਉਹਦੇ ਹਿਸਾਬ ਨਾਲ ਤੁਹਾਡੇ ਦਿਨ ਰਾਤ ਜਾਂ ਸੂਰਜ ਪਹਿਲਾਂ ਚੜਨਾ ਬਾਅਦ ਚੜਨਾ ਐਵੇਂ ਫਿਕਸ ਹੋ ਰਿਹਾ ਤੇ ਜਿਹੜੀਆਂ ਲੇਣਾ ਇੱਧਰ ਨੂੰ ਅਸਰ ਕਰਦੀਆਂ ਆ ਉਹ ਕੀ ਨੇ ਭਲਾ ਦੇਸ਼ਾਂਤਰ ਹੁਣ ਮੰਨ ਲਓ ਕੋਈ ਬੰਦਾ ਇਹ ਕਹਵੇ ਮੈਂ ਇੱਥੇ ਆ ਤਾਂ ਮੈਂ ਉਹਨੂੰ ਪੁੱਛੂਗਾ ਕਿ ਭਈ ਆਹ ਸੈਂਟਰ ਵਾਲੀ ਲਾਈਨ ਆ ਅੱਛਾ ਅੱਛਾ ਤੂੰ ਇੱਥੇ ਆ ਇਹਦਾ ਮਤਲਬ ਇੱਥੋਂ ਲੈ ਕੇ ਇੱਥੋਂ ਤੱਕ ਦੀ ਡਿਗਰੀ ਮਾਪ ਕਿੰਨੀ ਆ ਠੀਕ ਆ ਹੁਣ ਤੁਸੀਂ ਕਹੋਗੇ ਸਰ ਇਸ ਪੂਰੀ ਦੀ ਪੂਰੀ ਡਿਗਰੀ ਨੂੰ ਕਿਵੇਂ ਮਾਪਿਆ ਜਾਵੇ ਤਾਂ ਮੈਂ ਕਹੂੰਗਾ ਇੱਕ ਸਿੰਪਲ ਜੀ ਗੱਲ ਆ ਪੂਰੀ ਧਰਤੀ ਵੈਸਟ ਤੋਂ ਈਸਟ ਜਦੋਂ ਇੱਕ ਗੇੜਾ ਕੱਢ ਲੈਂਦੀ ਆ ਤਾਂ ਕਿੰਨੇ ਘੰਟੇ ਲਾਉਂਦੀ ਆ 24 ਘੰਟੇ ਮੰਨਦੇ ਹੋ ਗੱਲ ਅਪਰੋਕਸੀਮੇਟਲੀ 24 ਘੰਟੇ ਹੁਣ ਜੇ ਮੈਂ ਅੱਗੇ ਸਨ ਡੇ ਸਿਡਰਲ ਡਰੇਚ ਪੈ ਗਿਆ ਫੇਰ ਤਾਂ ਰੌਲਾ ਵੱਧ ਜਾਊਗਾ ਉੱਕੇ ਫੁੱਕੇ ਨਾਲ ਸਵਾਲ ਚੱਲਣਗੇ ਆਪਣੇ ਕਿੰਨੇ ਘੰਟੇ ਲਾਉਂਦੀ ਆ 24 ਘੰਟੇ ਠੀਕ ਆ ਵੈਸੇ ਇੱਕ ਹੋਰ ਬੜਾ ਅਲਟੀਮੇਟ ਕਨਸੈਪਟ ਹੁੰਦਾ ਹੈ ਅਤੇ ਜਿਹਦੇ ਕਰਕੇ ਇੱਕ ਨਾ ਆਪਾਂ ਰੀਜ਼ਨਿੰਗ ਦੇ ਵਿੱਚ ਮੈਂ ਇੱਕ ਚੈਪਟਰ ਪੜਾਉਂਗਾ ਕੈਲੰਡਰ ਠੀਕ ਆ ਉਸ ਕੈਲੰਡਰ ਵਾਲੇ ਚੈਪਟਰ ਚ ਤੁਹਾਨੂੰ ਕਲੀਅਰ ਹੋਊਗਾ ਕਿ ਇੱਕ ਨਾ ਰੱਟਾ ਜਿਹਾ ਮਾਰਦੇ ਹੁੰਦੇ ਆ ਕਿ ਬਈ ਇਹ ਈਅਰ ਇੱਕ ਕੈਲੰਡਰ ਦਾ ਈਅਰ ਘਟਾ ਦਿਓ ਵਧਾ ਦਿਓ ਸੈਂਚਰੀ ਆ 400 ਸਾਲਾਂ ਚ ਇੱਕ ਸੈਂਚਰੀ ਆਉਂਦੀ ਆ ਫਿਰ ਕਿਤੇ ਜਾ ਕੇ ਗੜਬੜ ਹੋ ਜਾਂਦੀ ਆ ਉਹ ਗੜਬੜ ਕਿੰਨੇ ਲੱਭੀ ਉਹ ਅਸਲ ਚ ਗੜਬੜ ਹੋਈ ਕਿਉਂ ਕੈਲੰਡਰ ਦਾ ਬੇਸਿਕ ਕੀ ਕੈਲੰਡਰ ਦੇ ਵਿੱਚ ਨਾ ਸ਼ਾਰਟਕਟ ਜੇ ਹੁੰਦੇ ਆ ਕਿ ਕਿਸੇ ਸਾਲ ਦੇ ਇੱਕ ਤਰੀਕ ਪਤਾ ਕਰਨੀ ਆ ਫਾਰਮੂਲਾ ਲਾ ਦੋ ਉਸ ਫਾਰਮੂਲੇ ਚ ਫਿਰ ਕਹਿ ਦਿੰਦੇ ਆ ਐਕਸੈਪਸ਼ਨਾਂ ਬਹੁਤ ਨੇ ਅਪਵਾਦ ਬਹੁਤ ਨੇ ਕਿ ਜੇ ਐਵੇਂ ਆ ਗਿਆ ਫਿਰ ਆ ਕਰ ਦਿਓ ਜੇ ਐਵੇਂ ਆ ਗਿਆ ਫਿਰ ਆ ਕਰ ਦਿਓ ਉਹ ਸਾਰੀਆਂ ਐਕਸੈਪਸ਼ਨਸ ਉਹੀ ਬੰਦਾ ਕਲੀਅਰ ਕਰ ਸਕਦਾ ਹੈ ਜਾਂ ਉਹਦੇ ਹੀ ਕਲੀਅਰ ਹੋ ਸਕਦੀਆਂ ਜਿਹਨੂੰ ਧਰਤੀ ਦੇ ਲੌਂਗੀਟਿਊਡਸ ਦਾ ਕਨਸੈਪਟ ਪਤਾ ਹੋਊਗਾ ਜੇ ਤੁਹਾਨੂੰ ਹੁਣ ਪਤਾ ਲੱਗ ਗਿਆ ਇਟ ਮੀਨਸ ਕੈਲੰਡਰ ਵਾਲਾ ਚੈਪਟਰ ਪੜ੍ਹ ਕੇ ਤੁਹਾਨੂੰ ਇਹ ਤਾਂ ਸਮਝ ਆ ਜਾਊਗਾ ਕਿ ਇਹ ਰੱਟਾ ਨਹੀਂ ਸੀਗਾ ਇਹ ਰੱਟੇ ਤੋਂ ਉੱਪਰ ਦੀ ਇੱਕ ਬੜੀ ਸਧਾਰਨ ਜੀ ਕਹਾਣੀ ਸੀ ਖੈਰ ਉਹਦੇ ਚੱਕਰਾਂ 'ਚ ਨਹੀਂ ਮੈਂ ਪੈਂਦਾ ਅਜੇ ਤਾਂ ਮੈਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਕਿ ਜਿਵੇਂ ਹੁਣ ਸਪੋਜ਼ ਕਰੋ ਧਰਤੀ ਪੂਰੇ ਦਾ ਪੂਰਾ ਵੈਸਟ ਤੋਂ ਈਸਟ ਦਾ ਘੇੜਾ ਇੱਕ ਦਿਨ 'ਚ ਕੱਢ ਆਉਂਦੀ ਆ ਆਪਣੀ ਐਕਸੀਸ ਦੇ ਅਰਾਊਂਡ ਕਿੰਨੇ ਦਿਨ 'ਚ ਕੱਢ ਆਉਂਦੀ ਆ ਇੱਕ ਦਿਨ 'ਚ ਧਰਤੀ 24 ਘੰਟਿਆਂ ਚ ਕਿੰਨੇ ਡਿਗਰੀ ਘੁੰਮ ਆਉਂਦੀ ਆ ਇੱਕ ਬੰਦਾ ਪੂਰਾ ਗੇੜਾ ਕੱਢ ਕੇ ਉੱਧਰ ਵੀ ਘੁੰਮ ਜੇ ਤਾਂ ਕਿੰਨੇ ਡਿਗਰੀ ਹੋ ਗਿਆ 360 ਘੁੰਮ ਕੇ ਪਿੱਛੇ ਨੂੰ ਮੂੰਹ ਕਰ ਲੇ ਤਾਂ 180 ਤੇ ਘੁੰਮ ਕੇ ਦੁਬਾਰਾ ਉੱਥੇ ਆ ਜੇ ਤਾਂ 100 360 360 ਡਿਗਰੀ ਜਾਣ ਲਈ ਕਿੰਨੇ ਘੰਟੇ ਲੱਗਦੇ ਆ 24 ਘੰਟੇ ਤਾਂ ਇੱਕ ਘੰਟੇ ਚ ਕਿੰਨਾ ਚੱਲੂਗੀ 360 24 ਕਰਿਓ ਕਿੰਨਾ ਆ ਗਿਆ 15 ਇਹਦਾ ਮਤਲਬ ਧਰਤੀ ਇੱਕ ਘੰਟੇ ਦੇ ਵਿੱਚ ਧਰਤੀ ਜਦੋਂ ਵੈਸਟ ਤੋਂ ਈਸਟ ਘੁੰਮ ਰਹੀ ਆ ਪਤਾ ਘੁੰਮਦੀ ਆ ਧਰਤੀ ਦਿਓ ਪਛਮ ਤੋਂ ਪੂਰਬ ਘੁੰਮਦੀ ਆ ਤਾਂ 1 ਘੰਟੇ 'ਚ ਧਰਤੀ ਕਿੰਨੇ ਡਿਗਰੀ ਅੱਗੇ ਘੁੰਮ ਜਾਂਦੀ ਆ 15 ਡਿਗਰੀ ਤੁਸੀਂ ਆਪ ਮੰਨਿਓ 24 ਘੰਟਿਆਂ 'ਚ ਧਰਤੀ ਘੁੰਮ ਕੇ ਉੱਥੇ ਆ ਗਈ 24 ਘੰਟਿਆਂ 'ਚ ਧਰਤੀ ਘੁੰਮੀ ਕਿੰਨੇ ਡਿਗਰੀ 360 ਤਾਂ ਇਹ 7ਵੀਂ ਅੰਕ ਮੈਥ ਕਲਾਸ ਚ ਲਾਉਂਦੇ ਹੁੰਦੀ ਇਕਾਈ ਵਾਲਾ ਮੈਥਡ 24 ਘੰਟਿਆਂ ਦੇ ਵਿੱਚ ਧਰਤੀ ਘੁੰਮਦੀ ਹੈ 360 ਡਿਗਰੀ 1 ਘੰਟੇ ਦੇ ਵਿੱਚ ਧਰਤੀ ਘੁੰਮਦੀ ਹੈ 360 ਡਿਗਰੀ 24 ਕਿੰਨੇ ਆ ਗਿਆ ਭਲਾ 15 ਡਿਗਰੀ 15 ਡਿਗਰੀ ਘੁੰਮਦੀ ਹੈ ਧਰਤੀ 1 ਘੰਟੇ ਚ ਮਤਲਬ ਜੇ ਤੁਸੀਂ 1 ਘੰਟੇ ਬਾਅਦ ਦੇਖੋਗੇ ਨਾ ਧਰਤੀ ਨੂੰ ਲੌਂਗੀਟਿਊਡ ਵਾਈਜ਼ ਤਾਂ ਧਰਤੀ 15 ਡਿਗਰੀ ਅੱਗੇ ਜਾ ਚੁੱਕੀ ਹੋਊਗੀ ਇਹੀ ਤਾਂ ਕਹਿ ਰਹੇ ਹੋ ਤੁਸੀਂ ਮਤਲਬ ਤੁਸੀਂ ਇਹੀ ਕਹਿ ਰਹੇ ਹੋ ਨਾ ਕਿ 15 ਡਿਗਰੀ ਘੁੰਮਣ ਚ ਧਰਤੀ ਨੂੰ ਕਿੰਨਾ ਟਾਈਮ ਲੱਗਦਾ ਹੈ 1 ਘੰਟਾ ਜੇ ਮੈਂ ਮਿੰਟਾਂ ਚ ਕਹਾਂ ਤਾਂ ਕਿੰਨੇ ਮਿੰਟ 60 ਮਿੰਟ ਤੁਸੀਂ ਮੈਨੂੰ ਕਿਹਾ ਕਿ ਸਰ 15 ਡਿਗਰੀ ਧਰਤੀ ਨੂੰ ਘੁੰਮਣ ਚ 60 ਮਿੰਟ ਲੱਗਦੇ ਆ ਘੰਟੇ ਬੋਲਨੇ ਮੈਂ ਬੰਦ ਕਰਦੇ ਹੁਣ 15 ਡਿਗਰੀ ਜੇ ਧਰਤੀ ਨੇ ਅੱਗੇ ਖਿਸਕਣਾ ਹੈ ਤਾਂ ਧਰਤੀ ਨੂੰ ਕਿੰਨੇ ਮਿੰਟ ਲੱਗਦੇ ਆ 60 ਮਿੰਟ ਤੇ ਜੇ ਧਰਤੀ ਨੇ 1 ਡਿਗਰੀ ਅੱਗੇ ਘੁੰਮਣਾ ਹੈ ਤਾਂ 60/ 15 ਕਿੰਨਾ ਲੱਗਣਗੇ 4 ਮਿੰਟ ਆਹ ਗੱਲ ਆਪਣੇ ਦਿਮਾਗ 'ਚ ਫਿੱਟ ਕਰ ਲੋ ਕਿ ਧਰਤੀ ਨੂੰ 4 ਮਿੰਟ ਲੱਗਦੇ ਆ 1 ਡਿਗਰੀ ਅੱਗੇ ਖਿਸਕਣ 'ਚ ਇਹਦਾ ਮਤਲਬ ਜੇ ਧਰਤੀ ਦਾ ਕੇਂਦਰ ਵਾਲਾ ਪੁਆਇੰਟ ਇੱਥੇ ਆ ਜਿਹਨੂੰ ਦੁਨੀਆ ਮੁੱਖ ਦੇਸ਼ਾਂਤ ਮੰਨਦੀ ਹੈ ਜੇ ਤੁਸੀਂ ਉਤੋਂ 1 ਡਿਗਰੀ ਅੱਗੇ ਜਾਣਾ ਹੈ ਉੱਥੇ ਉਹ ਪਾਣਾ 4 ਮਿੰਟ ਪਹਿਲਾਂ ਵਾਪਰੂਗਾ ਮਤਲਬ 4 ਮਿੰਟਾਂ ਚ ਧਰਤੀ 1 ਡਿਗਰੀ ਅੱਗੇ ਖਿਸਕਾਉਂਦੀ ਆ ਪੱਲੇ ਪੈ ਗਈ ਗੱਲ West ਤੋਂ East ਦਿਸ਼ਾਂਤਰ ਦੇ ਵਾਈਜ਼ ਧਰਤੀ West ਤੋਂ East ਪੱਛਮ ਤੋਂ ਪੂਰਬ ਘੁੰਮਦੀ ਆ ਤੇ ਧਰਤੀ ਹਰ 1 ਡਿਗਰੀ ਘੁੰਮਣ ਲਈ ਕਿੰਨੇ ਮਿੰਟ ਖਰਾਬ ਕਰ ਦਿੰਦੀ ਆ 4 ਮਿੰਟ ਇਸੇ ਤਰੀਕੇ ਨਾਲ ਚਲਦੀ ਚਲਦੀ ਧਰਤੀ ਜਿਹੜੀ ਆ 360 ਡਿਗਰੀ ਘੁੰਮਣ ਲਈ 360 4 ਉਹ ਜਿੰਨੇ ਵੀ ਮਿੰਟ ਬਣਦੇ ਆ ਉਹਨਾਂ ਨੂੰ ਘੰਟਿਆਂ ਚ ਕਰਕੇ ਦੇਖਿਓ ਕਿੰਨੇ ਬਣ ਜਾਣਗੇ 24 ਘੰਟੇ ਬਣ ਜਾਣਗੇ ਸੋ ਇਹ ਕਹਾਣੀਆਂ ਧਰਤੀ ਦੀ ਕਿ ਧਰਤੀ ਨੂੰ ਵੈਸਟ ਤੋਂ ਈਸਟ ਪੱਛਮ ਤੋਂ ਪੂਰਬ 1 ਡਿਗਰੀ ਘੁੰਮਣ ਚ ਕਿੰਨੇ ਮਿੰਟ ਲੱਗਦੇ ਆ 4 ਮਿੰਟ ਹੁਣ ਇੱਕ ਗੱਲ ਦੱਸੋ ਸੂਰਜ ਇੱਥੇ ਆ ਸੂਰਜ ਇੱਥੇ ਆ ਤੇ ਧਰਤੀ ਨੂੰ ਪਤਾ ਹੈ ਕਿ ਹੁਣ ਜਿਹੜਾ ਬੰਦਾ ਇੱਥੇ ਆ ਹੁਣ ਸਪੋਜ਼ ਕਰੋ ਕਿਸੇ ਨੇ ਮੈਨੂੰ ਕਹਿਤਾ ਕਿ ਜੀ ਮੈਂ ਆ ਧਰਤੀ ਦਾ ਸੈਂਟਰ ਆ ਮੈਂ ਧਰਤੀ ਦੀ ਸੈਂਟਰ ਵਾਲੀ ਰੇਖਾ ਤੋਂ 20 ਡਿਗਰੀ ਇੱਧਰ ਆ ਕਿੰਨੇ ਡਿਗਰੀ ਉਧਰਲੇ ਪਾਸੇ ਆ 20 ਡਿਗਰੀ ਇੱਕ ਕਬੇ ਸਰ ਮੈਂ 40 ਡਿਗਰੀ ਉਧਰ ਖੜਾ ਤਰਤੀਦੀ ਸੈਂਟਰ ਵਾਲੀ ਰੇਖਾ ਤੋਂ 40 ਡਿਗਰੀ ਉੱਥੇ ਆ ਆ ਜਿਹੜਾ 40 ਡਿਗਰੀ ਵਾਲਾ ਹੈ ਉਹਨੂੰ ਪਤਾ ਹੈ ਕਿ ਸੂਰਜ ਉਹਨੇ ਪਹਿਲਾਂ ਦੇਖਣਾ ਕਿ 20 ਡਿਗਰੀ ਵਾਲੇ ਨੇ ਪਹਿਲਾਂ ਦੇਖਣਾ 40 ਵਾਲੇ ਨੇ ਕਿਉਂਕਿ ਸੂਰਜ ਜਿਹੜਾ ਹੈ ਉਹ ਈਸਟ ਵਾਲੇ ਪਹਿਲਾਂ ਦੇਖਦੇ ਆ ਪੂਰਬ ਵਾਲੇ ਪਹਿਲਾਂ ਦੇਖਦੇ ਆ 40 ਡਿਗਰੀ ਵਾਲੇ ਨੇ ਸੂਰਜ ਦੇਖ ਲਿਆ 40 ਡਿਗਰੀ ਵਾਲੇ ਨੇ ਸੂਰਜ ਦੇਖਿਆ ਸਵੇਰ ਦੇ 7 ਵਜੇ ਉਹਦੇ ਹਿਸਾਬ ਨਾਲ ਹੁਣ ਇਹ ਦੱਸੋ ਕਿ 20 ਡਿਗਰੀ ਵਾਲਾ ਜਦੋਂ ਉੱਥੇ ਪਹੁੰਚੂਗਾ ਸੂਰਜ ਦੇਖੂਗਾ ਕਿੰਨੇ ਘੰਟੇ ਲੇਟ ਮਿਲ ਪਹੁੰਚੂਗਾ 20 ਡਿਗਰੀ ਤੋਂ ਲੈ ਕੇ 40 ਡਿਗਰੀ ਦੇ ਵਿੱਚ ਕਿੰਨੇ ਡਿਗਰੀ ਦਾ ਫਾਸਲਾ ਹੈ 20 ਡਿਗਰੀ ਦਾ ਚਲੋ ਇਦਾਂ ਕਰੋ ਇੱਥੇ 50 ਡਿਗਰੀ ਮੰਨ ਲਓ ਕੋਈ ਫਰਕ ਨਹੀਂ ਪੈਂਦਾ 50 ਡਿਗਰੀ ਮੰਨ ਲਓ 20 ਡਿਗਰੀ ਤੇ 50 ਡਿਗਰੀ ਚ ਕਿੰਨੇ ਮਿੰਟ ਦਾ ਫਾਸਲਾ ਕਿੰਨੇ ਡਿਗਰੀ ਦਾ ਫਾਸਲਾ ਹੈ 30 ਡਿਗਰੀ ਦਾ 30 ਡਿਗਰੀ ਚੱਲਣ ਵਾਸਤੇ ਧਰਤੀ ਕਿੰਨੇ ਮਿੰਟ ਲਾਊਗੀ 1 ਡਿਗਰੀ ਚੱਲਣ ਲਈ ਕਿੰਨੇ ਮਿੰਟ ਲਾਉਂਦੀ ਆ 4 ਮਿੰਟ ਤੇ 30 ਡਿਗਰੀ ਚੱਲਣ ਲਈ 30 4 120 ਮਿੰਟ 2 ਘੰਟੇ ਬਾਅਦ ਇਹ ਉਹੀ ਸੂਰਜ ਦੇਖੂਗਾ ਮਤਲਬ ਕਿ ਜਦੋਂ ਇਹ ਬੰਦਾ ਸੂਰਜ ਦੇਖੂਗਾ ਦੁਬਾਰਾ ਇਹਨਾਂ ਦੇ 7 ਵਜੇ ਹੋਣਗੇ ਜਾਂ ਇਹਨਾਂ ਦਾ ਸੂਰਜ ਚੜੂਗਾ ਉਹ ਇਹਨੂੰ ਫੋਨ ਕਰੂਗਾ ਕਿ ਤੁਹਾਡੇ ਕਿੰਨਾ ਟਾਈਮ ਹੋਇਆ ਉਹ ਕਹਾਂਗਾ ਸਾਢੇ 9 ਵਜੇ ਗਏ ਹੁਣ ਮੇਰੀ ਗੱਲ ਸਮਝ ਗਏ ਨਾ ਸੋ ਇਹ ਕਹਾਣੀ ਆ ਇਹ ਲੌਂਗੀਟਿਊਡ ਤੇ ਡਿਪੈਂਡ ਕਰਦਾ ਹੁੰਦਾ ਸੂਰਜ ਦਾ ਦਿਖਣਾ ਪੂਰਬ ਵਾਲਿਆਂ ਨੇ ਪਹਿਲਾਂ ਸੂਰਜ ਦੇਖ ਲੈਣਾ ਤੇ ਪੱਛਮ ਵਾਲਿਆਂ ਨੇ ਬਾਅਦ 'ਚ ਦੇਖਣਾ ਤੁਸੀਂ ਕਹੋਗੇ ਸਰ ਆਪਾਂ ਲੌਂਗੀਟਿਊਡ ਜਾਨੀ ਕਿ ਦੇਸ਼ਾਂਤਰ ਤੇ ਇੰਨਾ ਕਿਉਂ ਉਲਝ ਗਏ ਇਹ ਉਲਝਣਾ ਪੈਣਾ ਹੈ ਕਿਉਂਕਿ ਤਾਂ ਇੰਡੀਆ ਦਾ ਇੱਕ ਹਿੱਸਾ ਜਿਹੜਾ ਹੈ ਉਹ ਗੁਜਰਾਤ ਆ ਇੱਕ ਹਿੱਸਾ ਕਿਹੜਾ ਹੈ ਅਰਨਾਚਲ ਪ੍ਰਦੇਸ਼ ਇੱਕ ਪਾਸੇ ਲੌਂਗੀਟਿਊਡ ਤੇ ਹੁਣ ਇੱਕ ਗੱਲ ਹੋਰ ਨੋਟਿਸ ਕਰੋ ਜੇ ਮੈਨੂੰ ਕੋਈ ਕਹੇ ਕਿ ਆਹ ਇੰਡੀਆ ਹੈ ਮੰਨ ਲਓ ਆਹ ਇੰਡੀਆ ਦੀ ਸ਼ਕਲ ਆ ਇੰਡੀਆ ਦੀ ਸ਼ਕਲ ਦਾ ਇਧਰਲਾ ਪਾਸਾ ਇਹਦਾ ਲੌਂਗੀਟਿਊਡ ਅੱਡ ਨਹੀਂ ਸਮਝ ਆਈ ਦੁਬਾਰਾ ਸਮਝੋ ਆ ਗੋਲਾ ਹੋ ਗਿਆ ਧਰਤੀ ਦਾ ਠੀਕ ਆ ਆ ਸੈਂਟਰ ਹੋ ਗਿਆ ਠੀਕ ਆ ਆ ਇੰਡੀਆ ਹੋ ਗਿਆ ਸਪੋਜ਼ ਕਰੋ ਆ ਇੰਡੀਆ ਦੀ ਸ਼ਕਲ ਆ ਇੰਡੀਆ ਦਾ ਇਧਰਲਾ ਕੋਰਨਰ ਇੱਥੇ ਟੱਚ ਹੋ ਰਿਹਾ ਇੰਡੀਆ ਦਾ ਇਧਰਲਾ ਕਾਰਨਰ ਮੰਨ ਲਓ ਇੱਥੇ ਟੱਚ ਹੋ ਰਿਹਾ ਚਲੋ ਟੱਚ ਹੋ ਗਿਆ ਮੰਨ ਲਓ ਕਾਰਨਰ ਇੱਥੇ ਠੀਕ ਹੈ ਜੇ ਮੈਂ ਮੈਂ ਲੈਟੀਟਿਊਡ ਵਾਈਜ਼ ਨਹੀਂ ਹੁਣ ਗੱਲ ਕਰ ਰਿਹਾ ਕਿਉਂਕਿ ਉਹ ਤਾਂ ਮੈਂ ਥੱਲੇ ਉੱਪਰ ਨੂੰ ਸਮਝਾਤੇ ਜੇ ਮੈਂ ਦਿਸ਼ਾਂਤਰ ਦੇ ਪੱਖ ਤੋਂ ਦੇਖਾਂ ਤੁਸੀਂ ਕਹੋਗੇ ਸਰ ਇੰਡੀਆ ਜਿਹੜਾ ਹੈ ਨਾ ਇੰਡੀਆ ਦਾ ਜਿਹੜਾ ਇਧਰਲਾ ਕੋਨਾਂ ਹੈ ਉਹ ਵੀ ਇਸ ਧਰਤੀ ਦੀ ਸੈਂਟਰ ਵਾਲੀ ਰੇਖਾ ਤੋਂ ਇਧਰਲੇ ਪਾਸੇ ਹੀ ਆ ਤਾਂ ਤੁਸੀਂ ਕਹੋਗੇ ਇਹ ਕਿੰਨਾ ਇਧਰ ਮੈਂ ਕਹੂੰਗਾ ਜੀ ਇਹ ਹੈਗਾ ਹੈ ਉਦਾਹਰਨ ਦੇ ਤੌਰ ਤੇ 68 ਡਿਗਰੀ ਉਧਰਲੇ ਪਾਸੇ ਤੁਸੀਂ ਕਹੋਗੇ ਅੱਛਾ ਇਹਦਾ ਮਤਲਬ ਇਧਰਲਾ ਕੋਨਾ ਇੰਡੀਆ ਦਾ 68 ਡਿਗਰੀ ਈਸਟ ਤੇ ਆ ਤੇ ਪਰਲਾ ਕੋਨਾ ਕਿੰਨੇ ਤੇ ਆ ਮੈਂ ਕਹੂੰਗਾ ਮੰਨ ਕੇ ਚੱਲੋ ਇਹ 97 ਡਿਗਰੀ ਉਧਰ ਆ ਇਸ ਰੈਨ ਤੋਂ 97 ਡਿਗਰੀ ਉਧਰ ਅੱਛਾ ਇਹਦੇ ਕੋਆਰਡੀਨੇਟ ਆ ਗਏ 97 ਡਿਗਰੀ ਪੂਰਬ ਇਸੇ ਕਰਕੇ ਇੰਡੀਆ ਦੇ ਜਿਹੜੇ ਕਾਰਨਰ ਨੇ ਉਹਨਾਂ ਦੇ ਜਿਹੜੇ ਲੌਂਗੀਟਿਊਡ ਵਾਲੇ ਦਿਸ਼ਾਂਤਰ ਵਾਲੇ ਕੋਆਰਡੀਨੇਟ ਨੇ ਉਹ 68 ਡਿਗਰੀ ਤੇ 95 ਡਿਗਰੀ ਆ ਤੁਸੀਂ ਕਹੋਗੇ ਸਰ ਦੋਵਾਂ ਦੇ ਨਾਲ ਈਸਟ ਕਿਉਂ ਪਿਆ ਰਿਹਾ ਦੋਵਾਂ ਦੇ ਨਾਲ ਪੂਰਬ ਇਸ ਕਰਕੇ ਪੈ ਰਿਹਾ ਹੈ ਕਿ ਦੋਵੇਂ ਮੁੱਖ ਰੇਖਾ ਤੋਂ ਪੂਰਬ ਵਾਲੇ ਪਾਸੇ ਹੀ ਨੇ ਜੇ ਕੋਈ ਦੇਸ਼ ਐਵੇਂ ਦਾ ਹੋਵੇ ਐਵੇਂ ਦਾ ਹੋਵੇ ਉਹਦਾ ਇਧਰਲਾ ਕਾਰਨਰ ਜਿਹੜਾ ਹੈ ਉਹ ਦੇਸ਼ਾਂਤਰ ਤੋਂ ਮੇਨ ਜਿਹੜੀ ਮੁੱਖ ਲਾਈਨ ਹੈ ਜਿਹਨੂੰ ਅਸੀਂ ਪ੍ਰਾਈਮ ਲੌਂਗੀਟਿਊਡ ਜਾਂ ਪ੍ਰਾਈਮ ਮੈਰੀਡੀਅਨ ਇੰਗਲੈਂਡ ਵਾਲਿਆਂ ਨੇ ਇਹਦਾ ਨਾਮ ਰੱਖਿਆ ਹੈ ਗ੍ਰੀਨਵਿਚ ਮੈਰੀਡੀਅਨਸ ਟਾਈਮ ਜੀ ਐਮਟੀ ਮੇ ਮੁੱਖ ਲਾਈਨ ਹੈ ਜਿਹੜੀ ਜਿੱਥੋਂ ਟਾਈਮ ਜ਼ਰੂਰ ਹੁੰਦਾ ਹੈ ਇਸ ਮੁੱਖ ਮੈਰੀਡੀਅਨ ਤੋਂ ਮੁੱਖ ਦੇਸ਼ਾਂਤਰ ਤੋਂ ਜਿਹੜਾ ਆਹ ਵਾਲਾ ਪੁਆਇੰਟ ਆ ਇਹ ਈਸਟ ਵਾਲਾ ਕਿ ਵੈਸਟ ਵਾਲਾ ਵੈਸਟ ਵਾਲਾ ਇਸ ਦੇਸ਼ ਦੇ ਕੋਆਰਡੀਨੇਟ ਹੋਣਗੇ ਮਤਲਬ ਕਿ ਮੰਨ ਲਓ 10 ਡਿਗਰੀ ਵੈਸਟ ਤੋਂ 20 ਡਿਗਰੀ ਈਸਟ ਵੱਲ ਮੇਬੀ ਜੋ ਵੀ ਹੋਣਗੇ ਕਿ 10 ਡਿਗਰੀ ਪੱਛਮ ਤੋਂ ਲੈ ਕੇ 20 ਡਿਗਰੀ ਪੂਰਬ ਤੱਕ ਇਹ ਦੇਸ਼ ਆ ਤੇ ਜਿੰਨਾ ਕਿਸੇ ਦੇਸ਼ ਦਾ ਲੌਂਗੀਟਿਊਡ ਜ਼ਿਆਦਾ ਹੁੰਦਾ ਹੈ ਉਹਦੀ ਸਭ ਤੋਂ ਵੱਡੀ ਵਿਪਤਾ ਪਤਾ ਕੀ ਹੁੰਦੀ ਹੈ ਉਹਦੇ ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਦੇ ਵਿੱਚ ਮੰਨ ਲਓ ਇੰਡੀਆ ਦੇ ਇੱਕ ਕੋਨੇ 68 ਡਿਗਰੀ ਤੋਂ ਲੈ ਕੇ 97 ਡਿਗਰੀ ਦੇ ਵਿੱਚ ਕਿੰਨੇ ਡਿਗਰੀ ਦਾ ਫਰਕ ਆ? 30 ਡਿਗਰੀ ਮਨੋਕਾ ਫੋਕਾ ਕਿੰਨੇ ਡਿਗਰੀ ਦਾ? 30 ਡਿਗਰੀ ਦਾ। ਤੇ 1 ਡਿਗਰੀ ਤੇ ਜਦੋਂ ਲੌਂਗੀਟਿਊਡ ਹਿੱਲਦਾ ਹੈ ਤਾਂ ਕਿੰਨੇ ਮਿੰਟ ਦਾ ਫਰਕ ਪੈਂਦਾ ਹੈ? 4 ਮਿੰਟ ਦਾ ਤੇ 30 ਡਿਗਰੀ 'ਚ 120 ਇੰਡੀਆ ਦੇ ਨਾਰਥ-ਈਸਟ 'ਚ ਅਰਨਾਚਲ ਪ੍ਰਦੇਸ਼ ਤੇ ਗੋਹਾਰ ਮਥੂ ਸਭ ਤੋਂ ਪੱਛਮੀ ਪੁਆਇੰਟ ਕਿੰਨੇ ਘੰਟਿਆਂ ਦਾ ਫਰਕ ਆ? 30 4 2 ਘੰਟਿਆਂ ਦਾ ਮੰਨੂ ਇੱਕ ਗੱਲ ਦੱਸੋਗੇ ਜਦੋਂ ਗੁਜਰਾਤ ਦੇ ਵਿੱਚ ਘੜੀ ਤੇ ਮੋਬਾਈਲ ਤੇ ਸਵੇਰ ਦੇ 7 ਵਜਦੇ ਆ ਤਾਂ ਅਰਨਾਚਲ ਚ ਘੜੀ ਤੇ ਸਵੇਰੇ ਕਿੰਨੇ ਵਜਦੇ ਆ ਹਾਂਜੀ 7:30 ਵਜਦੇ ਆ ਤਾਂ ਸੋਚ ਕੇ ਦੇਖੋ ਅਸੀਂ ਉਹ 2 ਘੰਟਿਆਂ ਨੂੰ ਗੋਲਿਆ ਹੀ ਨਹੀਂ ਕਿਸੇ ਨੇ ਕਿਹਾ ਕਿ ਯਾਰ ਉਹਨਾਂ ਦਾ ਟਾਈਮ ਐਡਜਸਟ ਕਰ ਦੋ ਉਹਨਾਂ ਦਾ ਟਾਈਮ 2 ਘੰਟੇ ਪਹਿਲਾਂ ਕਰ ਦੋ ਉਹਨਾਂ ਦੇ ਦਫ਼ਤਰ ਦੁਪੱਤਰ ਪਹਿਲਾਂ ਖੁੱਲ ਜਾਂਦੇ ਹੋਣਗੇ ਉਹਨਾਂ ਕੰਮ ਸਵੇਰੇ ਜਲਦੀ ਕਰ ਲੈਣਗੇ ਉਹਨਾਂ ਦੇ ਤਾਂ ਸੂਰਜ ਟਾਈਮ ਦਾ ਹੀ ਨਿਕਲਿਆ ਹੋਇਆ ਹੈ ਨਾਰਥ ਈਸਟ ਵਾਲਿਆਂ ਦੇ ਕਿ ਕਿਸੇ ਨੇ ਕਹਿਤਾ ਹੋਣਾ ਸਰਕਾਰ ਨੂੰ ਕਿਹੜਾ ਹੱਕ ਵਜਾਉਣੀ ਆ ਠੀਕ ਆ ਜਾ ਕੇ ਜਿਨ੍ਹਾਂ ਨੇ 9 ਵਜੇ ਦਫਤਰ ਖੋਲ ਲੈਣੇ ਉਹਨਾਂ ਨੇ ਕੀ ਸਵਾਰ ਲੈਣਾ ਕੋਈ ਨਹੀਂ ਯਾਰ ਇੱਕੋ ਹੀ ਟਾਈਮ ਚੱਲਦਾ ਰਹਿਣ ਦੋ ਐਂ ਟਾਈਮ ਅੱਗੇ ਪਿੱਛੇੜ ਹੋਇਆ ਇੱਕ ਪਾਸੇ ਉਹ ਟ੍ਰੇਨ ਤੁਰੂਗੀ 8:00 ਵਜੇ ਦੂਜੇ ਵਾਲੇ ਨੇ ਘੜੀ ਸੈੱਟ ਨਹੀਂ ਕਰਨੀ ਐਈ ਬੰਦੇ ਬੰਦੇ ਮਰੋਂਦੇ ਫਿਰਨਗੇ ਠੀਕ ਆ ਕੋਆਰਡੀਨੇਸ਼ਨ ਚ ਕਮੀ ਆ ਟੈਕਨੋਲੋਜੀ ਹੈ ਨਹੀਂ ਐਨੇ ਪੰਗੇ ਨਾ ਲਾਓ ਕੋਈ ਫਰਕ ਨਹੀਂ ਪੈਂਦਾ ਉਹ ਵਿਚਾਰੇ ਜਦੋਂ ਸਵੇਰੇ 9 ਵਜੇ ਦਫਤਰ ਖੋ ਜਦੋਂ ਉਹਨਾਂ ਦੇ ਸਵੇਰ ਦੇ 9:00 ਵੱਜਦੇ ਹੋਣਗੇ ਉਦੋਂ ਤੱਕ ਤਾਂ ਸੂਰਜ ਉਹਨਾਂ ਦੇ ਸਿਰ ਤੇ ਚੜ ਜਾਂਦਾ ਤੇ ਜਦੋਂ ਨੂੰ ਉਹ 4 4 ਵਜਦੇ ਆ ਸ਼ਾਮ ਦੇ ਉਹਨਾਂ ਦੇ ਸੂਰਜ ਡੁੱਬਣ ਲੱਗ ਪੈਂਦਾ ਇਹਦਾ ਮਤਲਬ ਉਹਨਾਂ ਨੂੰ ਦਫ਼ਤਰਾਂ ਦੇ ਲਾਸਟ ਵਾਲੇ ਜਿਹੜੇ 2 3 ਘੰਟੇ ਆ 3 ਵਜੇ ਤੋਂ ਬਾਅਦ ਵਾਲੇ ਉਹ ਦਫ਼ਤਰਾਂ ਦੀਆਂ ਲਾਈਟਾਂ ਜਗਾਉਣੀਆਂ ਪੈਂਦੀਆਂ એનર્ਜੀ ਲਾਸ ਇੱਕ ਪਾਸੇ ਅਸੀਂ ਕਾਨਫਰੈਂਸ ਉਹ ਪਾਰਟੀ ਦੀਆਂ ਮੀਟਿੰਗਾਂ 'ਚ ਜਾ ਕੇ ਪਤਲੀ ਕਦੀ ਯੂਏਈ ਕਦੀ ਕਿੱਥੇ ਉੱਥੇ ਸੌਂ ਖਾ ਰਹੇ ਆ ਕਿ ਅਸੀਂ એનર્ਜੀ ਲਾਸ ਬਚਾਵਾਂਗੇ ਦੂਜੇ ਪਾਸੇ ਅਸੀਂ ਆਪਣੀ ਟਾਈਮ ਜ਼ੋਨ ਹੀ ਵੀ ਸੈੱਟ ਨਹੀਂ ਸਾਡੇ ਨਾਲੋਂ ਤਗੜੀ ਟੈਕਨੋਲੋਜੀ ਸੀ ਅੰਗਰੇਜ਼ਾਂ ਦੀ ਨਾਰਥ-ਈਸਟ ਦੀ ਵੱਖਰੀ ਟਾਈਮ ਜ਼ੋਨ ਸੀ ਜਿਹਨੂੰ ਆਪਾਂ ਅਸਾਮ ਟਾਈਮ ਜ਼ੋਨ ਜਾਂ ਨਾਰਥ-ਈਸਟ ਟਾਈਮ ਜ਼ੋਨ ਹੁੰਦੀ ਸੀ ਉਹ ਅਸਾਂ ਤਾਂ ਕਿਉਂਕਿ ਉਥੇ ਚਾਹੇ ਬਾਗਾਨ ਚਾਹ ਦੇ ਖੇਤਾਂ ਸੀਗੇ ਉਹਨਾਂ ਦੇ ਉੱਠਣ ਤੇ ਜਾਗਣ ਦਾ ਤੇ ਸੌਣ ਦਾ ਤੇ ਉਹਨਾਂ ਦੇ ਕੰਮ ਦਾ ਵੇਲਾ ਡੋਂਦਾ ਸੀ ਉਹਨੂੰ ਲੋਕ ਅਸਾਮ ਟਾਈਮ ਜ਼ੋਨ ਜਾਂ ਚਾਹੇ ਬਾਗਾਨ ਟਾਈਮ ਜ਼ੋਨ ਕਹਿੰਦੇ ਸੀ ਜਦੋਂ ਸਰਕਾਰ ਪਲਟੀ ਦੇਸ਼ ਆਜ਼ਾਦ ਹੋਇਆ ਅਸੀਂ ਡਿਵੈਲਪ ਹੋ ਗਏ ਅਸੀਂ ਕੋਈ ਕਰਤਾ ਕਿ ਕੋਈ ਫਰਕ ਨਹੀਂ ਦੇਸ਼ ਇੱਕ ਠੀਕ ਆ ਵਨ ਨੇਸ਼ਨ ਵਨ ਟਾਈਮ ਜ਼ੋਨ ਠੀਕ ਆ ਵਨ ਨੇਸ਼ਨ ਵਨ ਟੈਕਸ ਵਨ ਨੇਸ਼ਨ ਵਨ ਇਲੈਕਸ਼ਨਸ ਤਾਂ ਏਸ ਏਜੰਡੇ ਤੇ ਜੇ ਅਸੀਂ ਸਰਕਾਰ ਨੂੰ ਦੇਖੀਏ ਇਹ ਤਾਂ ਵੀ ਮੰਨਦੇ ਖੈਰ ਇੱਕ ਗੱਲ ਦੱਸੋ ਆ ਈਸਟ-ਵੈਸਟ ਵਾਲਾ ਕਨਸੈਪਟ ਸਮਝ ਆ ਗਿਆ ਠੀਕ ਆ ਜਸਟ ਏ ਇਸ ਕਰਕੇ ਦੱਸਣ ਵਾਸਤੇ ਆ ਹੁਣ ਦੇਖੋ ਅਸਲ ਦੇ ਵਿੱਚ ਕੀ ਸੀ ਸਾਰੇ ਦੇਸ਼ਾਂ ਨੇ ਆਪਸ 'ਚ ਇੱਕ ਸਲਾਹ ਕਰੀ ਫਿਰ ਕਿ ਆਪਾਂ ਆਪਣੀ ਟਾਈਮ ਜ਼ੋਨ ਦੇ ਹਿਸਾਬ ਨਾਲ ਟਾਈਮ ਰੱਖੀਏ ਹੁਣ ਲੌਂਗੀਟਿਊਡ ਵਾਈਜ਼ ਕਈ ਦੇਸ਼ ਵਿੱਚ ਆ ਗਏ ਕਹਿੰਦੇ ਆਪਾਂ ਨਾ ਇਹ ਇੱਕ ਇੱਕ ਡਿਗਰੀ ਚ ਕਿੰਨੇ ਮਿੰਟ ਦਾ ਫਰਕ ਪੈਂਦਾ ਹੈ 4 ਮਿੰਟ ਦਾ ਤਾਂ ਤੁਸੀਂ ਹਿਸਾਬ ਲਾਓ ਇਹ ਇੱਕ ਡਿਗਰੀ ਕਿੰਨੇ ਮਿੰਟ 4 ਮਿੰਟ 4 ਨੂੰ 15 ਨਾਲ ਗੁਣਾ ਕਰੋ ਇਧਰ ਵੀ 15 ਨਾਲ ਗੁਣਾ ਕਰ ਦੋ 15 ਡਿਗਰੀ ਦੇ ਕਿੰਨੇ ਮਿੰਟ ਦਾ ਫਰਕ ਹੋਊਗਾ 60 ਮਿੰਟ ਮਤਲਬ 1 ਘੰਟੇ ਦਾ 1 ਘੰਟੇ ਚ ਕਿੰਨੇ ਡਿਗਰੀ ਦਾ ਚੱਕਰ ਪੈਂਦਾ ਹੈ 15 ਮਿੰਟ ਦਾ ਕਹਿੰਦੇ ਇਦਾਂ ਕਰੋ ਆਪਾਂ ਨਾ ਸਾਰੇ ਦੇਸ਼ਾਂ ਨੂੰ ਕਹਿ ਦਿੰਨੇ ਆ ਕਿ ਤੁਸੀਂ ਜਿਹੜੇ ਜਿਹੜੇ ਲੌਂਗੀਟਿਊਡ ਤੇ ਆਉਂਦੇ ਹੋ ਠੀਕ ਆ ਤੁਸੀਂ ਆਪਣੇ 15-15 ਡਿਗਰੀ ਦੇ ਲੌਂਗੀਟਿਊਡ ਦੇ ਗੈਪ ਤੇ ਵੇਖੋ ਕਿ ਤੁਹਾਡੇ ਦੇਸ਼ ਚੋਂ ਕਿਹੜਾ ਲੌਂਗੀਟਿਊਡ ਲੰਘ ਰਿਹਾ ਹੈ ਜਿਹੜਾ ਲੌਂਗੀਟਿਊਡ ਤੁਹਾਡੇ ਦੇਸ਼ ਚੋਂ ਲੰਘ ਰਿਹਾ ਹੈ ਤੁਸੀਂ ਉਹਨੂੰ ਹੀ ਆਪਣੀ ਟਾਈਮ ਜ਼ੋਨ ਮੰਨ ਲਓ ਥੋੜਾ ਬਹੁਤਾ ਇੱਧਰ ਕੀ ਥੋੜਾ ਬਹੁਤਾ ਇੱਧਰ ਕੀ ਸਾਰਿਆਂ ਨੂੰ ਕਹਿ ਦੋ ਕਿ ਸਾਰਿਆਂ ਦਾ ਟਾਈਮ ਉਹੀ ਰਹੂਗਾ ਮਤਲਬ ਤੁਸੀਂ ਫਿਰ ਕਈ ਦੇਸ਼ਾਂ ਨੇ ਕਿਹਾ ਕਿ ਜਨਾਬ ਅਸੀਂ ਛੋਟੇ ਜਿਹੇ ਦੇਸ਼ ਆ ਠੀਕ ਆ 15 ਡਿਗਰੀ ਦਾ ਫਰਕ ਆ ਮੈਨੂੰ ਇੱਕ ਗੱਲ ਦੱਸੋਗੇ 15 ਡਿਗਰੀ 30 ਡਿਗਰੀ 45 ਡਿਗਰੀ ਇੱਕ ਦੇਸ਼ ਕਵੇ ਕਿ ਸਰ ਮੇਰਾ ਜਿਹੜਾ ਇਧਰਲਾ ਲੌਂਗੀਟਿਊਡ ਆ ਉਹ 35 ਡਿਗਰੀ ਆ ਤੇ ਇਧਰਲਾ ਲੌਂਗੀਟਿਊਡ ਮੇਰਾ 42 ਡਿਗਰੀ ਆ ਉਹਦਾ ਕੀ ਬਣੂਗਾ ਨਾ 15 15 ਦੇ ਫਾਸਲੇ ਤੇ ਆਉਣਾ ਸੀ ਪਹਿਲਾ ਟਾਈਮ ਮਿਲਣਾ ਸੀ 15 ਡਿਗਰੀ ਤੇ ਦੂਜਾ ਮਿਲਣਾ ਸੀ ਕਿੰਨੇ ਤੇ 30 ਡਿਗਰੀ ਤੇ ਤੀਜਾ 45 ਤੇ ਉਹ ਕਹਿੰਦਾ ਜੀ ਮੈਂ ਹੈਗਾ ਜੀ 37 ਡਿਗਰੀ ਤੋਂ ਲੈ ਕੇ ਮੇਰਾ ਲੌਂਗੀਟਿਊਡ ਇੰਨਾ ਕੀ ਚੌੜਾ ਛੋਟਾ ਜਿਹਾ ਦੇਸ਼ ਆ ਮੇਰਾ 37 ਡਿਗਰੀ ਤੋਂ 42 ਡਿਗਰੀ ਦਾ ਨਾ ਮੈਂ 30 ਚ ਆਇਆ ਨਾ ਮੈਂ 42 ਚ ਆਇਆ ਮੇਰਾ ਟਾਈਮ ਦੱਸ ਦੋ ਕੀ ਹੋਊਗਾ ਫਿਰ ਹੋਰ 6:35 ਪੈ ਗਈ ਕੀ ਇਹਦਾ ਕੀ ਕੀਤਾ ਜਾਵੇ ਫਿਰ ਕਿਹਾ ਜਾਵੇ ਕਿ ਨਹੀਂ 15 ਤੇ ਨਹੀਂ ਹੋਰ ਥੋੜਾ ਇਹਨੂੰ 15 ਦਾ ਅੱਧ ਕਿੰਨਾ ਹੁੰਦਾ 7.5 ਡਿਗਰੀ ਦੇ 1 ਘੰਟੇ ਦਾ ਅਰਧ 30 ਮਿੰਟ ਫਿਰ ਸਾਰੇ ਦੇਸ਼ਾਂ ਨੂੰ ਕਿਹਾ ਗਿਆ ਸਾਡੇ 7 ਡਿਗਰੀ ਦੇ ਹਿਸਾਬ ਨਾਲ ਆਪਣਾ ਟਾਈਮ ਮੰਡ ਲੋ ਜਿਹੜੀ ਆ ਮੁੱਖ ਦਿਸ਼ਾਂਤਰ ਆ ਇੱਥੋਂ ਦਾ ਟਾਈਮ ਹੋਊਗਾ ਜੀਐਮਟੀ ਕਿਉਂਕਿ ਇਹ ਇੰਗਲੈਂਡ ਦੇ ਪਿੰਡ ਗ੍ਰੀਨਵਿਚ ਤੋਂ ਲੰਘਦੀ ਆ ਗ੍ਰੀਨਵਿਚ ਮੈਰੀਡੀਅਨ ਟਾਈਮ ਗ੍ਰੀਨ ਵਿੱਚ ਦਾ ਮੁੱਖ ਦੇਸ਼ਾਂਤਰ ਸਮਾਂ ਇਹਨੂੰ 0.0.00 ਮੰਨ ਲਓ ਜਿਹੜੇ ਇਹਦੇ ਈਸਟ ਵੱਲ ਆ ਜਿਹੜਾ 7.5 ਡਿਗਰੀ ਈਸਟ ਤੇ ਦੇਸ਼ ਆ ਉਹ ਇਸ ਤੋਂ ਅੱਧਾ ਘੰਟਾ ਪਹਿਲਾਂ ਜਿਹੜਾ 15 ਡਿਗਰੀ ਤੇ ਆ ਉਹ ਘੰਟਾ ਪਹਿਲਾਂ ਜਿਹੜਾ 22.5 ਡਿਗਰੀ ਤੇ ਆ ਉਹ ਡੇਢ ਘੰਟਾ ਪਹਿਲਾਂ ਮਤਲਬ ਕੀ ਹੁਣ ਤੁਸੀਂ ਇੱਕ ਪਹਾੜਾ ਯਾਦ ਕਰਨਾ ਹੈ ਜਿਵੇਂ ਆਪਾਂ ਛੋਟੇ ਹੁੰਦੇ ਪਹਾੜੇ ਯਾਦ ਕਰਦੇ ਸੀ ਨਾ ਟੇਬਲ ਕਿਹਦਾ ਟੇਬਲ 7.5 ਦਾ 7.5 ਮੰਨ ਜਾ 7.5 7 ਐਂਡ ਹਾਫ ਇੰਟੂ 2 ਇਜ਼ 15 7 ਐਂਡ ਹਾਫ ਇੰਟੂ 3 ਇਜ਼ 22.5 7 ਐਂਡ ਹਾਫ ਇੰਟੂ 4 ਇਜ਼ 28 7 ਐਂਡ ਹਾਫ ਇੰਟੂ 5 ਇਜ਼ 37.5 7 ਐਂਡ ਹਾਫ ਇੰਟੂ 6 ਇਜ਼ 45 7.5 ਗੁਣਾ 7 ਦਾ ਕਰਕੇ ਦੇਖ ਲਓ ਕਿੰਨਾ ਹੋਊਗਾ ਆਈ ਥਿੰਕ ਕਿੰਨਾ ਮਤਲਬ ਕੈਲਕੂਲੇਟ ਕਰਿਓ ਇਸੇ ਤਰੀਕੇ ਨਾਲ ਫਿਰ ਇੰਡੀਆ ਨੂੰ ਕਿਹਾ ਗਿਆ ਕਿ ਆਓ ਤੁਸੀਂ ਵੀ ਦੱਸੋ ਹੁਣ ਤੁਹਾਡੇ ਕੀ ਵਿਚਾਰ ਨੇ ਇੰਡੀਆ ਕਹਿੰਦਾ ਅਸੀਂ ਸੋਚ ਕੇ ਦੱਸਾਂਗੇ ਜਿੰਨੀ ਇੰਡੀਆ ਦੀ ਚੜ੍ਹਾਈ ਹੈ ਇੰਡੀਆ ਚੋਂ ਸਾਢੇ 7 ਦੇ حساب ਨਾਲ ਕਿਹੜੀ ਕਿਹੜੀ ਲੌਂਗੀਟਿਊਡ ਲੰਘ ਰਹੀ ਸੀ ਆਜੋ ਆ ਇੰਡੀਆ ਹੈ ਜੇ ਸਾਹ ਲਾਇਆ ਜਾਵੇ ਆ ਇੰਡੀਆ ਹੈ ਠੀਕ ਆ ਇੰਡੀਆ ਦਾ ਇਧਰ ਨਾਲ ਕਿਹੜਾ ਕਾਰਨਰ ਆ ਦੱਸੋਗੇ ਕਿੰਨੇ ਡਿਗਰੀ ਇਧਰ ਹੈਗਾ ਹੈ 84 ਡਿਗਰੀ ਇਧਰ ਕਿੰਨਾ ਹੈ 93 ਡਿਗਰੀ ਯਾਦ ਆ ਨਾ ਇੰਡੀਆ ਦੇ ਲੌਂਗੀਟਿਊਡ ਤਾਂ ਸਾਢੇ 7 ਦੀ ਗੁਣਾ ਕਰਨ ਵਾਲੀਆਂ ਕਿੰਨੀਆਂ ਲੌਂਗੀਟਿਊਡਸ ਇੰਡੀਆ ਚੋਂ ਲੰਘਦੀਆਂ ਸੀ ਇੱਕ ਤਾਂ ਇੰਡੀਆ ਚੋਂ ਲੰਗੀ 72 ਡਿਗਰੀ ਵਾਲੀ ਲੰਘੂਗੀ ਨਾ ਯਾਰ ਖਾੜ ਤੋਂ ਅਗੇ 75 ਤਾਂ ਆਉਣੀ ਆ ਤੇ 75 7.5 ਦੇ ਗੁਣਾ ਤਾਂ ਹੁੰਦੀ ਹੈ ਕਿ ਨਹੀਂ ਹੁੰਦੀ ਇੱਕ ਤਾਂ ਲੰਗੀ ਮੈਨੂੰ ਲੱਗਦਾ 86 ਵੀ ਲੰਘੂਗੀ ਇੱਕ ਇੰਡੀਆ ਦੇ ਇਧਰਲਾ 68 7.5 ਇੰਡੀਆ ਤੋਂ ਜਸਟ ਬਾਹਰ ਹੈਗੀ ਹੈਨਾ 86 ਇੰਡੀਆ ਤੋਂ ਜਸਟ ਬਾਹਰ ਹੈਗੀ ਕਿਉਂਕਿ 68 ਡਿਗਰੀ ਤੇ ਇੰਡੀਆ ਹੈ 68 ਤੋਂ ਬਾਅਦ ਅਗਲੀ ਕਿਹੜੀ ਆ ਗਈ ਸੋਰੀ 75 ਆ 75 ਡਿਗਰੀ ਵਾਲੀ ਆ ਅਗਲੀ ਕਿਹੜੀ ਆ 82 ਆ ਲੋ ਜੀ ਆ 82 ਵਾਲੀ ਆ ਗਈ ਠੀਕ ਆ 82 ਤੋਂ ਬਾਅਦ ਅੱਗੇ ਕਿਹੜੀ ਆਉਗੀ ਕਿਹੜੀ 90 ਡਿਗਰੀ ਆਉਗੀ 90 ਡਿਗਰੀ ਤੋਂ ਬਾਅਦ ਕਿਹੜੀ ਆਉਗੀ 97.5 97.5 ਵੀ ਇੰਡੀਆ ਨੂੰ ਬਾਹਰੋਂ ਟੱਚ ਕਰ ਗਈ ਤਿੰਨ ਤਾਂ ਉਹ ਸੀ ਜਿਹੜੀਆਂ ਇੰਡੀਆ ਦੇ ਬਿਲਕੁਲ ਸੈਂਟਰ ਤੋਂ ਲੰਘ ਕੇ ਜਾ ਰਹੀਆਂ ਵਿੱਚੋਂ ਵਿੱਚ ਲੰਘ ਕੇ ਜਾ ਰਹੀਆਂ ਕਿਹੜੀਆਂ ਕਿਹੜੀਆਂ ਇੱਕ ਆ ਇੱਕ ਆ ਇੱਕ ਆ ਲੌਜੀਕਲੀ ਇਹੋ ਜਿਹੇ ਦੇਸ਼ ਜੇ ਤਾਂ ਡਿਵੈਲਪ ਨੇ ਵਿਕਸਿਤ ਨੇ ਉਹ ਤਾਂ ਫਿਰ ਤਿੰਨ ਤਿੰਨ ਟਾਈਮ ਜ਼ੋਨਸ ਰੱਖ ਲੈਂਦੇ ਆ ਜਿਵੇਂ ਆਸਟ੍ਰੇਲੀਆ ਉੱਥੋਂ ਵਰਗੇ ਯੂਰਪ ਵਰਗੇ ਯੂਰੋਪੀਅਨ ਕੰਟਰੀਜ਼ ਜਿਵੇਂ ਉਹ ਕਿਹੜਾ ਰਸ਼ੀਆ ਉਹਦੀਆਂ ਟਾਈਮ ਜ਼ੋਨਸ ਕਿੰਨੀਆਂ ਐ ਪੜਦੇ ਹੋਵੋਗੇ ਰਟਾ ਰੁਟਾ ਮਾਰਿਆ ਹੋਊਗਾ ਕਦੀ 11 ਕਿਊਰਾਂ ਦੇ ਗੇਟ ਚ ਨਹੀਂ ਆਪੇ ਪੜ ਲਿਓ ਯਾਰ ਠੀਕ ਆ ਫੈਕਟ ਨੇ ਕਿਉਂਕਿ ਚੌੜਾਈ ਬਹੁਤ ਆ ਲੌਂਗੀਟਿਊਡੀ ਬਹੁਤ ਜ਼ਿਆਦਾ ਹੈ ਆਈ ਥਿੰਕ ਉਹਦੀਆਂ 11 ਗੂਗਲ ਚੈੱਕ ਕਰ ਦੋ ਇੱਕ ਜਾਣਾ ਮੈਨੂੰ ਫੇਰ ਐਂ ਕਿ ਇਹ ਯਾਦ ਕਰੀ ਬੈਠੋ ਠੀਕ ਆ ਐਂ ਹੀ ਰਹਿ ਜਾਂਦੀਆਂ ਹੁੰਦੀਆਂ ਯਾਦ ਕਿਹੜਾ ਤੁਸੀਂ ਵੀ ਕਿਹੜਾ ਘਰੇ ਜਾ ਕੇ ਕਰਨੀਆਂ ਚੈੱਕ ਕਰ ਲਓ ਇੱਕ ਵਾਰ ਕਿ ਰਸ਼ੀ ਹੈ ਦੀਆਂ ਕਿੰਨੀਆਂ ਟਾਈਮ ਜ਼ੋਨਸ ਨੇ ਖੈਰ ਆਪਾਂ ਬਾਕੀ ਆਪਣੇ ਮਸਲੇ ਤੇ ਆਉਨੇ ਆ ਹਾਂਜੀ 11 ਠੀਕ ਆ ਤਾਂ ਹੁਣ ਦੇਖੋ ਪਲੀਜ਼ ਕਾਈਂਡਲੀ ਸਮਝੋ ਇੰਡੀਆ ਦੀਆਂ ਟੈਕਨੀਕਲੀ ਤਿੰਨ ਟਾਈਮ ਜ਼ੋਨਸ ਹੋਣੀਆਂ ਚਾਹੀਦੀਆਂ ਸੀ ਪਰ ਇੰਡੀਆ ਕਹਿੰਦਾ ਜੀ ਇੱਕ ਹੀ ਰੱਖਣੀ ਆ ਹੁਣ ਆਹ ਈਡੀਆ ਰੱਖਣੀ ਸੀ ਸਕਦਾ 75 ਡਿਗਰੀ ਵਾਲੀ ਕਿਉਂਕਿ 75 ਸਾਡੇ ਉੱਪਰ ਆ ਕਿਹੜਾ ਦੇਸ਼ ਆ ਪਾਕਿਸਤਾਨ ਉਹ ਪਾਕਿਸਤਾਨ ਚੋਂ ਦੇਖੀ ਨੰਗਦੀ ਆ ਉਹਨਾਂ ਦੇ ਨਾਲ ਸਾਡਾ ਟਾਈਮ ਕਿਵੇਂ ਚੱਲੇ ਠੀਕ ਆ ਅਸੀਂ ਤਾਂ ਮੰਨਦੇ ਆ ਕਿ ਉਹਨਾਂ ਵਾਲਾ ਤਾਂ ਸਾਡਾ ਵਕਤ ਹੀ ਨਹੀਂ ਆਏਗਾ ਸੋ ਇਸ ਕਰਕੇ 75 ਡਿਗਰੀ ਦਾ ਅਸੀਂ ਖਾਰਜ ਕਰਤੀ ਉਹਨਾਂ ਲਈ ਸੀ 90 ਬਾਰੀ ਪਰਾਂ ਖਿਸਕ ਗਈ 82 ਡਿਗਰੀ ਇੰਡੀਆ ਦੇ ਸੈਂਟਰ ਜੇਚ ਸੀਗੀ ਇੱਧਰ ਵਾਲਿਆਂ ਨੂੰ ਵੀ ਇਤਰਾਜ਼ ਨਹੀਂ ਇੱਧਰ ਵਾਲਿਆਂ ਨੂੰ ਵੀ ਇਸ ਕਰਕੇ ਅਸੀਂ 82 ਡਿਗਰੀ ਨੂੰ ਆਪਣੀ ਕੀ ਮੰਨ ਲਿਆ ਟਾਈਮ ਜ਼ੋਨ ਤੇ ਦੁਨੀਆ ਦੀ ਜਿਹੜੀ ਸਭ ਤੋਂ ਕੇਂਦਰੀ ਰੇਖਾ ਏ 82 ਡਿਗਰੀ ਦੇ ਹਿਸਾਬ ਨਾਲ ਚੱਲੋ 82 ਗੁਣਾ ਕਿੰਨੇ ਮਿੰਟ 4 ਕਿੰਨਾ ਹੋ ਗਿਆ 330 ਮਿੰਟ 330 ਹੁੰਦੇ ਆ 5 ਘੰਟੇ ਤੇ 30 ਮਿੰਟ ਤੇ ਈਸਟ ਵੱਲ ਹੋਣ ਕਰਕੇ ਪਹਿਲਾਂ ਕਿ ਬਾਅਦ ਚ ਪਹਿਲਾਂ ਇਸ ਕਰਕੇ ਜਿਹੜੀ ਇੰਡੀਆ ਨੇ ਆਪਣੀ ਸਟੈਂਡਰਡ ਟਾਈਮ ਮੰਨੀ ਆ ਆਈਐਸਟੀ ਕਹਿੰਦੇ ਇਹਨੂੰ ਇੰਡੀਅਨ ਸਟੈਂਡਰਡ ਟਾਈਮ ਇਹ ਜੀਐਮਟੀ ਤੋਂ ਕਿੰਨੇ ਘੰਟੇ ਪਹਿਲਾਂ ਆ ਜਾਂਦੀ ਆ ਸਾਢੇ 5 ਘੰਟੇ ਈਸਟ ਵੱਲ ਹੋਣ ਦਾ ਕਰਕੇ ਠੀਕ ਆ ਤੇ ਇਹ ਸਾਢੇ 5 ਘੰਟੇ ਆਇਆ ਕਿਵੇਂ ਹੁਣ ਮੈਨੂੰ ਲੱਗਦਾ ਪੂਰਾ ਕਨਸੈਪਟ ਕਲੀਅਰ ਹੋ ਗਿਆ ਹੋਊਗਾ ਚੰਗੀ ਤਰ੍ਹਾਂ ਕਹਾਣੀ ਸਮਝ ਆਈ ਕਿ ਇਹ ਰੋਲਾ ਹੈ ਕੀ ਆ ਇਹ ਗ੍ਰੀਨਵਿਚ ਮੈਰੀਡੀਅਨ ਕੀ ਜੀਐਮਟੀ ਕੀ ਚੀਜ਼ ਆ ਆਖਰ ਲੌਂਗੀਟਿਊਡਸ ਤੇ ਲੈਟੀਟਿਊਡਸ ਕੀ ਤੈਅ ਕਰਦੇ ਆ ਮਤਲਬ ਕਿਵੇਂ ਲੌਂਗੀਟਿਊਡਸ ਤੇ ਲੈਟੀਟਿਊਡਸ ਜਿਹੜੇ ਆ ਉਹਨਾਂ ਤੋਂ ਅਸੀਂ ਇੱਕ ਆਈਡੀਆ ਲਾ ਸਕਦੇ ਆ ਕਿ ਕੀ ਕਹਾਣੀ ਆ ਸਾਰੀ ਹੁਣ ਆਜੋ ਹੁਣ ਆਪਾਂ ਨੂੰ ਆਪਣਾ ਇਹ ਚੈਪਟਰ ਬੜਾ ਆਸਾਨ ਲੱਗੂਗਾ ਠੀਕ ਆ ਹੁਣ ਆਪਾਂ ਇਹਨੂੰ ਪੜ੍ਹ ਕੇ ਦੇਖਦੇ ਆ ਹੁਣ ਮਾਰੇ ਉਹ ਰੱਟਾ ਸਭ ਤੋਂ ਪਹਿਲੀ ਗੱਲ ਇੰਡੀਆ ਸਮਝ ਆ ਗਿਆ ਇੱਥੋਂ ਤੱਕ ਕਿ ਲੌਂਗੀਟਿਊਡ ਕੀ ਆ ਤੇ ਲੈਟੀਟਿਊਡ ਕੀ ਆ ਬਾਕੀ ਇੱਕ ਵਾਰੀ ਦੁਬਾਰਾ ਲੈਕਚਰ ਨੂੰ ਸੁਣ ਲਿਓ ਖਰੇ ਕੋਈ ਚੀਜ਼ ਇਹੋ ਜੀ ਹੋਵੇ ਜਿਹੜੀ ਪਹਿਲਾਂ ਨਾ ਸਮਝਾਈ ਹੋਵੇ ਤੇ ਹੁਣ ਆਜੇ ਲੌਂਗੀਟਿਊਡ ਵਾਈਜ਼ ਲੈਟਿਟਿਊਡ ਮਤਲਬ ਅਕਸ਼ਾਂਸ਼ ਤੇ ਲੌਂਗੀਟਿਊਡ ਮਸਲ ਅਚਾਹ ਲੈਟਿਟਿਊਡ ਹੀ ਹੈ ਇੰਡੀਆ ਦਾ ਸਭ ਤੋਂ ਥਲੜਾ ਮੇਨ ਬਿੰਦੂ ਜਿਹੜਾ ਹੈ ਆ ਕੰਨਿਆਕਮਾਰੀ ਟਾਈਪ ਇਹ ਤਾਂ ਹੈਗਾ ਹੈ 8.5 ਡਿਗਰੀ ਤੇ ਲਿਖਿਆ ਹੋਇਆ ਨਾ ਇਹ 8.5 ਡਿਗਰੀ ਦੇ ਕਿ ਉੱਤਰ ਕਿਉਂ ਪਾਇਆ ਹੈ ਕਿਉਂਕਿ ਇਹ ਇਕਵੇਟਰ ਤੋਂ 8.5 ਡਿਗਰੀ ਉੱਪਰ ਹੈ ਪਤਾ ਨਾ ਇਹ ਤੇ ਸਭ ਤੋਂ ਉੱਪਰਲਾ ਪੁਆਇੰਟ ਜਿਹੜਾ ਹੈ ਉਹ 37.6 ਹੈ ਪਰ ਇੰਡੀਆ ਦਾ ਸਭ ਤੋਂ ਥਲੜਾ ਪੁਆਇੰਟ ਜੇ ਅਸੀਂ ਇੱਥੇ ਦੇਖੀਏ ਆ ਇਹਨੂੰ ਪਤਾ ਨਹੀਂ ਇੰਦਰਾ ਪੁਆਇੰਟ ਕੀ ਕਹਿੰਦੇ ਸੀਗੇ ਉਹ ਸੁਨਾਮੀ ਚ ਹਾਂਜੀ ਇੰਦਰਾ ਇੰਦਰਾ ਕਾਲ ਕੀ ਨਹੀਂ ਇੰਦਰਾ ਪੁਆਇੰਟ ਸੀ ਸ਼ਾਇਦ ਇਹ ਆਈ ਥਿੰਕ ਇੰਦਰਾ ਕਾਲ ਸਭ ਤੋਂ ਉੱਪਰ ਵਾਲਾ ਪੁਆਇੰਟ ਸੀ ਚੈੱਕ ਕਰ ਲਿਓ ਕੋਈ ਨਹੀਂ ਇਹ ਫੈਕਟ ਜਿਹੜਾ ਹੈ ਨਾ ਇਹ ਵੀ ਮੈਂ ਲਿਖਿਆ ਹੋਇਆ ਅੱਗੇ ਜਾ ਕੇ ਕੋਈ ਇਸ਼ੂ ਨਹੀਂਗਾ ਜੇ ਜਿਹੜਾ ਇਹ ਡੁੱਬ ਗਿਆ ਹੈ ਇਹਨੂੰ ਪੈਮੋਲੀਅਨ ਪੁਆਇੰਟ ਐਵੇਂ ਦਾ ਕੋਈ ਨਾਮ ਸੀਗਾ ਇਹਦਾ ਇਹ ਡੁੱਬ ਗਿਆ ਸਮੁੰਦਰ ਚ ਪਰ ਜੇ ਇਹ ਹੁੰਦਾ ਅੰਡੇਮਾਨ ਨਿਕੋਬਾਰ ਦਾ ਤੇ ਇਹ ਇੰਡੀਆ ਦਾ ਸਭ ਤੋਂ ਸਦਰਨ ਮੋਸਟ ਪੁਆਇੰਟ ਹੈ ਤੇ ਇਹ ਹੁੰਦਾ 6 ਡਿਗਰੀ ਨਾਰਥ ਤੇ ਹੁਣ ਗੱਲ ਸਮਝ ਆ ਗਈ ਸਾਰਿਆਂ ਨੂੰ ਕਿਸੇ ਨੂੰ ਕੋਈ ਡਾਊਟ ਨਹੀਂ ਰਹਿਣਾ ਜੇ ਮੈਂ ਗੱਲ ਕਰਾਂ ਇੰਡੀਆ ਦੀ ਇੰਡੀਆ ਦੀ ਲੋਕੇਸ਼ਨ ਦੀ ਆ ਮੁੱਖ ਦਿਸ਼ਾਂਤਰ ਆ ਾ ਈਸਟ ਹੈਮਿਸਫੀਅਰ ਆ ਵੈਸਟ ਹੈਮਿਸਫੀਅਰ ਉੱਪਰਲਾ ਨਾਰਥ ਆ ਸੱਲੜਾ ਸਾਊਥ ਆ ਦੁਨੀਆ ਦੇ ਸੈਂਟਰ ਦੇ ਹਿਸਾਬ ਨਾਲ ਇੰਡੀਆ ਜਿਹੜਾ ਹੈ ਨਾਰਥ ਈਸਟ ਹੈਮਿਸਫੀਅਰ ਚ ਲਈ ਕਰਦਾ ਹੈ ਇਹ ਵੀ ਗੱਲ ਸਮਝ ਆ ਗਈ ਮੀਨਸ ਇਹ ਉਹ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਪਿੱਛੇ ਪ੍ਰੈਕਟੀਕਲੀ ਸਮਝਾ ਕੇ ਆਇਆ ਬੋਰਡ ਤੇ ਹੁਣ ਸਿਰਫ ਇਹਨੂੰ ਆਪਾਂ ਯੂਜ਼ ਕਰ ਰਹੇ ਆਂ ਭੂ ਮਧ ਰੇਖਾ ਭਾਵ ਇਕਵੇਟਰ ਤੋਂ ਉੱਪਰ ਤੇ ਪ੍ਰਾਈਮ ਮੈਰੀਡੀਅਨ ਤੋਂ ਇਸ ਪਾਸੇ ਆ ਮੁੱਖ ਦੇਸ਼ਾਂਤਰ ਤੋਂ ਇਸ ਪਾਸੇ ਆ ਨੈਕਸਟ ਜੇ ਅਸੀਂ ਇੰਡੀਆ ਦੇ ਲੌਂਗੀਟਿਊਡ ਦੀ ਗੱਲ ਕਰੀਏ ਤਾਂ ਇੰਡੀਆ ਦੇ ਲੌਂਗੀਟਿਊਡ ਦਾ ਇਧਰਲਾ ਲੌਂਗੀਟਿਊਡ ਇੰਡੀਆ ਦਾ 68 ਡਿਗਰੀ 7 ਮਿੰਟ ਈਸਟ ਕਿਉਂਕਿ ਮੇਨ ਲੌਂਗੀਟਿਊਡ ਇੱਥੇ ਆ ਕਿਤੇ ਉਹਦੇ ਨਾਲੋਂ ਆ 68 ਡਿਗਰੀ ਦੂਰ ਤੇ ਇਧਰਲਾ ਕੋਨਾ ਕਿੰਨੇ ਡਿਗਰੀ ਦੂਰ 97 25 97 ਡਿਗਰੀ 25 ਮਿੰਟ ਡਿਗਰੀਆਂ ਤੋਂ ਛੋਟੀ ਇਕਾਈ ਮਿੰਟ ਹੁੰਦੀ ਹੈ ਤੇ ਮਿੰਟਾਂ ਤੋਂ ਛੋਟੀ ਇਕਾਈ ਕੀ ਹੁੰਦੀ ਹੈ ਸੈਕਿੰਡਸ ਏ ਐਂਗਲਾਂ ਦੀ ਗੱਲ ਕਰ ਰਹੇ ਆ ਟਾਈਮ ਵੀ ਐਵੇਂ ਹੁੰਦਾ ਏ ਘੰਟਿਆਂ ਤੋਂ ਛੋਟੇ ਮਿੰਟ ਤੇ ਮਿੰਟਾਂ ਤੋਂ ਛੋਟੇ ਸਕਿੰਟ ਪਰ ਮੈਂ ਇੱਥੇ ਟਾਈਮ ਦੀ ਗੱਲ ਨਹੀਂ ਕੀ ਇਹ ਕੀ ਹੈ ਡਿਗਰੀ ਡਿਗਰੀਆਂ ਦਾ ਵੀ ਆਹੀ ਰੋਲਾ ਹੁੰਦਾ ਏ ਕਿ ਡਿਗਰੀਆਂ ਤੋਂ ਛੋਟੇ ਮਿੰਟ ਤੇ ਮਿੰਟਾਂ ਤੋਂ ਛੋਟੇ ਸਕਿੰਟ ਆਹ ਲਓ ਜੀ ਆ ਵੀ ਗੱਲ ਕਲੀਅਰ ਹੋ ਗਈ ਨੈਕਸਟ ਉਸ ਤੋਂ ਬਾਅਦ ਆ ਗਿਆ ਜੀ ਇੰਡੀਆ ਦੀ ਮੇਨ ਜਿਹੜੀ ਉਹ ਟਾਈਮ ਲਾਈਨ ਜੀ ਹੈ ਜਿਹੜੀ IST ਜਿਹਨੂੰ ਆਪਾਂ ਕਹਿ ਦਿੰਦੇ ਆ ਵੈਸੇ ਤਾਂ 75 ਵਾਲੀ ਵੀ ਹੋ ਸਕਦੀ ਸੀ ਰੋਲਾ ਕਲੀਅਰ ਹੋ ਗਿਆ ਸਾਰਾ ਪਰ ਅਸੀ ਮੰਨੀ ਕਿਹੜੀ ਆ 842 ਵਾਲੀ 842 ਵਾਲੀ ਜਿਹੜੀ ਆ ਸੌਰੀ 882 ਵਾਲੀ ਸੌਰੀ ਉਹ ਇੰਡੀਆ ਦੀਆਂ ਕਿਹੜੀਆਂ ਕਿਹੜੀਆਂ ਸਟੇਟਾਂ ਚੋਂ ਲੰਘ ਕੇ ਜਾਂਦੀ ਆ ਮੈਨੂੰ ਲੱਗਦਾ ਹੁਣ ਜੇ ਇਹ ਵੀ ਤੁਹਾਨੂੰ ਨਾ ਪਤਾ ਲੱਗੇ ਇਹ ਮਾੜੀ ਗੱਲ ਠੀਕ ਆ ਸੋ ਸਾਨੂੰ ਇਹ ਵੀ ਫੈਕਟ ਕਲੀਅਰ ਹੋ ਗਿਆ ਉਹ ਪਤਾ ਲੱਗ ਗਿਆ ਨਾ ਕਿ ਇਹ ਸਾਡੀ ਮਿਰਜ਼ਾਪੁਰ ਇਹਦੇ ਇੱਥੇ ਆਪਾਂ ਜਿਵੇਂ ਉਹਨਾਂ ਨੇ ਕਿਲ ਗੱਡਿਆ ਹੋਇਆ ਉੱਥੇ ਮੈਰੀ ਉੱਥੇ ਆਪਣਾ ਗ੍ਰੀਨਵਿਚ ਅਸੀਂ ਆਪਣਾ ਕਿਲ ਗੱਡੀ ਬੈਠੇ ਆਂ ਯੂਪੀ ਦੇ ਮਿਰਜ਼ਾਪੁਰ ਚ ਹੋਰ ਕੋਈ ਫਰਕ ਨਹੀਂਗਾ ਠੀਕ ਆ ਸੋ ਬਾਕੀ ਕਿਹੜੀਆਂ-ਕਿਹੜੀਆਂ ਸਟੇਟਾਂ ਚੋਂ ਪਾਸ ਕਰਕੇ ਜਾ ਰਹੀ ਆ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਖੈਰ ਉਸ ਤੋਂ ਬਾਅਦ ਆ ਗਿਆ ਹਾਂ ਗ੍ਰੀਨਵਿਚ ਮੈਰੀਡੀਅਨ ਟਾਈਮ ਤੋਂ ਅਸੀਂ ਸਾਡੇ 5 ਘੰਟੇ ਪਰਲੇ ਪਾਸੇ ਆ ਪਲੱਸ ਚਾ ਜੀ ਐਮਟੀ ਪਲੱਸ ਮੈਨੂੰ ਲੱਗਦਾ ਕਨਸੈਪਟ ਕਲੀਅਰ ਹੋ ਗਿਆ ਨਾ ਬੇਸਿਕਲੀ ਇਹ ਉਹ ਕਨਸੈਪਟ ਨੇ ਜੇ ਇਹ ਕਲੀਅਰ ਨਾ ਹੋਏ ਤਾਂ ਇਹ ਆਪਾਂ ਨੂੰ ਅੱਗੇ ਤੰਗ ਕਰ ਸਕਦੇ ਆ ਖੈਰ ਨੈਕਸਟ ਉਸ ਤੋਂ ਬਾਅਦ ਆ ਗਿਆ ਅਗਲੀ ਖਾਸ ਗੱਲ ਤੁਹਾਨੂੰ ਮੈਂ ਵੀ ਦੱਸਿਆ ਸੀ ਕਿ ਜੇ ਅਸੀਂ ਧਰਤੀ ਨੂੰ ਇੱਕ ਗੋਲਾ ਮੰਨ ਕੇ ਚੱਲੀਏ ਤੇ ਮੈਂ ਇਹ ਵੀ ਦੱਸਿਆ ਸੀ ਕਿ ਧਰਤੀ ਦੇ ਸੈਂਟਰ ਚ ਕਿਹੜੀ ਲਾਈਨ ਹੈ ਇਕਵੇਟਰ ਭੂਮਾਧ ਰੇਖਾ ਤੇ 23 ਡਿਗਰੀ ਉੱਪਰ ਜਾ ਕੇ ਕਿਹੜੀ ਲਾਈਨ ਹੈ ਟ੍ਰੋਪਿਕ ਆਫ ਕੈਂਸਰ ਜਿਹਨੂੰ ਅਸੀਂ ਕੀ ਕਿਹਾ ਸੀ ਕਰਕ ਰੇਖਾ ਪ੍ਰੋਬਲਮ ਇਹ ਸੀ ਕਿ ਇਹ ਇਹਦੀ ਕਿਸਮਤ ਐਵੇਂ ਦੀ ਆ ਕਿ ਇਹ ਇੰਡੀਆ ਨੂੰ ਅੱਧੋ-ਅੱਧ ਕੱਟ ਜਾਂਦੀ ਆ ਜਿਹੜੀ ਟ੍ਰੋਪਿਕ ਆਫ ਕੈਂਸਰ ਆ ਹੁਣ ਯਾਰ ਟ੍ਰੋਪਿਕ ਆਫ ਕੈਂਸਰ ਇੰਡੀਆ ਚੋਂ ਹੀ ਕਿਉਂ ਲੰਘ ਕੇ ਕਿਈ ਇਹਦੇ ਪਿੱਛੇ ਕੁਝ ਨਹੀਂ ਹੈਗਾ ਲੰਘ ਗਈ ਤਾਂ ਲੰਘ ਗਈ ਬਈ ਜੇ ਇੰਡੀਆ ਚੋਂ ਅੱਧ ਚੋਂ ਲੰਘ ਗਈ ਟ੍ਰੋਪਿਕ ਆਫ ਕੈਂਸਰ ਕਿਹੜੇ ਦੇਸ਼ਾਂ ਚੋਂ ਲੰਘ ਕੇ ਜਾਂਦੀ ਆ ਉਹ ਤਾਂ ਪੜ੍ਹਾਇਆ ਜਾਂਦਾ ਹੈ ਵਰਲਡ ਜੀਓਗ੍ਰਾਫੀ ਚ ਤੇ ਮੈਂ ਤਾਂ ਵਰਲਡ ਜੀਓਗ੍ਰਾਫੀ ਪੜ੍ਹਾ ਨਹੀਂ ਰਿਹਾ ਮੈਂ ਇਹ ਵੀ ਸਾਬਤ ਕਰਤਾ ਕਿ 23 ਨਾ 23 ਡਿਗਰੀ ਨਾ 24 ਡਿਗਰੀ ਅਚਾਨਕ 23 ਡਿਗਰੀ ਉੱਪਰ ਵਾਲੀ ਲਾਈਨ ਮਸ਼ਹੂਰ ਕਿਉਂ ਹੋ ਗਈ ਉਹ ਵੀ ਮੈਂ ਦੱਸਤਾ ਪਰ ਜੇ ਮਸ਼ਹੂਰ ਹੋ ਗਈ ਤੇ ਇਹ ਤੁਹਾਡੀ ਕਿਸਮਤ ਚੰਗੀ ਕਹਿ ਲਓ ਮਾੜੀ ਕਹਿ ਲਓ ਕਿ ਤੁਹਾਨੂੰ ਉਹ ਦੇਸ਼ ਸਟੇਟਾਂ ਯਾਦ ਕਰਨੀਆਂ ਪੈਣਗੀਆਂ ਜਿੰਨਾ ਚੋਂ ਇੰਡੀਆ ਚੋਂ ਲੰਘਦੀ ਆ ਇੰਡੀਆ ਦੇ ਅੱਧੋ-ਅੱਧ ਲੰਘਦੀ ਆ ਗੁਜਰਾਤ, ਰਾਜਸਥਾਨ ਇੱਥੋਂ ਲੰਘ ਰਹੀ ਹੈ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ ਤੇ ਝਾਰਖੰਡ, ਬਿਸ਼ਤ ਬੰਗਾਲ, ਮੀਜ਼ੋਰਾਮ ਤੇ ਤ੍ਰੀਪੁਰਾ ਅੱਠ ਸਟੇਟਾਂ ਨੇ ਜਿੰਨਾਂ ਚੋਂ ਲੰਘਦੀ ਆ ਤੇ ਉਹ 23.5 ਡਿਗਰੀ ਵੀ ਨਹੀਂਗੀ 23 ਡਿਗਰੀ 26 ਮਿੰਟ ਆ ਸਾਢੇ 23 ਡਿਗਰੀ ਹੁੰਦੀ ਹੈ 23 ਡਿਗਰੀ 30 ਮਿੰਟ ਠੀਕ ਹੈ ਨਾ ਇਹ ਆ 23 ਡਿਗਰੀ 26 ਮਿੰਟ ਟ੍ਰੋਪਿਕ ਆਫ ਕੈਂਸਰ ਜਿਹੜੀ ਆ ਠੀਕ ਆ ਸੋ ਇਹ ਆਪਣੀ ਲਾਈਨ ਹੋਗੀ ਸੋ ਆਪਾਂ ਇੱਕ ਵਾਰੀ ਦੇਖ ਲਈਏ ਜਿਆਦਾ ਪੜ੍ਹਿਆ ਵੀ ਤੰਗ ਕਰੂਗਾ ਠੀਕ ਆ ਸੋ ਇਸ ਕਰਕੇ ਥੋੜਾ ਜਿਹਾ ਕਨਸੈਪਟ নো ਡਾਊਟ ਸੀਗੇ ਠੀਕ ਆ ਕੱਲ ਤੋਂ ਆਪਣੀ ਸ਼ੁਰੂ ਹੋਊਗੀ ਇੰਡੀਆ ਦੀ ਫਿਜ਼ੀਓਗ੍ਰਾਫੀ ਜਿਹਦੇ ਚ ਕੀ ਅਸੀਂ ਸਾਰੇ ਇੰਡੀਆ ਦੇ ਮੈਪ ਬਾਰੇ ਸਮਝਾਂਗੇ ਫਿਰ ਇੰਡੀਆ ਦਾ ਚਟਾਨਣ ਤੰਤਰ ਆ ਚੀਜ਼ਾਂ ਆਪਾਂ ਬਸ ਕਾਈਂਡਲੀ ਦੇਖ ਲਓ ਇਹ ਚੀਜ਼ਾਂ ਸਾਰੀਆਂ ਮੈਂ ਕੱਲ ਇੱਕ ਵਾਰੀ ਫੇਰ ਰਿਵਾਈਜ਼ ਕਰਾਉਂਗਾ ਤੇ ਬੁੱਕ ਦੇ ਵਿੱਚ ਸਾਨੂੰ ਇਹ ਸਾਰਾ ਕੁਝ ਅਵੇਲੇਬਲ ਆਪਣੇ ਕੋਲ ਕਿ ਇੰਡੀਆ ਦਾ ਸਟੈਂਡਰਡ ਟਾਈਮ ਕਿੰਨਾ ਹੈ ਇੰਡੀਆ ਦਾ ਏਰੀਆ ਦੇਖੋ ਫੈਕਟਸ ਦੇ ਮਾਮਲੇ 'ਚ ਕੁਛ ਨਹੀਂ ਮਿਸ ਕੀਤਾ ਹੋਇਆ ਠੀਕ ਆ ਸਭ ਤੋਂ ਪਹਿਲਾਂ ਆਪਾਂ ਜਿੰਨਾ ਵੀ ਇਹ ਫੈਕਟਸ ਨੇ ਇਹ ਕਵਰ ਕਰਾਂਗੇ ਉਸ ਤੋਂ ਬਾਅਦ ਅੱਗੇ ਜਾ ਕੇ ਆਪਾਂ ਮਤਲਬ ਕਿ ਕਵਰ ਕਰਾਂਗੇ ਇੰਡੀਆ ਦਾ ਪੂਰੇ ਦਾ ਪੂਰਾ ਰੌਕ ਸਿਸਟਮ ਕੀ ਆ ਤੇ ਇੰਡੀਆ 'ਚ ਕਿੰਨੇ ਆ ਕਿਹੜੇ-ਕਿਹੜੇ ਪ੍ਰਕਾਰ ਦੀਆਂ ਚਟਾਨਾਂ ਨੇ ਠੀਕ ਆ ਉਸ ਤੋਂ ਬਾਅਦ ਇੰਡੀਆ ਦੇ ਸਾਰੀਆਂ ਪਰਬਤ ਸ਼ੰਖਲਾਵਾਂ ਮਾਊਂਟੇਨ ਰੇਂਜਸ ਫਿਰ ਇੰਡੀਆ ਦੇ ਆਈਲੈਂਡਸ ਵਗੈਰਾ ਕਵਰ ਕਰਾਂਗੇ ਠੀਕ ਆ ਤੇ ਇੱਕ ਚੀਜ਼ ਤਾਂ ਮੈਂ ਤੁਹਾਨੂੰ ਹਮੇਸ਼ਾ ਕਹੀ ਆ ਕਿ ਇੱਕ ਮਾਈਂਡ ਆਪਣਾ ਸੈੱਟ ਕਰ ਲਿਓ ਕਿ ਹਾਂ ਜਦੋਂ ਵੀ ਕਦੇ ਆਪਾਂ ਕੋਈ ਸਬਜੈਕਟ ਪੜਾਂਗੇ ਨਵੇਂ ਤਰੀਕੇ ਨਾਲ ਠੀਕ ਆ ਕੁਝ ਅਪਡੇਟਸ ਤੁਹਾਨੂੰ ਨਵੀਆਂ ਕਿਤਾਬਾਂ ਦੇ ਵਿੱਚ ਹਮੇਸ਼ਾ ਮਿਲਣਗੀਆਂ ਤੇ ਉਹ ਮਿਲਣੀਆਂ ਚਾਹੀਦੀਆਂ ਵੀ ਆ ਠੀਕ ਆ ਆਦਰਵਾਈਜ਼ ਮੇਰਾ ਪੜਾਉਣਾ ਤੇ ਤੁਹਾਡਾ ਪੜਨਾ ਇਰੈਲੀਵੈਂਟ ਹੋ ਜਾਊਗਾ ਠੀਕ ਆ ਸੋ ਉਹ ਚੀਜ਼ਾਂ ਉਹ ਚੇਂਜਸ ਦੇਖੋ ਦੋ ਗੱਲਾਂ ਨੇ ਆਪਣੇ ਵੱਲੋਂ ਆਪਣੀ ਬੁੱਕ ਦੇ ਵਿੱਚ ਉਹ ਚੇਂਜਸ ਕਰਦੇ ਰਹੋ ਹਮੇਸ਼ਾ ਤੇ ਜਦੋਂ ਵੀ ਤੁਹਾਨੂੰ ਲੱਗਿਆ ਤੁਸੀਂ ਕੋਰਸ ਦੇ ਵਿੱਚ ਤੁਸੀਂ ਇੰਸਟੀਚਿਊਟ ਚ ਇਨਰੋਲਡ ਹੋ ਤੁਸੀਂ ਕਦੇ ਵੀ ਮਰਜ਼ੀ ਜਾ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਕਾਈਂਡਲੀ ਕਿ ਸਾਨੂੰ ਪੁਰਾਣੀ ਦੀ ਜਗ੍ਹਾ ਤੇ ਨਵੀਂ ਬੁੱਕ ਦੇ ਦਿਓ ਜੋ ਵੀ ਉਹਦੀ ਪ੍ਰਿੰਟਿੰਗ ਕਾਸਟ ਹੋਗੀ ਤੁਸੀਂ ਜੇ ਤੁਹਾਨੂੰ ਲੱਗਿਆ ਕਿ ਕਿਸੇ ਸਬਜੈਕਟ ਚ ਬਹੁਤ ਜ਼ਿਆਦਾ ਚੇਂਜ ਹੋਇਆ ਹੈ ਤਾਂ ਸੋ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ ਇਹਦੇ ਚ ਕਦੇ ਵੀ ਬਦਲਾਵ ਨਹੀਂ ਆ ਸਕਦਾ ਕਿਉਂਕਿ ਜੇ ਮੈਂ ਉਹੀ ਚੱਕ ਕੇ ਪੁਰਾਣੀ ਪੀਡੀਐਫ ਹੀ ਚੱਕ ਕੇ ਪੜਾਤੀ ਫਿਰ ਕੋਈ ਫਰਕ ਨਹੀਂ ਰਹਿਣਾ ਸੋ ਕੰਟੈਂਟ ਅਪਗ੍ਰੇਡ ਹੁੰਦਾ ਰਹਿੰਦਾ ਹੈ ਤੇ ਹੋਣਾ ਵੀ ਚਾਹੀਦਾ ਸੋ ਅੱਜ ਵਾਸਤੇ ਇੰਨਾ ਹੀ ਬਹੁਤ ਮਿਲਦੇ ਆ ਜੀ